ਸ੍ਰੀ ਵਾਹਿਗੁਰੂ ਸਾਹਿਬ ਜੀ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ ਰਹੂੰ ਅੰਤ ਅਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਨਮਾਨ ਕਹਿਬੈ ਕੋ ਸੁਭ ਨਹੀਂ ਦੇਖਾ ਹੀ ਪਰਵਾਨ ਦੇਖਾ ਹੀ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਏ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹੋ ਮਨ ਹੋੜੀਏ ਗੁਰ ਸ਼ਬਦੀ ਇਹੋ ਮਨ ਹੋੜੀਏ ਹਮ ਤੁਮ ਸਿਉਂ ਜੋੜੀ ਸੱਚੀ ਹਮ ਤੁਮ ਸਿਉਂ ਜੋੜੀ ਸੱਚੀ ਤਰੀ ਹਮ ਤੁਮ ਸਿਉਂ ਜੋੜੀ ਪੜੋ ਜੀ ਹਮ ਤੁਮ ਸਿਉਂ ਜੋੜੀ ਸੰਗਤ ਬੋਲੀਏ ਸਾਰੇ ਪਹਿਲਾਂ ਸੁਣੋ ਯਤਨ ਕਰੋ ਮਨ ਹਾਜ਼ਰ ਹੋਵੇ ਜੀਵ ਨਾ ਕਵੇ ਮਨ ਕਵੇ ਪਹਿਲਾਂ ਵੇਖੋ ਗੈਰ ਹਾਜ਼ਰ ਹੈ ਕਿ ਹਾਜ਼ਰ ਹੈ ਮਨ ਜਰਾ ਕੰਦਰ ਕਰ ਵੇਖੋ ਕੀ ਮਨ ਕਹਿ ਰਿਹਾ ਆਓ ਜੀ ਮਨ ਬੋਲੇ ਛੱਡ ਦਿਓ ਕੌਣ ਕਹਿ ਰਿਹਾ ਕਿਹਦੇ ਪਿੱਛੇ ਬੋਲ ਰਹੇ ਬਸ ਮਨੋ ਅਸੀਂ ਕਹੀਏ ਸੱਚੀ ਪ੍ਰੀ ਸੱਚੀ ਪ੍ਰੀ
हम तुम स्यों जोड़ी हम तुम स्यों जोड़ी तुम स्यों जोर अवर संग तो अमर संग तोरी तुम स्यों जो बंद करके शब्द नू सुनो और मन महसूस करे हाजर करो मन मन बोले साडा जो तुम गिरवर तो हम मोरा जो तुम गिरवर तो हम मोरा जो तुम चंद तो हम पे हैं चुकोरा माधवे तुम ना तोड़ो तो हम नहीं तोड़े तुम से तो कवन से जोड़े तुम से तो तुम से तो कवन जोरे जो तुम दियरा तो हम बरी जो तुम तीरथ साची प्रीत हम तुम स्यों जोरी साची प्रीत हम तुम स्यों जोरी तुम स्यों जोरी
जाओ जह जह ਬੋਲਿਓ ਜੀ ਜਰਾ ਸੰਗਤ ਸਾਰੇ ਵੀ ਸਟੇਜ ਵਾਲੇ ਵੀ ਸੰਗਤ ਵੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੀ ਸੰਗਤ ਭਾਈ Hey,
Vai, 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 जोड़ी मालका सच्ची प्रीति मैं तेरे नाम जोड़ी मालका सच्ची प्रीति जी मैं तेरे नाम जोड़ी मालका सच्ची प्रीति जी मैं तेरे नाम हाँ जोड़ी मालका जोड़ी जोड़ी मालका जोड़ी मालका सच्ची प्रीत जी मैं तेरे नाम जोड़ी मालका सच्ची प्रीत जी मैं तेरे नाम तेरे नाम जोड़ी मालका सच्ची प्रीत जी मैं तेरे नाम जोड़ी मालका पढ़ो प्रीत जी मैं तेरे नाम 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 बहुत ज़्यादा बात है जोड़ी मालका सच्ची प्रीत जी मैं तेरे नाम 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 सतगुरु जी ने साजी नवाजी सात साल जी रसना पवित्र करो कलगी तर्ज दी बख्शिश दोहराओ प्यार नाल फतेह बुलाओ कोई रसना वांझी ना रवे इक्के वारी कहण ते गज के आखो जी वाहेगुरु जी का खालसा वाहेगुरु जी सतगुरु जी ने महान कृपा कीती है ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਸਮਾਂ ਮਿਲਿਆ ਦੂਰੋਂ ਨੇੜਿਓਂ ਚੱਲ ਕੇ ਅੱਜ ਆਪਾਂ ਸਾਰੇ ਗੁਰਦੁਆਰਾ ਪਰਮੇਸ਼ਵਰ ਦੁਆਰ ਸੰਗਰਾਮ ਦੇ ਬਹਾਨੇ ਇਕੱਤਰ ਹੋਏ ਆਪ ਜੀ ਨੇ ਬਹੁਤ ਵਾਰ ਸੁਣਿਆ ਅਸੀਂ ਸੰਗਰਾਂਦ ਨਹੀਂ ਮਨਾਉਣੀ ਅਸੀਂ ਪੂਰਨਮਾਸ਼ੀ ਨਹੀਂ ਮਨਾਉਣੀ ਅਸੀਂ ਮੱਸਿਆ ਨਹੀਂ ਮਨਾਉਣੀ ਅਸੀਂ ਮੱਸਿਆ ਦੇ ਬਹਾਨੇ ਪੂਰਨਮਾਸ਼ੀ ਦੇ ਬਹਾਨੇ ਸੰਗਰਾਂਦ ਦੇ ਬਹਾਨੇ ਸਤਿਗੁਰੂ ਜੀ ਨੂੰ ਮਨਾਉਣਾ ਬਹਾਨਾ ਜ਼ਰੂਰ ਹੈ ਪੂਰਨਮਾਸ਼ੀ ਦਾ ਸੰਗਰਾਂਦ ਦਾ ਇਹ ਦਿਨ ਯਾਦ ਰਹਿੰਦੇ ਨੇ ਇਸ ਬਹਾਨੇ ਅਸੀਂ ਆਪਣੇ ਸਤਿਗੁਰੂ ਜੀ ਨੂੰ ਮਨਾਉਣਾ ਹੋਇਆ ਕੀ ਹੈ ਸਿਰਫ ਸੰਗਰਾਂਦ ਮਨਾਉਣੀ ਪੂਰਨਮਾਸ਼ੀ ਮਨਾ ਲਓ ਅੱਜ ਦਿਨ ਬੜਾ ਚੰਗਾ ਚਲੋ ਗੁਰਦੁਆਰੇ ਚੱਲੀਏ ਸਾਡੀ ਸਾਰੀ ਕੌਮ ਨੂੰ ਹੀ ਸਾਨੂੰ ਸਾਰਿਆਂ ਨੂੰ ਹੀ ਇਹ ਭੁਲੇਖਾ ਰਹਿ ਗਿਆ ਸ਼ਾਇਦ ਦਿਨ ਮਨਾਉਣੇ ਦਿਨ ਨਹੀਂ ਸੀ ਮਨਾਉਣੇ ਸਤਿਗੁਰੂ ਨੂੰ ਮਨਾਉਣਾ ਸੀ ਦਿਨ ਕੋਈ ਖਾਸ ਨਹੀਂ ਅਸੀਂ ਖੁਦ ਖਾਸ ਬਣੀਏ ਅਸੀਂ ਸਤਿਗੁਰੂ ਜੀ ਦੀ ਸਿੱਖਿਆ 'ਤੇ ਚੱਲ ਕੇ ਆਪਣੇ ਮਨ ਨੂੰ ਸਾਫ਼ ਸੁਥਰਾ ਕਰਨਾ ਹੈ ਮਨ ਸਾਫ਼ ਹੋ ਗਿਆ ਮਨ ਚੰਗਾ ਹੋ ਗਿਆ ਮਨ ਭਲਾ ਜਿਹਦਾ ਹੋ ਜਾਏਗਾ ਉਹਦੀ ਸਾਰੀ ਜ਼ਿੰਦਗੀ ਭਲੀ ਹੋ ਜਾਏਗੀ ਜਬ ਤੇ ਦਰਸ਼ਨ ਭੇਟੇ ਸਾਧੂ
ਭਲੇ ਦਿਨ ਸੋਏ ਆ ਰਹੇ ਬਾ ਜਦੋਂ ਤੋਂ ਗੁਣਾਂ ਦੀ ਸੰਗਤ ਕਰੋਗੇ ਤੁਸੀਂ ਗੁਣਾਂ ਨਾਲ ਜੁੜ ਜਾਓਗੇ ਕਿਉਂਕਿ ਮਨ ਨੇ ਤੇ ਸੰਗਤ ਗੁਣਾਂ ਦੀ ਕਰਨੀ ਹੈ ਤਨ ਨੇ ਸਰੀਰ ਦੀ ਸੰਗਤ ਕਰਨੀ ਹੈ ਤਨ ਨੂੰ ਤਨ ਦਿਸਦਾ ਮਨ ਨੂੰ ਤੇ ਗੁਣ ਦਿਸਣਗੇ ਨਾ ਜਿਹੜੀ ਮਨ ਨੇ ਸੰਗਤ ਕਰਨੀ ਹੈ ਉਹ ਗੁਣਾਂ ਦੀ ਕਰਨੀ ਹੈ ਮਨ ਤੱਕ ਗੁਣ ਪਹੁੰਚਣੇ ਨੇ ਮਨ ਤੱਕ ਤੇ ਗੁਣ ਗੁਣ ਪਹੁੰਚਣਗੇ ਤੇ ਜਦੋਂ ਤੋਂ ਗੁਣਾਂ ਦੀ ਸੰਗਤ ਕੀਤੀ ਦਿਨ ਭਲੇ ਆ ਗਏ ਆਪਾਂ ਕਹਿੰਦੇ ਰਹੇ ਭਲਾ ਦੇਣਾ ਅੱਜ ਭਲਾ ਦੇਣਾ ਨਹੀਂ ਭਾਈ ਜੇ ਸਾਡਾ ਜੀਵਨ ਨਾ ਬਦਲਿਆ ਫਿਰ ਕੋਈ ਭਲਾ ਦੇਣ ਨਹੀਂ ਸੂਰਜ ਦੀ ਪੂਜਾ ਕਰਨ ਵਾਲੇ ਸੰਗਰਾਂਦ ਨੂੰ ਪੂਜਦੇ ਨੇ ਦੇਵਤੇ ਨੂੰ ਕਹਿੰਦੇ ਨੇ ਤੂੰ ਸਾਡੇ ਤੇ ਖੁਸ਼ ਰਹੀ ਇਸ ਮਹੀਨੇ ਅਗਲੇ ਮਹੀਨੇ ਫਿਰ ਰਾਸ ਚੇਂਜ ਕਰਦਾ ਹੈ ਬਦਲਦਾ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਜਾਂਦਾ ਹੈ ਉਹ ਫਿਰ ਅਰਦਾਸ ਕਰਦੇ ਨੇ ਆਹ ਮਹੀਨਾ ਵੀ ਸਾਡਾ ਚੰਗਾ ਨਿਕਲੇ ਇਹ ਹੋਰਾਂ ਧਰਮਾਂ ਦੀਆਂ ਗੱਲਾਂ ਨੇ ਸਿੱਖ ਧਰਮ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮੰਨਿਆ ਜਾਂਦਾ ਹੈ ਇੱਥੇ ਮਹੀਨੇ ਮੱਸਿਆ ਗੁਰੂ ਦੇ ਨਾਲ ਨਹੀਂ ਹਰ ਪਲ ਗੁਰੂ ਦੇ ਨਾਲ ਹਰ ਸਾਹ ਗੁਰੂ ਦੇ ਸਾਰੀ ਜ਼ਿੰਦਗੀ ਗੁਰੂ ਦੇ ਨਾਲ ਮਤਲਬ ਸਤਿਗੁਰੂ ਜੀ ਦੀ ਸਿੱਖਿਆ ਦੇ ਨਾਲ ਅਸੀਂ ਸਤਿਗੁਰ ਜੀ ਦੇ ਬਚਨਾਂ ਨੂੰ ਮੰਨਣਾ ਹੈ ਬਸ ਤਾਂ ਬਹਾਨਾ ਹੈ ਇੱਕ ਸਿਰ ਝੁਕਾਉਣ ਦਾ ਮਤਲਬ ਵੀ ਇਹੀ ਹੈ ਕਿ ਮੈਂ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ ਹੈ ਤੁਹਾਡੇ ਅੱਗੇ ਗੁਰੂ ਜੀ ਮੈਂ ਤੁਹਾਡੇ ਬਚਨਾਂ ਤੇ ਤੁਹਾਡੀ ਸਿੱਖਿਆ ਤੇ ਚੱਲਾਂਗਾ ਸਿਰ ਝੁਕਾਉਣ ਦਾ ਤਨ ਝੁਕ ਰਿਹਾ ਮਨ ਕਹਿ ਰਿਹਾ ਤਨ ਝੁਕ ਰਿਹਾ ਮਨ ਕਹਿ ਰਿਹਾ ਜੇ ਮਨ ਨਹੀਂ ਕਹਿ ਰਿਹਾ ਤਨ ਜਿਹੋ ਜਿਹਾ ਝੁਕਿਆ ਤੇ ਜਿਹੋ ਜਿਹਾ ਕੋਈ ਅਰਥ ਨਹੀਂ ਜੇ ਮਨ ਕਵੇ ਤਾਂ ਫਾਇਦਾ ਹੈ ਮੱਥਾ ਟੇਕਣ ਲੱਗਿਆ ਮਨ ਕਵੇ ਮੈਂ ਤੁਹਾਡੇ ਅੱਗੇ ਝੁਕ ਗਿਆ ਬਸ ਅੱਜ ਤੋਂ ਬਾਅਦ ਹੋਰ ਨਹੀਂ ਝੁਕਦਾ ਕਿਤੇ ਹੋਇਆ ਕਦੀ 10 ਰੁਪਈਏ ਰੱਖ ਕੇ ਚੁੱਕ ਲਓ ਵਾਪਸ ਕਦੇ ਚੁੱਕੇ ਨੇ ਕਿਸੇ ਨੇ 100 ਰੁਪਈਆ ਮੁੜ ਕੇ ਚੁੱਕਿਆ ਸਿਰ ਪਤਾ ਨਹੀਂ ਕਿੰਨੀ ਵਾਰੀ ਰੱਖਿਆ ਤੇ ਕਿੰਨੀ ਵਾਰੀ ਚੁੱਕਿਆ ਇਹ ਅਸੀਂ ਪਤਾ ਨਹੀਂ ਕਿੰਨੀ ਵਾਰੀ ਰੱਖਿਆ ਕਿੰਨੀ ਵਾਰੀ ਵਾਪਸ ਚੁੱਕ ਲੈਂਦੇ ਬਸ ਜਦੋਂ ਗੁਰੂ ਜੀ ਦੇ ਚਰਨਾਂ 'ਚ ਆ ਗਏ ਸੱਚੇ ਪਾਤਸ਼ਾਹ ਤੁਹਾਡੇ ਬਚਨਾਂ ਤੇ ਪਹਿਰਾ ਦੇਵਾਂਗੇ ਤੇ ਮੇਰੀ ਗੱਲ ਪੱਕੀ ਸੁਰਤ ਵਿੱਚ ਟਿਕਾ ਲਓ ਰੱਬ ਜੀ ਨਾਲ ਉਹਨਾਂ ਦਾ ਪਿਆਰ ਪਏਗਾ ਵਾਹਿਗੁਰੂ ਜੀ ਨਾਲ ਪਿਆਰ ਪੈ ਜਾਏਗਾ ਜਿਹੜੇ ਪਿਆਰ ਨਾਲ ਗੁਰੂ ਜੀ ਦੇ ਬਚਨ ਪੜ੍ਹਨ ਸੁਣਨ ਲੱਗ ਜਾਣਗੇ ਤੇ ਨਿਹੋਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਜਿਹੜੇ ਗੁਰਬਾਣੀ ਨੂੰ ਵਿਚਾਰ ਵਿਚਾਰ ਕੇ ਪੜ੍ਹਨਗੇ ਸਤਿਗੁਰ ਜੀ ਦੇ ਸੁਣ ਕੇ ਦਰਸ਼ਨ ਕਰਨਗੇ ਨਾ ਇਦਾਂ ਅੱਖਾਂ ਦੇ ਸਾਹਮਣੇ ਪ੍ਰਗਟ ਕਰ ਲੈਂਦੇ ਨੇ ਜਿਹੜੇ ਗੁਰੂ ਜੀ ਨੂੰ ਸੁਰਤ ਦੇ ਸੁਰਤ ਉਹਨਾਂ ਦੇ ਵਿਗਿਆਨ ਨੂੰ ਬਚਨਾਂ ਨੂੰ ਪਕੜਦੀ ਹੈ ਉਹਨਾਂ ਦਾ ਫਿਰ ਰੱਬ ਨਾਲ ਪਿਆਰ ਪੈ ਜਾਂਦਾ ਹੈ ਗੂੜਾ ਪਿਆਰ ਪੈ ਜਾਂਦਾ ਹੈ ਤੇ ਮੈਂ ਇਹ ਬੇਨਤੀ ਬਹੁਤ ਵਾਰ ਕਰਦਾ ਹਾਂ ਪਹਿਲਾਂ ਤੁਹਾਨੂੰ ਯਾਦ ਹੀ ਕਰਨਾ ਪੈਣਾ ਹੈ ਜਦੋਂ ਯਾਦ ਕਰਦਿਆਂ ਕਰਦਿਆਂ ਪਿਆਰ ਪੈ ਗਿਆ ਫਿਰ ਯਾਦ ਆਪੇ ਆਈ ਜਾਣੀ ਹੈ ਪਹਿਲਾਂ ਤੇ ਯਾਦ ਕਰਨਾ ਪੈਣਾ ਮੁੜ ਮੁੜ ਯਾਦ ਕਰੋਗੇ ਫਿਰ ਹੌਲੀ ਹੌਲੀ ਪਿਆਰ ਪਏਗਾ ਜਦੋਂ ਪਿਆਰ ਪੈ ਗਿਆ ਫਿਰ ਯਾਦ ਆਪੇ ਆਈ ਜਾਣੀ ਹੈ ਗੁਰਬਾਣੀ ਪੜ੍ਹ ਪੜ੍ਹ ਕੇ ਰੱਬ ਨਾਲ ਨਿਉਂ ਲੱਗ ਜਾਂਦਾ ਹੈ ਜਦੋਂ ਵਾਹਿਗੁਰੂ ਜੀ ਨਾਲ ਪਿਆਰ ਪੈ ਜਾਂਦਾ ਹੈ ਫਿਰ ਰੱਬ ਦੀ ਯਾਦ ਆਪੇ ਆਈ ਜਾਂਦੀ ਹੈ ਫਿਰ ਮਨ ਗੁਣ ਗਾਈ ਜਾਂਦਾ ਹੈ ਗੁਣ ਗਾਈ ਜਾਂਦਾ ਹੈ ਹਮੇਸ਼ਾ ਸੁਰਤ ਕਰਕੇ ਆਪਾਂ ਗੁਣ ਗਾਈ ਜਾਂਦੇ ਹਾਂ ਹੱਥਾਂ ਪੈਰਾਂ ਨਾਲ ਕੰਮ ਕਰਦੇ ਰਹਿੰਦੇ ਹਾਂ ਇਹਨੂੰ ਹੀ ਆਪਾਂ ਪੜ੍ਹਦੇ ਹਾਂ ਨਾ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਚਿੱਤ ਹੈ ਜਿਹੜਾ ਵਾਹਿਗੁਰੂ ਜੀ ਨਾਲ ਲੱਗਿਆ ਰਹਿੰਦਾ ਹੱਥਾਂ ਪੈਰਾਂ ਨਾਲ ਆਪਾਂ ਇੱਦਾਂ ਹੀ ਕੰਮ ਕਾਰ ਕਰਦੇ ਰਹਿਣਾ ਭੱਜਦੇ ਨੱਠਦੇ ਰਹਿਣਾ ਬਸ ਮਨ ਨੂੰ ਸਿੱਖ ਬਣਾਉਣਾ ਭਾਈ ਮਨ ਨੂੰ ਸ਼ਾਂਤ ਕਰਨਾ ਹੈ ਅੰਦਰ ਦਾ ਟਿਕਾਅ ਬੜਾ ਲਾਜ਼ਮੀ ਹੈ ਇਹ ਬੇਨਤੀਆਂ ਬਹੁਤ ਵਾਰ ਸਟੇਜਾਂ ਤੇ ਕਰਦਾ ਮੈਂ ਲੁਧਿਆਣੇ ਇਸ ਵਿਸ਼ੇ ਤੇ ਬਹੁਤ ਵਿਸਥਾਰ ਨਾਲ ਬੇਨਤੀ ਕੀਤੀ ਸੀ ਪੈਜ ਅੰਦਰ ਦੀ ਹੁੰਦੀ ਹੈ ਪੱਤ ਅੰਦਰ ਦੀ ਹੁੰਦੀ ਹੈ ਅਮੀਰੀ ਅੰਦਰ ਦੀ ਹੁੰਦੀ ਹੈ ਖਜ਼ਾਨਾ ਅੰਦਰ ਹੁੰਦਾ ਹੈ ਨਾ ਬਾਹਰਲੇ ਖਜ਼ਾਨਿਆਂ ਨੂੰ ਗੁਰੂ ਜੀ ਮੰਨਦੇ ਨੇ ਨਾ ਬਾਹਰਲੀ ਪ੍ਰਭਤਾ ਨੂੰ ਮੰਨਦੇ ਨੇ ਨਾ ਬਾਹਰਲੀਆਂ ਗੱਡੀਆਂ ਬਾਹਰਲੀਆਂ ਬੱਤੀਆਂ ਬਾਹਰਲੇ ਬੋਡੀਗਾਰਡ ਬਾਹਰਲੇ ਸਿਸਟਮ ਨੂੰ ਗੁਰੂ ਜੀ ਨਹੀਂ ਮੰਨਦੇ ਗੁਰੂ ਸਾਹਿਬ ਕਹਿੰਦੇ ਨੇ ਬੰਦਾ ਅੰਦਰੋਂ ਕਿਵੇਂ ਹੈ ਇਹ ਗੱਲ ਕਰੋ
ਅੰਦਰੋਂ ਵੇਖੋ ਵੀ ਕਿਵੇਂ ਹੈ, ਅੰਦਰੋਂ ਅਮੀਰ ਹੈ ਕਿ ਅੰਦਰੋਂ ਸ਼ਾਂਤ ਹੈ ਕਿ ਅੰਦਰੋਂ ਟਿਕਿਆ ਹੋਇਆ ਹੈ ਕਿ ਬਸ ਜੀ ਅੰਦਰ ਸ਼ਾਂਤ ਹੈ ਤੇ ਸਭ ਕੁਝ ਠੀਕ ਹੈ। ਬਾਹਰੋਂ ਬਾਹਰੋਂ ਅਸੀਂ ਵੇਖਦੇ ਹਾਂ, ਅਸੀਂ ਹਰੇਕ ਨੂੰ ਬਾਹਰੋਂ ਵੇਖਦੇ ਹਾਂ ਵੀ ਯਾਰ ਬੰਦਾ ਬੜਾ ਅਮੀਰ ਹੈ, ਬੜੀ ਮੌਜ ਕਰਦਾ, ਬੜਾ ਆਨੰਦ 'ਚ ਰਹਿੰਦਾ, ਬੜਾ ਬੱਲੇ ਬੱਲੇ ਬੜੀ ਹੈ। ਪਰ ਇਹ ਗੁਰੂ ਜੀ ਕਹਿੰਦੇ ਨੇ ਨਹੀਂ ਭਾਈ, ਇਹਨੂੰ ਨਹੀਂ ਕਹਿੰਦੇ ਚੜ੍ਹਦੀ ਕਲਾ, ਇਹ ਤੇ ਅੰਦਰ ਦੀ ਚੜ੍ਹਦੀ ਕਲਾ ਹੁੰਦੀ ਹੈ, ਕਿਸੇ ਕਿਸੇ ਕੋਲ ਹੋਏਗੀ। ਜਿਹੜੇ ਬੰਦੇ ਨੇ ਕੰਮ ਮਾੜੇ ਕੀਤੇ ਨੇ, ਦੋ ਨੰਬਰ ਦੇ ਧੰਦੇ ਕੀਤੇ ਨੇ, ਠੱਗੀਆਂ ਆਪਣੀ ਜ਼ਿੰਦਗੀ ਵਿੱਚ ਮਾਰੀਆਂ ਨੇ, ਬੇਈਮਾਨੀਆਂ ਕੀਤੀਆਂ ਨੇ, ਉਹਦੀ ਬਾਬਤ ਫਿਰ ਆਪਾਂ ਪੜ੍ਹਦੇ ਹਾਂ, ਪਾਪੀ ਕਰਮ ਕਮਾਵਦੇ। ਬੋਲੋ ਅੱਗੇ। ਹਾਂ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮਥੈ ਧਰਮ ਰਾਏ। ਜਿਹੜਾ ਅੰਦਰ ਸੱਚ ਬੈਠਾ ਨਾ ਧਰਮ ਰਾਜਾ, ਕਹਿੰਦੇ ਉਹਨਾਂ ਦੀ ਪੂਰੀ ਚੱਕਰੀ ਘੁਮਾ ਦਿੰਦਾ ਅੰਦਰ। ਹੁਣ ਸਾਨੂੰ ਤੇ ਚੱਟ ਹੀ ਦਿਸਦੀ ਹੈ ਨਾ, ਮੈਂ ਬੇਨਤੀ ਕੀਤੀ ਸੀ ਲੁਧਿਆਣੇ ਵੀ ਸਾਨੂੰ ਤੇ ਦਿਸਦੀ ਹੈ ਚੱਟ ਹੀ, ਸਾਨੂੰ ਤੇ ਘੜਾ ਦਿਸਦਾ ਚੱਟ ਹੀ ਦਿਸਦੀ ਹੈ, ਮਧਾਣੀ ਚੱਲ ਰਹੀ ਹੈ। ਆਪਾਂ ਤੇ ਕਹਾਂਗੇ ਆਹ 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 ਵੇਖੋ ਕਿੰਨਾ ਸੋਹਣਾ ਮਧਾਣੀ ਚੱਲ ਰਹੀ ਹੈ, ਉਹ ਚੱਕਰੀ ਤੇ ਅੰਦਰ ਘੁੰਮੀ ਹੁੰਦੀ ਹੈ, ਐਂ ਘੁਮਾਇਆ ਪਿਆ ਹੁੰਦਾ ਸਾਰਾ ਕੁਛ, ਇਹ ਤੇ ਅੰਦਰ ਦੀ ਹਾਲਤ ਹੈ। ਜਿਹੜਾ ਸੱਚ ਹੈ ਨਾ, ਸੱਚ ਭੈੜੇ ਵਿਚਾਰਾਂ ਵਾਲਿਆਂ ਦੇ ਅੰਦਰ ਨਾ, ਉਹ ਸੱਚ ਹੈ ਜਿਹੜਾ, ਉਹ ਚੱਕਰੀ ਘੁਮਾਈ ਹੁੰਦੀ ਅੰਦਰ, ਅੰਦਰ ਸਾਨੂੰ ਦੇਖਦਾ ਨਹੀਂ, ਸਾਨੂੰ ਦੇਖਦਾ ਬਾਹਰ। ਅਸੀਂ ਵੇਖਣੀ ਹੈ ਬਾਹਰਲੀ ਚਮਕ ਦਮਕ, ਅਸੀਂ ਵੇਖਣੀ ਹੈ ਬਾਹਰਲੀ ਅਮੀਰੀ, ਅਸੀਂ ਵੇਖਣੀ ਹੈ ਬਾਹਰਲੀ ਕੋਠੀ, ਬਾਹਰਲੇ ਬੈੱਡ, ਅਸੀਂ ਬਾਹਰੋਂ ਵੇਖ ਕੇ ਸਮਝ ਗਏ ਭੁਲੇਖਾ ਖਾ ਗਏ। ਕਈ ਵਾਰੀ ਫਿਰ ਦੋ ਨੰਬਰ ਵਾਲੇ ਕੰਮ ਕਰਨ ਲੱਗ ਜਾਂਦੇ ਨੇ, ਕਈ ਕਹਿੰਦੇ ਛੱਡੋ ਪਰ ਆਪਾਂ ਵੀ ਕਰ ਲਓ, ਫਲਾਣਾ ਵੀ ਤੇ ਕਰਦਾ ਹੀ ਹੈ, ਉਹ ਅਮੀਰ ਕਿਵੇਂ ਹੋਇਆ ਆਪਾਂ ਵੀ ਹੋਵੋ, ਉਹਨੇ ਠੱਗੀ ਕੀਤੀ ਆਪਾਂ ਵੀ ਠੱਗੀ ਮਾਰੋ, ਉਹ ਵੀ ਵੱਡੀਆਂ ਦਿੰਦਾ ਆਪਾਂ ਵੀ ਕਰ ਲਓ। ਏਦਾਂ ਹੀ ਨਹੀਂ ਭਾਈ, ਭੁੱਖਾ ਰਹਿ ਲਈ ਦੋ ਨੰਬਰ ਦਾ ਨਾ ਕਰੀ, ਗਲਤ ਖਾਣਾ ਉਦੋਂ ਵੀ ਨੁਕਸਾਨ ਕਰੇਗਾ, ਅੰਦਰ ਚੱਕਰੀ ਘੁਮਾ ਦੇਗਾ। ਲੋਕਾਂ ਵੱਲ ਨਾ ਵੇਖ, ਬਹੁਤੇ ਅਸੀਂ ਲੋਕਾਂ ਵੱਲ ਵੇਖ ਕੇ ਵਿਗੜਦੇ ਹਾਂ, ਫਲਾਣਾ ਵੀ ਤਾਂ ਇੱਦਾਂ ਕਰਦਾ ਹੀ ਉਹਦਾ ਕੀ ਵਿਗੜ ਗਿਆ, ਫਲਾਣਾ ਵੀ ਤਾਂ ਇੱਦਾਂ ਕਰਦਾ ਹੀ ਹੈ ਉਹਦਾ ਕੀ ਵਿਗੜ ਗਿਆ, ਲੋਕਾਂ ਵੱਲ ਕਿਉਂ ਵੇਖਦਾ? ਇਹ ਵੇਖ ਵੀ ਉਹਦੇ ਅੰਦਰ ਦੀ ਹਾਲਤ ਕੀ ਹੈ। ਜਿਸ ਦਿਨ ਮਾੜੇ ਕੰਮ ਵਿੱਚ ਫਸ ਗਏ, ਉਦਣ ਹੀ ਚਿੰਤਾ ਦੀ ਮੰਜੀ ਤੇ ਸੌਏਗਾ, ਬੈੱਡ ਤੇ ਨਹੀਂ ਸੌਏਗਾ, ਉਸੇ ਦਿਨ ਉਸੇ ਦਿਨ। ਹੁਣ ਵੇਖੋ ਨਾ, ਘਰ ਵਾਲੀ ਨਾਲ ਧੋਖਾ ਕਰਦਾ, ਘਰ ਵਾਲੀ ਘਰ ਵਾਲੇ ਨਾਲ ਧੋਖਾ ਕਰਦੀ ਹੈ, ਬੱਚੇ ਮਾਪਿਆਂ ਨਾਲ ਧੋਖਾ ਕਰਦੇ ਨੇ, ਮਾਪੇ ਨਿਆਣਿਆਂ ਤੋਂ ਚੋਰੀਆਂ ਰੱਖਦੇ ਨੇ। ਜਿਹੜਾ ਵੀ ਬੱਚਾ ਰੋਵੇ, ਖਿਆਲ ਰੱਖਿਓ ਬੀਬੀਓ, ਇਕਾਗਰਤਾ ਬਣਾਈ ਰੱਖਿਓ, ਬੇਨਤੀ ਧਿਆਨ ਵਿੱਚ ਰੱਖਿਓ, ਇੱਧਰ ਇਕਾਗਰਤਾ ਬਣਾਇਓ, ਹੁਣ ਇੱਧਰ ਧਿਆਨ ਰੱਖਿਓ। ਬੱਚੇ ਮਾਪਿਆਂ ਤੋਂ ਚੋਰੀ ਰੱਖਦੇ ਨੇ, ਮਾਪੇ ਬੱਚਿਆਂ ਤੋਂ ਚੋਰੀਆਂ ਰੱਖਦੇ ਨੇ, ਕੋਈ ਵੀ ਹੈ ਭਾਵੇਂ। ਸਾਨੂੰ ਇਹ ਲੱਗਦਾ ਬੰਦਾ ਬੈੱਡ ਤੇ ਪੈਂਦਾ, ਨਾ ਜੀ ਨਾ, ਸੱਚਾਈ ਇਹ ਹੈ ਉਹ ਬੰਦਾ ਚਿੰਤਾ ਦੀ ਮੰਜੀ ਤੇ ਪੈਂਦਾ। ਸਾਨੂੰ ਬੈੱਡ ਦਿਸਦਾ ਹੈ, ਬਾਬਾ ਫਰੀਦ ਸਾਹਿਬ ਕਹਿੰਦੇ ਤੇਰੇ ਨਾਲੋਂ ਟੁੱਟਿਆ ਜਿਹੜਾ, ਸੱਚ ਨਾਲੋਂ ਭੁੱਲਿਆ ਜਿਹੜਾ, ਉਹ ਤੇ ਚਿੰਤਾ ਤੇ ਪਿਆ। ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਪ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ। ਆ ਵੇਖ ਸਾਡਾ ਹਾਲ ਕੀ ਹੈ, ਤੇਰੇ ਨਾਲੋਂ ਟੁੱਟ ਕੇ ਮੈਂ ਚਿੰਤਾ ਤੇ ਪਿਆ, ਇਹ ਸੱਚ ਹੈ। ਜਿਹੜਾ ਬੰਦਾ ਰੱਬ ਨਾਲੋਂ, ਗੁਰੂ ਜੀ ਦੇ ਬਚਨਾਂ ਨਾਲੋਂ, ਗੁਰੂ ਜੀ ਦੇ ਗਿਆਨ ਨਾਲੋਂ ਟੁੱਟ ਕੇ ਕਹਿੰਦਾ ਮੈਂ ਨਹੀਂ ਮੰਨਦਾ, ਫਿਰ ਨਾ ਮੰਨ, ਬੈੱਡ ਤੇ ਸੌਂ ਕੇ ਵਿਖਾਈ ਫਿਰ ਨਾ ਮੰਨ, ਕਰ ਮਰਜ਼ੀ ਆਪਣੀ, ਸੌਂ ਕੇ ਵਿਖਾਈ ਸੁਖੀ ਦੇ ਪਿਓ ਦਾ ਪੁੱਤ ਹੈ, ਸਿਉਂ ਸੌਂ ਕੇ ਵਿਖਾ ਕਰ ਮੌਜ, ਫਿਰ ਉਦਣ ਹੀ ਚੱਕਰੀ ਘੁਮਾ ਦੇਗਾ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਫਵਾਈ ਹੈ, ਧਰਮ ਹੈ ਜਿਹੜਾ ਉਹ ਚੱਕਰੀ ਘੁਮਾਏਗਾ। ਬਾਹਰਲਾ ਕਾਨੂੰਨ ਤੈਨੂੰ ਮਾਫ ਕਰ ਸਕਦਾ, ਤੂੰ ਗੱਡੀ ਸਪੀਡ ਤੇ ਕਹਿੰਦਾ ਮੈਂ ਤੇ ਚਲਾਵਾਂਗਾ, ਚੱਲ ਭਜਾ ਲੈ, ਫਿਰ ਬਚ ਗਿਆ ਚਲਾਨ ਤੋਂ, ਇੱਥੇ ਨਹੀਂ ਬਚਿਆ ਜਾਣਾ, ਕਰ ਫਿਰ ਮਨ ਮਰਜ਼ੀ। ਬਾਹਰ ਮੌਜ ਕਰੇਗਾ, 10 ਮਿੰਟ ਦੇ ਨਜ਼ਾਰੇ ਨੇ, 10 ਘੰਟਿਆਂ ਦਾ ਨਜ਼ਾਰਾ ਹੋ ਸਕਦਾ, 10 ਦਿਨ ਮੌਜ ਕਰ ਲਏਗਾ, ਪਰ ਉਹਨੇ ਅੰਦਰ ਤੇਰੀ ਚੱਕਰੀ ਘੁਮਾ ਕੇ ਹਰ ਵੇਲੇ ਚਿੰਤਾ 'ਚ ਡੁੱਬਿਆ ਰਹਿਣਾ। ਗਲਤ ਕੰਮ ਕਰਨ ਵਾਲੇ ਬੰਦੇ ਨਾ, ਉਹ ਪੂਰੀ ਫਿਰ ਗੁਰੂ ਜੀ ਕਹਿੰਦੇ ਨੇ ਵੀ ਤੂੰ ਬਚ ਨਹੀਂ ਸਕਦਾ, ਰੱਬੀ ਨਿਯਮ ਹੈ, ਇਹ ਰੱਬ ਦਾ ਕਾਨੂੰਨ ਹੈ, ਜਿੱਥੇ ਧੋਖਾ ਕਰੇਗਾ
ਫਸ ਜਾਏਗਾ। ਹੁਣ ਵੇਖੋ ਮੈਂ ਗੱਲ ਕਰ ਰਿਹਾ ਨਾ, ਆ ਹੱਥਾਂ ਚੋਂ ਪਸੀਨਾ ਆਉਣ ਲੱਗ ਜਾਏਗਾ, ਉਹਨਾਂ ਉਹਨਾਂ ਦੇ ਸਾਰਿਆਂ ਦੇ ਦਿਲ ਦੀ ਧੜਕਣ ਤੇਜ਼ ਹੋਏਗੀ, ਦਿਲ ਤੇਜ਼ ਧੜਕਣ ਲੱਗ ਜਾਏਗਾ, ਹੱਥਾਂ ਚੋਂ ਪਸੀਨਾ ਆਏਗਾ। ਮਾਫ ਕਰਨਾ ਇਹ ਹੈ ਕੀ ਫਿਰ, ਇਹ ਕੀ ਹੈ? ਇਹ ਹੁਣ ਮਨ ਨਾ ਕੋਲੂ ਪੀੜਿਆ ਜਾਂਦਾ, ਆਖੋ ਸਤਨਾਮ। ਹਾਂਜੀ ਹਾਂਜੀ ਹਾਂਜੀ, ਇੱਦਾਂ ਹੀ ਹੈ, ਇੱਦਾਂ ਲੇਖੇ ਹੁੰਦੇ ਨੇ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇੱਦਾਂ ਆਪਾਂ ਅਰਥ ਸਮਝੀਏ ਗੁਰਬਾਣੀ ਨੂੰ, ਇੱਦਾਂ ਸਮਝੀਏ ਤਾਂ ਕਲੀਅਰ ਹੁੰਦੀ ਹੈ ਗੱਲ, ਤਾਂ ਦਿਮਾਗ ਸੈੱਟ ਹੋਏਗਾ। ਜੇ ਆਪਾਂ ਪੈਂਡਿੰਗ ਕਰ ਦੇਣਾ ਕੇਸ, ਰੱਬ ਵੀ ਲੋ ਵੀ ਇੰਨਾ ਕੁ ਰੱਬ ਨੂੰ ਬੜੇ ਕੰਮ ਨੇ, ਸਾਰੇ ਪੈਂਡਿੰਗ ਰੱਖੇ ਨੇ ਕੇਸ ਰੱਬ ਨੇ। ਸਾਡੇ ਵਰਗੇ ਵਿਹਲੜ ਬੰਦੇ ਪੈਂਡਿੰਗ ਰੱਖ ਦਿੰਦੇ ਨੇ, ਸਾਡੇ ਵਰਗੇ ਵਿਹਲੜਾਂ ਨੇ ਕੀ ਕਹਿਣਾ, ਕੋਈ ਨੀ ਕੱਲ ਨੂੰ ਕਰ ਦਿਆਂਗੇ, ਪਰਸੋਂ ਕਰ ਦਿਆਂਗੇ, 10 ਦਿਨ ਠਹਿਰ ਜਾਓ, 10 ਮਹੀਨੇ ਠਹਿਰ ਜਾਓ। ਆਪਾਂ ਕੰਮ ਇੱਦਾਂ ਕਰਦੇ ਹਾਂ, ਉਹ ਨਹੀਂ ਕਰਦਾ, ਉਹ ਤੇ ਉਸੇ ਵੇਲੇ ਹੀ ਲੇਖੇ ਨਾਲ ਦੀ ਨਾਲ ਹੀ ਕਰੀ ਜਾਂਦਾ। ਉਡੀਕ ਕਰੇਗਾ ਵੀ ਤੂੰ ਪਹਿਲਾਂ 80 ਸਾਲ ਤੈਨੂੰ ਉਡੀਕਨੇ ਆ ਬਾਈ, ਅੱਛਾ ਤੂੰ 80 ਸਾਲ ਨਜ਼ਾਰੇ ਲੈ ਲੈ ਪੂਰੇ, ਫਿਰ ਤੇਰੇ ਨਾਲ ਉੱਤੇ ਆ ਜਾ, ਫਿਰ ਹਿਸਾਬ ਕਰਨੇ ਆ ਜਾ, ਆਈ ਤੂੰ ਉੱਤੇ, ਜਿਵੇਂ ਆਪਾਂ ਕਹਿੰਦੇ ਆਈ ਤੂੰ ਉੱਧਰ ਮੇਰੇ ਵਾਲੀ ਗਲੀ 'ਚ ਆਈ ਤੂੰ, ਉੱਥੇ ਆਈ ਫਿਰ ਤੈਨੂੰ ਪੁੱਛਾਂਗੇ। ਉਹ ਨਹੀਂ, ਉਹ ਅੰਦਰ ਹੀ ਬੈਠਾ ਹੈ, ਨਾਨਕ ਜੀਓ ਪਾਏ ਕਹਿ ਲਿਖਨਾਵੈ, ਅੰਦਰ ਬੈਠਾ ਧਰਮ, ਅੰਦਰ ਕਚਹਿਰੀ ਲਾ ਕੇ ਬੈਠਾ ਹੈ, ਕਚਹਿਰੀ ਲਾ ਕੇ ਬੈਠਾ ਹੈ। ਕਹਿੰਦੇ ਤੂੰ ਫੁਰਨਾ ਘਰ, ਫੁਰਨਾ ਘਰ, ਬਸ ਉੱਥੇ ਹੀ ਬੈਠਾ ਤੇਰੇ ਅੰਦਰ ਹੀ। ਵਿਚਾਰ ਜਦੋਂ ਉਹਦੇ ਸਾਹਮਣੇ ਪੇਸ਼ ਹੋਣਾ, ਉਹਨੇ ਵਿਚਾਰ ਨਹੀਂ ਪੇਸ਼ ਹੋ ਜਾਣਾ ਸਾਡੇ ਨੇ, ਵਿਚਾਰ ਨਹੀਂ, ਜਦੋਂ ਖਿਆਲ ਵੀ ਆਉਣਾ ਨਾ, ਉਹਨੇ ਉਸੇ ਵੇਲੇ ਫੜ ਲੈਣਾ ਵੀ ਆਹ ਆ ਗਿਆ, ਲੈ ਕਰ ਫਿਰ ਕੰਮ ਮਾੜਾ, ਕਰ ਮੌਜਾਂ ਬਈ, ਬਚ ਨਹੀਂ ਸਕਦਾ ਰੱਬੀ ਕਾਨੂੰਨ, ਪਟਕਾ ਪਟਕਾ ਮਾਰਦਾ ਫਿਰ। ਤੇ ਪਤਾ ਹਾਲਤ ਕੀ ਹੋ ਜਾਂਦੀ ਹੈ, ਬੜੇ ਸੱਜਣ ਮਿਲਦੇ ਨੇ ਜਿਹੜੇ ਕਹਿੰਦੇ ਨੇ ਦਿਲ ਕਰਦਾ ਕੁਝ ਖਾ ਕੇ ਮਰ ਜਾ, ਇੰਨੇ ਕਰਮ ਆਪਣੇ ਆਪ ਨੂੰ ਇੰਨੀ ਸਟ੍ਰੈਸ ਵਿੱਚ ਚਲਿਆ ਜਾਂਦਾ ਬੰਦਾ, ਸਟ੍ਰੈਸ ਵੱਧਦੀ 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 ਵੱਧਦੀ, ਉਹਦਾ ਦਿਲ ਕਰਦਾ ਮੈਂ ਕੁਝ ਖਾ ਕੇ ਮਰ ਜਾ, ਤੇ ਮਰਦੇ ਵੀ ਨੇ, ਬੜੀ ਦੁਨੀਆ ਮਰਦੀ ਵੀ ਹੈ। ਇਸ ਕਰਕੇ ਸੁਣਿਓ ਭਾਈ, ਬਾਹਰਲੀਆਂ ਚਾਟੀਆਂ ਵੇਖਣੀਆਂ ਛੱਡ ਦਿਓ, ਅੰਦਰ ਵੇਖੋ, ਕਿਸੇ ਦੇ ਅੰਦਰ ਆਪਣੇ, ਸਾਡੀ ਅੰਦਰ ਸਾਡੀ ਆ ਬਾਹਰਲੀ ਚਾਟੀ ਤੇ ਬੜੀ ਸੋਹਣੀ ਹੈ, ਸਾਫ ਸੁਥਰੀ, ਅਸਾਂ ਪੱਗ ਬੰਨ ਲਈ ਹੈ, ਦਾੜਾ ਵਾਹਿਆ ਹੋਇਆ, ਤੇਲ ਤੂਲ ਲਾਇਆ ਹੋਇਆ, ਹਾਂਜੀ ਬਾਹਰੋਂ ਪੂਰੇ ਟਿਚਨ ਪਿਚਨ ਪੂਰੇ ਆ, ਅੰਦਰ ਵੇਖੋ ਚੈੱਕ ਕਰਕੇ ਵੀ ਚੱਕਰੀ ਤੇ ਨਹੀਂ ਘੁੰਮੀ ਪਈ ਕਿਤੇ ਅੰਦਰ, ਆਪਣੇ ਆਪ ਨੂੰ ਚੈੱਕ ਕਰੀਏ। ਜੇ ਅਸੀਂ ਗਲਤ ਹਾਂ ਜਿੱਥੇ ਉੱਥੇ ਅੱਜ ਹੀ ਠੀਕ ਕਰੀਏ, ਆਜ ਮਲਾਵਾ ਸੇਖ ਫਰੀ, ਅੱਜ ਮਿਲ ਰੱਬ ਨੂੰ, ਅੱਜ ਸੱਚ ਸੱਚਾ ਬਣ ਜਾ, ਬਸ ਤੱਕ ਮਕੂਨ ਜਿਹੜੀਆਂ ਮਨੋ ਹੁਮ ਚਿੰਦੜੀਆਂ, ਮਨ ਨੂੰ ਚੰਚਲ ਕਰਨ ਵਾਲੇ ਜਿਹੜੇ ਵਿਚਾਰ ਨੇ, ਅੱਜ ਬਦਲ, ਅੱਜ ਛੱਡ, ਹੁਣ ਛੱਡ, ਫਿਰ ਕੀ ਹੋਏਗਾ ਜੀ? ਆਓ ਅੱਜ ਆਪਾਂ ਮੰਗਰ ਮਾਹੇ ਸੁਹੰਦੀਆਂ ਇਸ ਮਹੀਨੇ ਦੀ ਨਾਲ ਨਾਲ ਵਿਚਾਰ ਕਰੀਏ, ਥੋੜ੍ਹਾ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰੀਏ। ਜਦੋਂ ਆਪੇ ਵੱਲ ਵੇਖਣ ਲੱਗ ਗਏ ਨਾ, ਅੰਦਰ ਵੇਖਣ ਲੱਗ ਗਏ, ਅੰਤਰਮੁਖ ਹੋਵੋ, ਗਹਿਰਾਈ ਵਿੱਚ ਸਮਝੋ ਇਹਨਾਂ ਗੱਲਾਂ ਨੂੰ, ਤਾਂ ਨਾ ਛੱਡੋ ਇਹਨਾਂ ਨੂੰ, ਸਮਝੀਏ ਇੱਕ ਇੱਕ ਬਚਨ ਨੂੰ, ਇੱਕ ਇੱਕ ਗੱਲ ਨੂੰ ਆਪਣੇ ਤੇ ਲਾਗੂ ਕਰੀਏ। ਠੀਕ ਹੈ, ਫਲਾਣਾ ਸਿੰਘ ਜੁੜਿਆ ਤੇ ਤਰ ਗਿਆ, ਜੁੜ ਗਿਆ ਤੇ ਤਰ ਗਿਆ, ਆਪਾਂ ਆਪਣੇ ਆਪ ਵੱਲ ਵੇਖੀਏ ਵੀ ਅਸੀਂ ਕਿੱਥੇ ਖੜੇ, ਸਾਡੇ ਤੇ ਬਚਨ ਲਾਗੂ ਕਿੱਦਾਂ ਹੋਣਗੇ, ਧਰਮ ਦਾ ਸਿਧਾਂਤ ਸਾਡੇ ਮਨ ਦਾ ਕਿਵੇਂ ਫਿਰ ਸਾਡੇ ਤੇ ਲਾਗੂ ਹੁੰਦਾ। ਇਹਨਾਂ ਗੱਲ ਬਚਨਾਂ ਨੂੰ ਆਪਾਂ, ਗੁਰੂ ਜੀ ਦੇ ਬਚਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਫਿਰ ਲਾਭ ਹੈ। ਐਡੀ ਐਡੀ ਦੂਰੋਂ ਆਪਾਂ ਸਫ਼ਰ ਕਰਕੇ ਆਉਂਦੇ ਹਾਂ, ਕਿੰਨਾ ਸਾਡਾ ਤੇਲ ਮੱਚਦਾ ਹੈ, ਕਿੰਨਾ ਸਾਡਾ ਖਰਚਾ ਹੁੰਦਾ ਹੈ, ਬਸ ਜੇ ਕੁਝ ਨਾ ਕੁਝ ਸਾਡੇ ਪੱਲੇ ਪੈ ਜਾਏ ਅੰਦਰੋਂ, ਜਿਹੜੇ ਨੇ ਨਾ ਵਕਾਰਾਂ ਉੱਤੇ ਪੜਦਾ ਪੈ ਜਾਏ, ਭੈੜੇ ਖਿਆਲ ਆਉਣੇ ਹਟ ਗਏ, ਜਦੋਂ ਹਟ ਗਏ ਫਿਰ ਅਸੀਂ ਕੀ ਕਵਾਂਗੇ, ਨਿਰਗੁਣ ਰਾਖ ਲਿਆ ਸੰਤਨ ਕਾ
ਸਦਕਾ ਐਦਾਂ ਸੰਗਤ ਵਿੱਚ ਗਏ ਸੀ ਲਓ ਜੀ ਰੱਖ ਲਿਆ ਮੇਰੇ ਤੇ ਕਿਰਪਾ ਹੋ ਗਈ ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਹਿ ਪਾਪੀ ਪੜਦਾ ਪਾਤਾ ਉਹ ਪੜਦਾ ਕਾਹਦਾ ਪਾਣਗੇ ਔਗਣਾਂ ਤੇ ਪੜਦਾ ਪਾ ਦੇਣਗੇ ਅੰਦਰ ਮਨ ਦੇ ਜਿਹੜੇ ਭੈੜੇ ਵਿਚਾਰ ਆਉਂਦੇ ਸੀ ਉਹਨਾਂ ਤੇ ਪੜਦਾ ਹੀ ਪੈ ਗਿਆ ਬਸ ਹੁਣ ਨਹੀਂ ਉੱਠਦੇ ਅੰਦਰਲੀ ਪੱਤ ਢੱਕ ਲਈ ਅੰਦਰ ਪੜਦੇ ਪਾਤੇ ਸ਼ਾਂਤ ਹੋ ਗਿਆ ਬਸ ਅੰਦਰੋਂ ਅੰਦਰੋਂ ਟਿਕ ਜਾਏ ਅੰਦਰੋਂ ਇਹਦੀ ਲੋੜ ਹੈ ਅੱਜ ਤਾਂ ਹੀ ਲਾਉਂਦੇ ਸੀ ਮੱਥੇ ਤੇ ਟਿੱਕਾ ਪਰ ਸਾਡੇ ਨਹੀਂ ਅਸੀਂ ਨਹੀਂ ਟਿੱਕੇ ਲਾਉਂਦੇ ਸਾਡੇ ਤੇ ਕਹਿੰਦੇ ਮਨ ਟਿਕਾ 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 ਇਹਨੂੰ ਟਿਕ ਟਿਕ ਜਾ ਬਸ ਆਪਣੇ ਵਿਚਾਰਾਂ ਨੂੰ ਟਿਕਾ ਪਰ ਹੁਣ ਇਹਨਾਂ ਨੂੰ ਪੜ੍ਹੇ ਕੌਣ ਕਾਇਆ ਕਾਗਜ਼ ਮਨ ਪਰਵਾਣਾ ਸਿਰ ਕੇ ਲੇਖਣਾ ਪੜ੍ਹੇ ਇਆਣਾ ਕਹਿੰਦੇ ਮਨ ਹੈ ਨਾ ਜਿਹੜਾ ਇਹ ਪਰਵਾਨਾ ਹੈ ਰੱਬ ਜੀ ਦਾ ਹੁਕਮ ਹੈ ਲੇਖ ਆ ਪੜ੍ਹ ਨਾ ਕਰੇ ਵੇਖ ਨਾ ਇੱਥੇ ਨਿਗਾਹ ਤੇ ਮਾਰ ਇੱਥੇ ਇਹਦਾ ਪਤਾ ਕੋਈ ਨਹੀਂ ਇਹਨਾਂ ਨੂੰ ਪੜ੍ਹਦਾ ਕੋਈ ਨਹੀਂ ਜੇ ਪੜ੍ਹੇ ਤੇ ਪਤਾ ਲੱਗੇ ਮੈਂ ਜਾ ਕਿੱਧਰ ਰਿਹਾ ਮੇਰੇ ਵਿਚਾਰ ਕਿੱਦਾਂ ਦੇ ਨੇ ਮੇਰੇ ਖਿਆਲ ਕਿੱਦਾਂ ਦੇ ਨੇ ਆਪਣੇ ਵਿਚਾਰਾਂ ਨੂੰ ਪੜ੍ਹ ਮੈਂ ਬੇਨਤੀ ਕਰਦਾ ਹੁੰਦਾ ਬਾਹਰਲੇ ਨੇ ਨਹੀਂ ਪੜ੍ਹ ਸਕਣੇ ਕਿਸੇ ਨੇ ਐਵੇਂ ਪਖੰਡ ਕਰਦੇ ਨੇ ਮੈਂ ਤੇਰੇ ਲੇਖ ਪੜ੍ਹ ਦਿਆਂਗਾ ਮੈਂ ਤੇਰੇ ਮੱਥੇ ਤੇ ਲੇਖ ਪੜਾਂਗਾ ਮੈਂ ਤੇਰੇ ਹੱਥਾਂ ਦੀਆਂ ਲਕੀਰਾਂ ਵੇਖ ਕੇ ਦੱਸ ਦਿਆਂਗਾ ਹੱਥਾਂ ਤੇ ਨਹੀਂ ਕੁਝ ਲਿਖਿਆ ਉਹਤੇ ਵਿਚਾਰ ਚੱਲਦੇ ਨੇ ਭਲਾ ਦੱਸੋ ਹੁਣ ਦੇਖੋ ਮੇਰੇ ਅੰਦਰ ਜਿਹੜੇ ਵਿਚਾਰ ਚੱਲ ਰਹੇ ਨੇ ਮੇਰੇ ਇੱਥੇ ਦਿਮਾਗ 'ਚ ਇੱਥੇ ਸਿਰ ਦੇ ਵਿੱਚ ਮੈਨੂੰ ਪਤਾ ਹੀ ਹੈ ਵੀ ਕੀ ਚੱਲ ਰਿਹਾ ਹੁਣ ਜਿਵੇਂ ਤੁਸੀਂ ਬੈਠੇ ਹੋ ਕਿਸੇ ਦੇ ਮਨ ਵਿੱਚ ਆ ਰਿਹਾ ਹੋਣਾ ਕਦੋਂ ਭੋਗ ਪਏਗਾ ਕਿਸੇ ਦੇ ਮਨ 'ਚ ਆ ਰਿਹਾ ਢਾਈ ਵੱਜ ਗਏ ਨੇ ਸਾਢੇ ਕੁ ਤਿੰਨ ਨਿਕਲ ਚੱਲੀਏ ਇੱਦਾਂ ਵੇਖੋ ਕਿਸੇ ਦੇ ਮਨ 'ਚ ਆ ਰਿਹਾ ਯਾਰ ਭੁੱਖ ਲੱਗੀ ਹੈ ਕਿਸੇ ਦੇ ਮਨ 'ਚ ਆ ਰਿਹਾ ਕਿਰਿਆ ਜਾਣਾ ਹੈ ਇੱਦਾਂ ਖਿਆਲ ਆ ਰਿਹਾ ਵੱਖਰੇ ਵੱਖਰੇ ਖਿਆਲ ਇਹਨਾਂ ਨੂੰ ਪੜ੍ਹੋ ਕੌਣ ਪੜ੍ਹੇਗਾ ਹੋਰ ਨਹੀਂ ਪੜ੍ਹ ਸਕਦਾ ਕੋਈ ਆਪਾਂ ਆਪ ਪੜ੍ਹੀਏ ਆਹ ਕਿੱਦਾਂ ਦੇ ਲਿਖੇ ਨੇ ਇੱਥੇ ਜੋ ਲਿਖਿਆ ਹੈ ਇਹਦੇ ਮੁਤਾਬਕ ਜਾਣਾ ਹੈ ਆਪਾਂ ਜਿਵੇਂ ਬੱਸ ਵਾਲੇ ਲਿਖ ਨਹੀਂ ਲੈਂਦੇ ਕਈ ਵਾਰੀ ਵੀ ਸੰਗਰੂਰ ਜਾ ਰਹੀ ਹੈ ਮੰਨ ਲਓ ਪਟਿਆਲੇ ਤੋਂ ਉਦੋਂ ਉਹਨਾਂ ਨੇ ਫੱਟਾ ਸੰਗਰੂਰ ਵਾਲਾ ਲਾ ਲੈਣਾ ਜਦੋਂ ਸੰਗਰੂਰ ਤੋਂ ਉਹਨੇ ਪਟਿਆਲੇ ਨੂੰ ਆਉਣਾ ਹੈ ਉਦੋਂ ਫੱਟਾ ਪਟਿਆਲੇ ਵਾਲਾ ਲਾ ਲੈਣਾ ਪਹਿਲਾਂ ਲਿਖਿਆ ਗਿਆ ਫਿਰ ਮਗਰ ਮਗਰ ਬੱਸ ਚੱਲਦੀ ਆਪਾਂ ਪਹਿਲਾਂ ਸੋਚਿਆ ਅੱਛਾ ਦੱਸੋ ਭਲਾ ਅੱਜ ਪਲਾਨ ਕੀਤਾ ਨਹੀਂ ਸੀ ਸੋਚਿਆ ਨਹੀਂ ਸੀ ਵੀ ਪਰਮੇਸ਼ਰ ਦੁਆਰ ਜਾਣਾ ਹੈ ਪਰ ਮਗਰ ਮਗਰ ਆ ਗਏ ਪਹਿਲਾਂ ਇੱਥੇ ਇੱਥੇ ਆ ਗਿਆ ਸੀ ਕੱਲ੍ਹ ਹੀ ਆ ਗਿਆ ਹੋਣਾ ਵੀ ਚੱਲ ਜਾਵਾਂਗੇ ਕਈਆਂ ਨੇ ਕੱਲ੍ਹ ਦਾ ਹੀ ਫੱਟਾ ਲਾਇਆ ਹੋਇਆ ਸੀ ਅੱਜ ਆ ਗਏ ਇਹਨੂੰ ਪੜ੍ਹੋ ਇਹਨੂੰ ਪੜ੍ਹਨਾ ਕੀ ਕਹਿਣਾ ਹੈ ਇਹਨੂੰ ਪੜ੍ਹੋ ਵੀ ਅਗਲੇ ਪਲਾਨ ਕੀ ਨੇ ਆਉਣ ਵਾਲੇ ਦਿਨਾਂ ਵਿੱਚ ਇਹ ਤੇ ਨਹੀਂ ਵੀ ਅੱਜ ਜਲਦੀ ਸੰਗਰਾਂਦ ਨਿਬੜ ਜਾਣੀ ਹੈ ਅੱਜ ਤੇ ਫਿਲਮ ਜ਼ਰੂਰ ਵੇਖਣੀ ਅੱਜ ਐਤਵਾਰ ਹੈ ਅੱਜ ਪ੍ਰੋਗਰਾਮ ਬੜੇ ਆਉਣੇ ਨੇ ਬਈ ਹੈਂਜੀ ਇੱਦਾਂ ਤੇ ਨਹੀਂ ਪਲਾਨ ਇਹਨਾਂ ਨੂੰ ਪੜ੍ਹੋ ਬਸ ਸਿੰਪਲ ਗੱਲ ਹੈ ਵਿਚਾਰ ਗੁਰੂ ਗੁਰਮਤਿ ਡੂੰਘੀ ਵੀ ਬੜੀ ਹੈ ਪਰ ਜੇ ਆਪਾਂ ਸਮਝ ਜਾਈਏ ਤੇ ਫਿਰ ਇੰਨਾ ਲੱਗਦਾ ਵੀ ਗੱਲ ਤੇ ਸਿੰਪਲ ਹੀ ਸਮਝ ਆ ਜਾਂਦੀ ਜਦੋਂ ਸਮਝ ਆ ਜਾਏ ਫਿਰ ਬੜੀ ਸੌਖੀ ਨਾ ਸਮਝ ਪਵੇ ਤੇ ਬਾਬਾ ਬੈਠੇ ਰਹੋ ਉਲਝੇ ਰਹੋ ਸਾਰੀ ਜ਼ਿੰਦਗੀ ਉਲਝੇ ਹੀ ਰਹੇ ਉਲਝਿਆਂ ਨੂੰ ਫਿਰ ਹੋਰ ਉਲਝਾਉਂਦੇ ਨੇ ਕਈ ਉਲਝਿਆਂ ਨੂੰ ਉਲਝਾਉਂਦੇ ਨੇ ਸੁਲਝਿਆਂ ਨੂੰ ਨਹੀਂ ਉਲਝਾ ਸਕਦਾ ਕੋਈ ਸਤਿਗੁਰਾਂ ਦੇ ਜਿਹੜੇ ਪ੍ਰਚੰਡੇ ਹੋਏ ਨੇ ਉਹਨਾਂ ਨੂੰ ਨਹੀਂ ਉਲਝਾ ਸਕਦਾ ਕੋਈ ਅਸੀਂ ਉਲਝੇ ਹੋਏ ਹਾਂ ਸਮਝ ਪੈਂਦੀ ਨਹੀਂ ਚਾਰ ਗੱਲਾਂ ਕੋਈ ਸੁਣਾਉਣ ਦਾ ਕਾਰ ਸਿੱਧਾ ਸਿੰਪਲ ਭਾਵ ਨੇ ਗੁਰੂ ਜੀ ਦੇ ਧਿਆਨ ਨਾਲ ਸੁਣੋ ਤੇ ਬਦਲੋ ਪੜ੍ਹੇ ਲਿਖੇ ਬੱਚੇ ਹੋ ਹੁਣ ਸਿੰਪਲ ਗੱਲ ਹੈ ਵੇਖੋ ਸਮਝ ਆ ਗਈ ਵੀ ਪਲਾਨ ਬਦਲਣਾ ਇੱਦਾਂ ਲੇਖ ਪੜ੍ਹਨਾ ਸਿਰ ਕੇ ਲੇਖ ਨਾ ਪੜ੍ਹੇ ਇਆਣਾ ਇੱਦਾਂ ਲੇਖ ਪੜ੍ਹ ਕੀ ਲਿਖਿਆ ਇਹਨਾਂ ਨੂੰ ਬਦਲ ਇਹਨਾਂ ਨੂੰ ਬਦਲ ਗਿਆ ਕਰਮ ਬਦਲ ਗਏ ਲੇਖ ਬਦਲ ਗਏ ਤੇ ਇਹ ਤੁਸੀਂ ਸੁਣਿਆ ਹੀ ਸੀ ਧੂੜੀ ਲੇਖ ਬਦਲ ਦਿੰਦੀ ਹੈ ਇੱਥੇ ਸਾਧ ਸੰਗਤ ਵਿੱਚ ਆਓ
ਗੁਰਬਾਣੀ ਦਾ ਸ਼ਬਦ ਸੁਣੋ ਸ਼ਬਦ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਚਰਨ ਹੈ ਗੁਰਮੂਰਤ ਗੁਰ ਸ਼ਬਦ ਹੈ ਗੁਰੂ ਜੀ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਗੁਰੂ ਜੀ ਦਾ ਚਰਨ ਹੈ ਸ਼ਬਦ ਚੋਂ ਨਿਕਲਿਆ ਮੀਨਿੰਗ ਨਿਚੋੜ ਸ਼ਬਦ ਚੋਂ ਨਿਕਲਿਆ ਤੱਤ ਗਿਆਨ ਉਹ ਧੂੜ ਹੈ ਤੇ ਧੂੜ ਇੱਥੇ ਫੀਡ ਕਰੋ ਦਿਮਾਗ ਵਿੱਚ ਨਿਚੋੜ ਫੀਡ ਕਰ ਲਓ ਜੋ ਗੁਰੂ ਜੀ ਨੇ ਕਿਹਾ ਬਸ ਲੇਖ ਬਦਲਨੇ ਭਾਵ ਪਲੈਨ ਬਦਲ ਲਓ ਪਲੈਨ ਬਦਲ ਲਓ ਅੱਜ ਦਾ ਪਲੈਨ ਜਿਹੜਾ ਬਣਾਈ ਫਿਰਦਾ ਹੈ ਕਿ ਮੈਂ ਫਿਲਮਾਂ ਵੇਖਣ ਜਾਣਾ ਮੈਂ ਨਾਟਕ ਵੇਖਣਾ ਮੈਂ ਫਲਾਣਾ ਸ਼ੋਅ ਵੇਖਣਾ ਮੈਂ ਫਲਾਣਾ ਸ਼ੋਅ ਵੇਖਣਾ ਹੈ ਇਹ ਪਲੈਨ ਚੇਂਜ ਕਰ ਦੇ ਇਹਨੂੰ ਕਿਹਾ ਜਾਂਦਾ ਧੂੜੀ ਨੇ ਲੇਖ ਬਦਲਤੇ ਮਾੜੇ ਲੇਖ ਸਿੱਧੇ ਕਰਤੇ ਧੂੜੀ ਨੇ ਗੁਰੂ ਗ੍ਰੰਥ ਸਾਹਿਬ ਦੀ ਧੂੜੀ ਲੇਖ ਬਦਲਦੀ ਹੈ ਏਦਾਂ ਸਮਝ ਪਏਗੀ ਨਹੀਂ ਤੇ ਤੁਹਾਨੂੰ ਮੈਂ ਕਿਹਾ ਹੀ ਸੀ ਬਾਣੀ 'ਚ ਲਿਖਿਆ ਸਾਧ ਕੀ ਧੂੜ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਫਿਰ ਇਸ਼ਨਾਨ ਕੀ ਕਰਦਾ ਕਿਉਂ ਨਹੀਂ ਧੂੜੀ ਵਿੱਚ ਇਸ਼ਨਾਨ ਕਰਦੇ ਵੀ ਹਾਂ ਆਪਾਂ ਵੇਖਿਆ ਕਦੀ ਧੂੜੀ 'ਚ ਸੁਣੋ ਇੱਧਰ ਧਿਆਨ ਆਪਾਂ ਕਦੇ ਇਸ਼ਨਾਨ ਕੀਤਾ ਇਸ਼ਨਾਨ ਕਰਦੇ ਹਾਂ ਕਦੇ ਧੂੜੀ 'ਚ ਬਾਣੀ 'ਚ ਲਿਖਿਆ ਧੂੜੀ 'ਚ ਇਸ਼ਨਾਨ ਕਰੋ ਕਦੇ ਕੀਤਾ ਤੇ ਹੈ ਨਹੀਂ ਫਿਰ ਕਦੇ ਐਸਾ ਹੋਇਆ ਵੀ ਆਪਾਂ ਕਹੀਏ ਵੀ ਆਪਾਂ ਜਿੰਨਾ ਇੱਥੇ ਸੰਗਤ ਨੇ ਮੱਥਾ ਟੇਕਿਆ ਚੁੱਕੋ ਸਾਰੀ ਧੂੜੀ ਟੱਬ 'ਚ ਭਰ ਕੇ ਬਾਹਰ ਰੱਖ ਦਿਓ ਜਿਹੜਾ ਆਵੇ ਕੱਪ ਸਿਰ 'ਚ ਪਾ ਲਓ ਵੀ ਧੂੜੀ 'ਚ ਇਸ਼ਨਾਨ ਕਰਨਾ ਚਾਹੀਦਾ ਕੀਤਾ ਤੇ ਹੈ ਨਹੀਂ ਕਦੇ ਕਿਸੇ ਨੇ ਬਾਣੀ ਵਿੱਚ ਤੇ ਸ਼ਬਦਾਰਥ ਸਮਝਣੇ ਪੈਣਗੇ ਗੁਰੂ ਗ੍ਰੰਥ ਸਾਹਿਬ ਸਾਡੇ ਸਤਿਗੁਰੂ ਹਨ ਗੁਰੂ ਜੀ ਦਾ ਗਿਆਨ ਸਤਿਗੁਰੂ ਜੀ ਦੀ ਸਿੱਖਿਆ ਸਾਡੀ ਸਾਡੇ ਪਲੈਨ ਬਦਲ ਦਿੰਦੀ ਹੈ ਸਾਡੇ ਲੇਖ ਬਦਲ ਦਿੰਦੀ ਹੈ ਤੇ ਆਓ ਆਪਾਂ ਆਪਣੇ ਲੇਖ ਬਦਲਨੇ ਨੇ ਇਹਨਾਂ ਨੂੰ ਪੜ੍ਹਨਾ ਸ਼ੁਰੂ ਕਰੋ ਕੀ ਲਿਖਿਆ ਇਹਨਾਂ ਅੰਤਰਮੁਖ ਹੋਣਾ ਜ਼ਰੂਰੀ ਹੈ ਏਦਾਂ ਨਾ ਵੇਖੋ ਜੀ ਏਦਾਂ ਸਵੇਰੇ ਉੱਠ ਕੇ ਵੇਖੋ ਕੀ ਲਿਖਿਆ ਸ਼ਾਂਤੀ ਆਈ ਕਿ ਨਹੀਂ ਕੁਝ ਵਿਚਾਰ ਰੁਕੇ ਨੇ ਭੈੜੇ ਖਿਆਲ ਰੁਕੇ ਨੇ ਰੱਬ ਜੀ ਦੀ ਯਾਦ ਆ ਰਹੀ ਹੈ ਤੇ ਚੇਤਾ ਰੱਖਿਓ ਜਦੋਂ ਸੱਚਾ ਯਾਦ ਆਏਗਾ ਨਾ ਮਾੜੇ ਪਾਪ ਸੋਚ ਵਿਚਾਰ ਆਪਣੇ ਆਪ ਸੜਦੇ ਨੇ ਫਿਰ ਸੜੀ ਜਾਂਦੇ ਨੇ ਨਾਲ ਦੀ ਨਾਲ ਉਹ ਨਾ ਮਨਾ ਆ ਗਲਤ ਹੈ ਆ ਗਲਤ ਹੈ ਇਹਨੂੰ ਨਿਰਮਲ ਭਉ ਕਹਿੰਦੇ ਨੇ ਰੱਬ ਤੋਂ ਡਰਨਾ ਜ਼ਰੂਰ ਹੈ ਪਰ ਪਿਓ ਵਾਲਾ ਡਰ ਰੱਖਣਾ ਹੈ ਦੁਸ਼ਮਣ ਦਾ ਡਰ ਵੀ ਹੁੰਦਾ ਹੈ ਪਿਓ ਦਾ ਵੀ ਹੁੰਦਾ ਹੈ ਪਰ ਇਹ ਮਿੱਠਾ ਜਿਹਾ ਡਰ ਹੁੰਦਾ ਹੈ ਪਿਆਰਾ ਜਿਹਾ ਡਰ ਡਰ ਤੇ ਮਾਂ ਦਾ ਵੀ ਹੁੰਦਾ ਹੈ ਇਹ ਪਿਆਰ ਵਾਲਾ ਡਰ ਹੁੰਦਾ ਹੈ ਡਰ ਤੇ ਜ਼ਰੂਰ ਰੱਖਣਾ ਹੈ ਰੱਬ ਤੋਂ ਡਰਨਾ ਹੈ ਪਰ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਇਹਨੂੰ ਨਿਰਮਲ ਭਉ ਕਹਿੰਦੇ ਨੇ ਡਰਨਾ ਜ਼ਰੂਰ ਹੈ ਪਰ ਉਦਾਂ ਦਾ ਡਰ ਨਹੀਂ ਰੱਖਣਾ ਕਿਉਂਕਿ ਜਿਹਦੇ ਤੋਂ ਡਰੋਗੇ ਉਹਦੇ ਤੋਂ ਤੇ ਜਾਨ ਛਡਾਉਣ ਨੂੰ ਜੀ ਕਰਦਾ ਵੀ ਕਦੋਂ ਜਾਨ ਛੁੱਟ ਜਿਹਦੇ ਤੋਂ ਡਰਨਾ ਨਹੀਂ ਪਿਆਰ ਕਰਨਾ ਰੱਬ ਨਾਲ ਪਰਮਾਤਮਾ ਸਾਡਾ ਵੈਰੀ ਨਹੀਂ ਆਪਾਂ ਪੜ੍ਹਦੇ ਆਪਾਂ ਟਰਾਲੀਆਂ ਤੇ ਨਹੀਂ ਲਿਖਿਆ ਹੁੰਦਾ ਰੱਬ ਨਾ ਕਿਸੇ ਦਾ ਵੈਰੀ ਵੈਰੀ ਤੇਰੇ ਐਬ ਨੇ ਕਹਿੰਦੇ ਵੈਰੀ ਤੇਰੇ ਵੈਰੀ ਤੇ ਐਬ ਨੇ ਪਰਮਾਤਮਾ ਥੋੜਾ ਵੈਰੀ ਕਿਸੇ ਦਾ ਭੁਲੇਖੇ ਨੇ ਮਨਾਂ ਦੇ ਆਓ ਜਿਹੜੇ ਸਤਿਗੁਰ ਜੀ ਦੇ ਬਚਨਾਂ ਮੁਤਾਬਕ ਚੱਲਦੇ ਨੇ ਆਪਣੇ ਅੰਦਰ ਵੇਖਦੇ ਨੇ ਝਾਤੀ ਮਾਰ ਕੇ ਅੰਤਰਮੁਖ ਬਿਰਤੀ ਹੈ ਜਿਨ੍ਹਾਂ ਦੀ ਉਹ ਫਿਰ ਸੋਹਣੇ ਲੱਗਦੇ ਨੇ ਸੋਹਣੇ ਬਣ ਵੀ ਜਾਣਗੇ ਕਰਮ ਉਹਨਾਂ ਨੇ ਆਪਣੇ ਵਿਚਾਰ ਸੋਹਣੇ ਬਣਾ ਲੈਣੇ ਨੇ ਉਹ ਸੋਹਣੇ ਲੱਗਣਗੇ ਆਓ ਇਹ ਮਹੀਨੇ ਦਾ ਜਿਹੜਾ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ ਉਹ ਆਪਾਂ ਸੁਣ ਲਈਏ ਬਹਾਨਾ ਸੰਗਰਾਮ ਦਾ ਹੈ ਗੁਰੂ ਜੀ ਗੁਰਮਤ ਦ੍ਰਿੜ ਕਰਾ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੋੜ ਰਹੇ ਨੇ ਸੱਚਾ ਬਣਾ ਰਹੇ ਨੇ ਸਿੱਖਾ ਸੱਚਾ ਬਣ ਜਾ ਅੰਦਰੋਂ ਬਾਹਰੋਂ ਸੱਚਾ ਹੋ ਜਾ ਤੇ ਜੇ ਗਿਆਨ ਤੋਂ ਬਿਨਾਂ ਟੁੱਟਿਆ ਰਹੇਗਾ ਕਿਉਂ ਕੱਲਾ ਕੱਲਾ ਭਟਕਦਾ ਰਹਿੰਦਾ ਹੈ ਅੰਦਰ ਵੇਖ ਸਤਿਗੁਰ ਦੀ ਸੰਗਤ ਕਰ ਚੰਗੇ ਵਿਚਾਰ ਆਪਣੀ ਜ਼ਿੰਦਗੀ 'ਚ ਲਿਆ ਆਓ ਇਹ ਮਹੀਨੇ ਦਾ ਸ਼ਬਦ ਸੁਣ ਮੰਗਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀਆ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜੀਆ ਤਨ ਮਨ ਮੋਲਿਆ ਰਾਮ ਸਿਓ ਸੰਗ ਸਾਧ ਸਹੇ ਲੜੀਆ ਸਾਧ ਜਨਾ ਤੇ ਬਾਹਰੀ
से रहना के लड़िया तेन दुख ना कब उतरे से जम के बस पड़िया जिनी राग प्रभ अपना से दिसन नित खड़िया रतन जवे हर लाल हर कंठ तिना जड़िया नानक बांछे तूड़ तिन प्रभ शरणी दर पड़िया मंगर प्रभ आराधना बहुना जन्मड़िया आओ सतगुर की बाणी तो सेध लईए सतगुर की बाणी तो जीवन दिया सिख लै जसा सतगुर की बाणी तो जीवन दिया सिख लै जसा की बाणी तो जीवन दिया सिख लै जसा सतगुर की बाणी तो जीवन दिया सिख लै जसा सतगुर की बाणी तो जीवन दिया सिख लै जसा सतगुर की बाणी तो जीवन दिया सिख लै जसा सतगुर की बाणी तो जीवन दिया सिख लै जसा सतगुर की बाणी तो जीवन दिया सिख लै जसा सतगुर की बाणी तो जीवन दिया सिख लै जसा सतगुर की बाणी तो जीवन दिया सिख लै जसा 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 सतगुर की बाणी तो जीवन दिया सिख लै जसा सतगुर की बाणी तो जीवन दिया सिख लै जसा सतगुर की बाणी तो जीवन दिया सिख लै जसा सतगुर की बाणी तो जीवन दिया सिख लै जसा सतगुर की बाणी तो जीवन दिया सिख लै जसा सतगुर की बाणी तो जीवन दिया सिख लै जसा सतगुर दे बचन सुन के समझ के सतगुर दे बचन सुन के हौली हौली जीवन जाच आ जाती है पता लग जाता है वेखो जदों अंदर अपने वेखण लग जाएंगे ना समझ पै जाएगी समझ पता लगन लग गया ना जदों एक बारी फिर जहदर आवत जाते हो हटके ना ही कोए सोदर कैसे छोड़िए जोदर ऐसा होए जदों एक बारी सुरत जान लग जाए वाहिगुरु जी नूं फील करन लग जाए महसूस करन लग जाए फिर नहीं छड़ सकदा अपने विचार जे पढ़ांगे ते बदलांगे फिर जदों अपने अंदर मैल दिसेगी फिर दिल करेगा भी इहनूं साफ करीए जदों असीं वेखण लग जांगे असीं ओह काम ही नहीं करांगे जदों पता लगेगा मना ये ठीक है भी मैं दो नंबर का काम करके गड्डी ले आवांगा पुठे सीधे काम करके माड़े काम करके धोखा करके ठगी मार के मैं बैड सोने ले आवांगा घर बना लांगा पर मेरा मत्था सड़िया रहेगा हर वेले मैं क्यों योजे काम करा जदों इदा बंदा समझण लगता है ना फिर बदलता है अंदर मेरा बिगड़ गया अंदरों अशांत हो गया मैं की लेना योजे पदार्थों तो
ऐसा मटीरियल मैं की करना जे अंदरों टुट जा अंदरों दुखी हो जा ऐदा फिर जदों असीं अंतरमुख होवांगे ना फिर हौली हौली पता लगेगा। सो इस करके मगर दा महीना जिन्हों असीं मगर कह दिंदे आ है मंगल उत्ते गुरु साहब ने टिप्पी लाई इहदा कुछ विद्वान सज्जन इदां वी अर्थ करदे ने मन घर उत्ते नन्ना बोलदा ना बिंदी नन्ना बोलदी असली जेड़ा घर है तेरा अंदर। हुण वेखो मंगल माहे सुहंदियां हर पिरसंग बैठड़ियां हां ओ सोहणे लगदे ने। वेखो आ जेड़ा महीना है ना बड़ा सुहावना है बड़ा सोहना है मौसम बड़ा चंगा है रुत्त बड़ी चंगी है पर हुण रुत्त ते उहदे अगे वी बेनती कीती सी इत्थे साडा बस साडी वाह कोई नहीं पेश नहीं चलदी बाहर कुछ बदल जाए पर अंदरों जदों तुसीं मर्जी बदल सकदे अंदरों जिदण दिल करे जेठाड़ वांगू तपदा फिर तेरा दिल करे पो मांग वांगू ठंडा हो जा अंदर जदों मर्जी सुहावनी रुत्त ले आ ते जदों मर्जी तड़फदा रहे। हुण औरंगजेब वर्गियां दे अंदर ते जेठाड़ ही रहा सदा कईआं बंदियां दे अंदर जेठाड़ ही रहिंदा है सोहणी ठंड बहुत ज्यादा है रजाई विच पए होए ने हर पासे ठंड ही ठंड है ओह तपई पए ने जदों मर्जी बोलो उहनां दीआं गालां कढ़न च कोई फर्क नहीं जेठ च वी गाल उदां ही कढ़दे ने पोह च वी उदां ही कढ़णगे अंदरों सड़ीयल ने अंदर बुरा हाल है बाहर असीं मौसम नहीं बदल सकदे साडे बस दी गल नहीं अंदरला मौसम जदों मर्जी बदलो जेठ विच पोह दा आनंद लै तेरी मर्जी है फिर पोह विच भावें सड़दा रहे तपदा रहे वजीदा तपदा ही रहा सारी जिंदगी की करोगे वजीदा तपदा ही रहा दो नंबर दे काम करन वाले इस वेले सब तप रहे ने उन्हां अंदर कदे जेठ उन्हां अंदर कदे शांति नहीं आउणी उन्हां अंदर कदे सुहावनी रुत्त आउणी ही नहीं कदे उन्हां दा मौसम जेड़ा चंगा आउणा ही नहीं अंदरला मौसम माड़ा ही रहना उन्हां इस करके आओ असीं अंदर वेखी अंदर दा हाल की है ते मंगर माहे सुहंदियां हर पिरसंग बैठड़ियां हां बारी अर्थ कर लो जीवन ओ जीव रूप इस्त्रियां सोहणियां लगदियां ने जिहड़ियां मगर दे महीने विच हरी परमात्मा दे कोल बहिंदियां ने जिन्हां दा पति परमात्मा उन्हां दे कोल है ਉਹ ਸੋਹਣੇ ਲੱਗਦੇ ਨੇ ਜਾਂ ਇਹ ਕਹਿ ਲਓ ਅਗਲਾ ਮਨ ਉਹਨਾਂ ਦਾ ਸ਼ਾਂਤ ਹੈ ਜਿਨ੍ਹਾਂ ਦਾ ਮਨ ਵਾਹਿਗੁਰੂ ਜੀ ਨੂੰ ਮਹਿਸੂਸ ਕਰਦਾ ਪਰਮਾਤਮਾ ਨੂੰ ਨੇੜੇ ਜਾਣਦਾ ਉਹਨਾਂ ਦਾ ਮਨ ਬੜਾ ਠੰਡਾ ਜਿਹੜੇ ਸੱਚੇ ਨੂੰ ਨੇੜੇ ਜਾਣਦੇ ਨੇ ਸੱਚਾ ਸਾਡੇ ਕੋਲ ਹੈ ਉਹਨੂੰ ਫੀਲ ਕਰਦੇ ਨੇ ਅੰਦਰੋਂ ਬੜੇ ਸੋਹਣੇ ਨੇ ਅੰਦਰ ਉਹਨਾਂ ਦੇ ਗੰਦ ਨਹੀਂ ਪਿਆ ਹੋਇਆ ਅੰਦਰ ਉਹਨਾਂ ਦੇ ਬਿਲਕੁਲ ਸ਼ਾਂਤੀ ਹੈ ਸਹਿਜ ਹੈ ਅੰਦਰੋਂ ਬੜੇ ਠੰਡੇ ਨੇ ਬੜੇ ਸੁਖੀ ਨੇ ਜਦੋਂ ਅੰਦਰੋਂ ਸ਼ਾਂਤ ਨੇ ਫਿਰ ਬਾਹਰ ਆਪੇ ਸ਼ਾਂਤ ਨੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਮਨ ਸੋਹਣਾ ਬਣ ਜਾਏ ਮਨ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਹਾਂ ਉਹ ਜੀਵ ਰੂਪ ਇਸਤਰੀਆਂ ਸੋਹਣੀਆਂ ਲੱਗਦੀਆਂ ਨੇ ਜਿਹੜੀਆਂ ਆਪਣੇ ਪਿਰ ਕੋਲ ਪਰਮਾਤਮਾ ਕੋਲ ਬੈਠੀਆਂ ਨੇ ਉਹਨੂੰ ਨੇੜੇ ਨੇੜੇ ਜਾਣਦੀਆਂ ਨੇ ਉਹ ਸੋਹਣੀਆਂ ਲੱਗਦੀਆਂ ਹਾਂਜੀ ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਹਾਂ ਉਹਨਾਂ ਦੀ ਸੋਭਾ ਕੀ ਦੱਸੀਏ ਗਿਣਤੀ ਤੋਂ ਉਹ ਅੰਦਰ ਹੁਣ ਵੇਖੋ ਨਾ ਇੱਕ ਤੇ ਦਿਸ ਜਾਣਗੀਆਂ ਵੀ ਜਾਰਾ ਮੰਤਰੀ ਜਾਂਦਾ ਇਹਦੇ ਨਾਲ ਦਸ ਗੱਡੀਆਂ ਜਾਂਦੀਆਂ ਨੇ ਤੇ ਦਿਸਦੀ ਸੋਭਾ ਕਿਹੜਿਆਂ ਕਿਹੜਿਆਂ ਅਖਬਾਰਾਂ 'ਚ ਨਾਮ ਆਇਆ ਦਿਸਦਾ ਕਿਹੜਿਆਂ ਕਿਹੜਿਆਂ ਚੈਨਲਾਂ ਤੇ ਇੰਟਰਵਿਊ ਚੱਲਦੀ ਹੈ ਦਿਸਦੀ ਹੈ ਹੁਣ ਅੰਦਰ ਕਿੰਨਾ ਕੁ ਰਸ ਹੈ ਇਹ ਕਿਵੇਂ ਹਿਸਾਬ ਲਾਈਏ ਤੁਹਾਡੇ ਵਿੱਚ ਜਿਹੜੇ ਸੱਜਣਾ ਦੇ ਗੁਰਮੁਖਾਂ ਦੇ ਭੈਣਾਂ ਭਰਾਵਾਂ ਦੇ ਸਟੇਜ ਤੇ ਬੈਠੇ ਜਾਂ ਥੱਲੇ ਕੋਈ ਹੋਵੇ ਜਿਹਦਾ ਹੁਣ ਰੰਗ ਜਿਹੜਾ ਉਹਦੇ ਮਿਲਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਉਹ ਕਿੰਨੇ ਕੁ ਰਸ ਵਿੱਚ ਹੈ ਜਾਂ ਉਹਦੀ ਜਿਹੜੀ ਅੰਦਰਲੀ ਸੋਭਾ ਹੈ ਉਹ ਕਿਵੇਂ ਕਰੀਏ ਬਾਹਰ ਹੋਵੇ ਤੇ ਮੈਂ ਸੋਭਾ ਕਰਾਂ
ਭਾਰਤ ਮੈਂ ਇੰਨਾ ਕਹਿ ਸਕਦਾ ਵੀ ਯਾਰ ਅੱਖਾਂ ਬੰਦ ਕਰਕੇ ਬੈਠਾ ਸੀ, ਬੜਾ ਚੌਂਕੜਾ ਮਾਰਿਆ ਸੀ, ਦਗ ਦਗ ਚਿਹਰਾ ਕਰਦਾ ਸੀ। ਇਹ ਤੇ ਮੈਂ ਬਾਹਰੋਂ ਦੇ ਦੱਸ ਦਿਆਂਗਾ, ਉਹਦੇ ਅੰਦਰ ਕੈਸਾ ਰੰਗ ਹੈ ਇਹ ਮੇਰੇ ਦੱਸਣ ਤੋਂ ਬਾਹਰ ਹੈ। ਇਹਨੂੰ ਕਹਿੰਦੇ ਨੇ ਸਾਧਕੀ ਮਹਿਮਾ ਵੇਦ ਨਾ ਜਾਂਦਾ। ਜਿਹੜੇ ਅੰਦਰਲੇ ਗੁਣ ਨੇ, ਅੰਦਰਲੀ ਜਿਹੜੀ ਸਾਧਨਾ ਹੈ, ਜਿਹੜੀ ਕਮਾਈ ਹੈ, ਉਹ ਦੱਸੀ ਨਹੀਂ ਜਾ ਸਕਦੀ। ਇਹ ਤੇ ਜਿਹੜਾ ਐਕਸਪੀਰੀਅੰਸ ਕਰ ਰਿਹਾ ਉਹਨੂੰ ਹੀ ਪਤਾ ਹੈ। ਇਹ ਤੇ ਨਿੱਜ ਹੈ, ਆਪੇ ਬਾਰੇ ਉਹ ਨਹੀਂ ਦੱਸਿਆ ਜਾ ਸਕਦਾ ਵੀ ਉਹ ਕੈਸੇ ਰੰਗ ਵਿੱਚ ਹੈ, ਤਿੰਨ ਕੀ ਸੋਭਾ, ਕਿਆ ਕਹਿਣੀ। ਉਹ ਸੋਭਾ ਦੱਸੀ ਨਹੀਂ ਜਾ ਸਕਦੀ, ਗਿਣਤੀ ਤੋਂ ਬਾਹਰ ਹੈ। ਬਾਹਰਲੀ ਸੋਭਾ ਤੇ ਪਤਾ ਲੱਗਦੀ ਹੈ, ਅੰਦਰਲੀ ਨਹੀਂ। ਨਾ ਅੰਦਰਲੇ ਵਿਗੜੇਪਣ ਦਾ ਪਤਾ ਲੱਗਦਾ ਵੀ ਚੱਕਰੀ ਘੁੰਮੀ ਹੋਈ ਹੈ ਕਿ ਅੰਦਰ ਸ਼ਾਂਤ ਹੈ, ਮਧਾਣੀ ਕਿੱਦਾਂ ਚੱਲਦੀ ਹੈ। ਨਾ ਅੰਦਰਲੇ ਦੁੱਖ ਦਾ ਪਤਾ ਲੱਗਣਾ ਹੈ, ਨਾ ਸੁੱਖ ਦਾ। ਇਹ ਤੇ ਉਹੀ ਜਾਣਦਾ ਹੁੰਦਾ ਜਿਹੜਾ ਹੁਣ ਜਿਹੜਾ ਪਾਪੀ ਹੈ ਉਹਦਾ ਵੀ ਪਤਾ ਨਹੀਂ, ਜਿਹੜਾ ਅੰਦਰੋਂ ਸ਼ਾਂਤ ਹੈ ਉਹਦਾ ਵੀ ਪਤਾ ਨਹੀਂ ਲੱਗ ਸਕਦਾ। ਇਸ ਕਰਕੇ ਆ ਪੰਕਤੀ ਦੁਬਾਰਾ ਪੜ੍ਹੋ, ਧਿਆਨ ਨਾਲ ਸਮਝ ਲਓ। ਹਾਂਜੀ। ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਹੁਣ ਵੇਖ ਲਈਏ ਆਪਾਂ ਮਿਲੇ ਹੋਏ ਹਾਂ ਕਿ ਮਧਾਣੀ ਵਾਲਾ ਹਾਲ ਹੈ ਸਾਡਾ, ਅੰਦਰੋਂ ਚੱਕਰੀ ਘੁੰਮੀ ਪਈ ਹੈ ਕਿ ਸੋਭਾ ਵਾਲੀ ਗੱਲ ਹੈ ਸਾਡੀ। ਇਹ ਆਪਾਂ ਆਪਣੇ ਮਨ ਚ ਝਾਤੀ ਮਾਰ ਕੇ ਵੇਖ ਲਈਏ, ਕੋਈ ਹਿਸਾਬ ਕਿਤਾਬ ਨਹੀਂ। ਉਹ ਕੈਸੇ ਰੰਗ ਵਿੱਚ ਨੇ ਦੱਸਿਆ ਨਹੀਂ ਜਾ ਸਕਦਾ, ਔਰ ਉਹਨਾਂ ਦੇ ਰੰਗ ਨੂੰ ਹਿਲਾ ਨਹੀਂ ਸਕਦਾ ਕੋਈ, ਨਾ ਆਰੇ ਨਾ ਚਰਖੜੀਆਂ ਹਿਲਾ ਨਹੀਂ ਸਕਦਾ। ਉਹ ਤੇ ਜਿਹੜੀ ਸ਼ਾਂਤੀ ਅੰਦਰ ਬਣੀ ਹੋਈ ਹੈ ਉਹ ਨਹੀਂ ਖੋ ਸਕਦਾ ਕੋਈ। ਜਿਵੇਂ ਬੀਬੀਆਂ ਕਹਿੰਦੀਆਂ ਸੀ, ਸਾਡੇ ਪਰਿਵਾਰ ਖੋ ਲਏ, ਸਾਡੇ ਪਤੀ ਖੋ ਲਏ, ਸਾਡੇ ਘਰ ਖੋ ਲਏ, ਸਾਡੇ ਪੁੱਤਰ ਖੋ ਲਏ, ਜੇ ਤਾਕਤ ਹੈ ਤੇ ਸਾਡੇ ਤੋਂ ਸਾਡੀ ਸਿੱਖੀ ਖੋ ਕੇ ਵਿਖਾਓ। ਰੱਬ ਜੀ ਦੇ ਦਿੱਤੇ ਹੋਏ ਗੁਣ ਮਨ ਦਾ ਵਿਸ਼ਾ ਹੁੰਦਾ ਜੀ। ਗੁਰ ਕਾ ਬਚਨ ਵਸੈ ਜੀ ਨਾਲ, ਉਹ ਤੇ ਜਿੰਦ ਨਾਲ ਵਸਦਾ ਹੈ। ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਪਾਹੇ ਨਾ ਸਕੈ ਜਲ। ਉਹ ਤੇ ਮਨ ਦਾ ਵਿਸ਼ਾ ਹੈ, ਤਨ ਦਾ ਵਿਸ਼ਾ ਥੋੜਾ। ਚੋਰ ਆਪਾਂ ਨੂੰ ਫੜ ਲਏਗਾ, ਘੇਰ ਲਏਗਾ, ਪਰਸ ਖੋ ਸਕਦਾ, ਬਟੂਆ ਖੋ ਸਕਦਾ, ਕੱਪੜੇ ਲਵਾ ਲਏਗਾ, ਪਰ ਜਿਹੜਾ ਮਨ ਦਾ ਆਨੰਦ ਹੈ ਉਹ ਕਿਵੇਂ ਖੋਏਗਾ? ਜਿਹੜੀ ਤੂੰ ਸਟੱਡੀ ਕੀਤੀ ਹੈ, ਵਿਸ਼ਾ ਤੇਰੇ ਮਨ ਦਾ ਜਿਹੜਾ, ਉਹ ਪੜ੍ਹਾਈ ਕਿਵੇਂ ਖੋਲੇਗਾ? ਨੌਲੇਜ ਕਿੱਦਾਂ ਖੋਲੇਗਾ ਤੇਰੀ? ਇਹ ਥੋੜਾ ਚੋਰੀ ਹੋਣੀ ਹੈ। ਤੇਰੀ ਜਰਨਲ ਨੌਲੇਜ ਹੈ ਜਿਹੜੀ, ਇਹ ਮਨ ਦਾ ਵਿਸ਼ਾ ਹੈ, ਇਹ ਨਹੀਂ ਖੋ ਸਕਦਾ ਕੋਈ, ਇਹ ਅੰਦਰ ਦਾ ਵਿਸ਼ਾ। ਇਸ ਕਰਕੇ ਉਹ ਮਨ ਦੀ ਸ਼ਾਂਤੀ ਹੈ ਜਿਹੜੀ ਕਦੇ ਖੋ ਨਹੀਂ ਸਕਦਾ ਕੋਈ। ਗੁਰੂ ਤੇਗ ਬਹਾਦਰ ਸਾਹਿਬ ਦੀ ਮੁਸਕਰਾਹਟ ਨਹੀਂ ਖੋ ਸਕਿਆ, ਜਲਾਦ ਜਲਾਲ ਉਦਦੀਨ। ਗੁਰੂ ਜੀ ਦਾ ਸ਼ਹੀਦੀ ਦਿਹਾੜਾ ਇਸੇ ਮਹੀਨੇ ਵਿੱਚ ਆਉਂਦਾ ਹੈ, ਇਸੇ ਮਹੀਨੇ ਵਿੱਚ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮੇਰਾ ਖਿਆਲ 11 ਦਾ ਹੁੰਦਾ ਹੈ, 11 ਮੰਗਰ ਦਾ ਹੁੰਦਾ ਹੈ। ਥੋੜੇ ਦਿਨਾਂ ਤੱਕ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆਉਣਾ, ਨਵੰਬਰ 25 ਦੇ ਲਾਗੇ ਆਉਂਦਾ, 23, 24, 25 ਇੱਥੇ ਆਉਂਦਾ ਗੁਰੂ ਅਰਜਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਇਸ ਮਹੀਨੇ ਵਿੱਚ ਜਿਹੜਾ ਮਹੀਨਾ ਹੁਣ ਚੜ੍ਹਿਆ, ਤੇ ਉਹ ਇਹੀ ਕਹਿੰਦੇ ਸੀ ਵੀ ਇਹਨਾਂ ਦਾ ਚਿਹਰਾ, ਇਹ ਮੁਸਕਰਾਉਂਦੇ ਰਹਿੰਦੇ ਨੇ ਹਰ ਵੇਲੇ, ਇਹ ਕਿਵੇਂ ਖੋਈ ਜਾਵੇ? ਚਿਹਰੇ ਦੀ ਮੁਸਕਰਾਹਟ ਨਹੀਂ ਖੋ ਸਕਿਆ ਜਲਾਦ, ਗੁਰੂ ਗੋਬਿੰਦ ਸਿੰਘ ਦੇ ਚਿਹਰੇ ਦੀ ਮੁਸਕਰਾਹਟ ਨਹੀਂ ਖੋ ਸਕਿਆ, ਅੰਦਰਲਾ ਆਨੰਦ ਨਹੀਂ ਖਤਮ ਕੀਤਾ ਜਾ ਸਕਦਾ। ਉਹ ਟ੍ਰੇਲਰ ਵੇਖਿਆ ਸੀ, ਉਹ ਫਿਲਮ ਦੇ ਵਿੱਚ ਨਹੀਂ ਕਹਿੰਦੇ ਜਿਹੜੀ ਸਾਹਿਬਜ਼ਾਦਿਆਂ ਦੀ ਆਈ ਹੈ, ਮਾਤਾ ਜੀ ਸਾਨੂੰ ਅੱਜ ਨੀਹਾਂ 'ਚ ਚਿਣ ਦੇਣਗੇ, ਤੇ ਮਾਤਾ ਗੁਜਰ ਕੌਰ ਜੀ ਕਹਿੰਦੇ ਨੇ ਮੇਰੇ ਉਹ ਲਾਲੋ ਬੱਚਿਓ ਨੀਹਾਂ 'ਚ ਹੀ ਚਿਣ ਦੇਣਗੇ, ਮਾਰ ਥੋੜ੍ਹੀ ਦੇਣਗੇ, ਵੀ ਨੀਹਾਂ 'ਚ ਹੀ ਚਿਣ ਦੇਣਗੇ, ਮਾਰ ਥੋੜ੍ਹੀ ਦੇਣਗੇ। ਇਹੀ ਸਿਧਾਂਤ ਰਿਹਾ ਗੁਰੂ ਦੇ ਸਿੱਖਾਂ ਦਾ, ਅੰਦਰਲਾ ਆਨੰਦ ਥੋੜਾ ਖੋ ਲਏਗਾ ਕੋਈ, ਘਰ ਹੀ ਖੋ ਲੈਣਗੇ। ਬਾਹਰੋਂ ਕਿੰਨੀ ਕੁ ਬੰਦ ਬੰਦ ਹੀ ਕੱਟ ਦਿਓਗੇ, ਮਨ ਦਾ ਆਨੰਦ ਖੋ ਕੇ ਵਿਖਾਓ, ਮਨ ਦੀ ਮਸਤੀ ਖੋ ਕੇ ਵਿਖਾਓ। ਆਪਾਂ ਨਕਲੀ ਮਸਤੀਆਂ ਚੜ੍ਹਦੇ ਹਾਂ, 7-8 ਘੰਟੇ ਸ਼ਰਾਬ ਪੀ ਲਈ, ਚੜ੍ਹ ਗਈ ਜੀ ਮਸਤੀ, ਨਸ਼ਾ ਚੜ੍ਹ ਗਿਆ ਜੀ, ਸਮੈਕ ਦਾ ਨਸ਼ਾ ਥੋੜੇ ਘੰਟਿਆਂ ਦਾ ਹੈ,
ਕਮਲ ਮਾਰਨ ਲੱਗ ਜਾਂਦਾ ਬੰਦਾ ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ ਪਰ ਉਹ ਐਸਾ ਨਸ਼ਾ ਜਿਹੜਾ ਐਸਾ ਆਨੰਦ ਹੈ ਉਹ ਫਿਰ ਬਾਬਾ ਮਨ ਮਤਵਾਰ ਉਹ ਤੇ ਨਸ਼ਾ ਹੀ ਵੱਖਰਾ ਹੈ ਉਹ ਲੈ ਨਹੀਂ ਸਕਦਾ ਕਦੀ ਪੜਦੇ ਆ ਨਾ ਆਪਾਂ ਅੱਗੇ ਵੀ ਉਹ ਬਿਨ ਪੀਤੀ ਤੋਂ ਖੀਵੇ ਜਿਨ੍ਹਾਂ ਨੇ ਹੋ ਬੁਰਾ ਨਾਲ ਲਾਇਆ ਜਿਨ੍ਹਾਂ ਨੇ ਹੋ ਬੁਰਾ ਨਾਲ ਲਾਇਆ ਬਿਨ ਪੀਤੀ ਤੋਂ ਖੀਵੇ ਜਿਨ੍ਹਾਂ ਨੇ ਹੋ ਬੁਰਾ ਨਾਲ ਲਾਇਆ ਜਿਨ੍ਹਾਂ ਨੇ ਹੋ ਬੁਰਾ ਨਾਲ ਲਾਇਆ ਬਿਨ ਪੀਤੀ ਤੋਂ ਖੀਵੇ ਉਹ ਬਿਨ ਪੀਤੀ ਤੋਂ ਖੀਵੇ ਜੀ ਬਿਨ ਪੀਤੀ ਤੋਂ ਖੀਵੇ ਜਿੰਨਾਂ ਨੇ ਹੋ ਜਿੰਨਾਂ ਨੇ ਹੋ ਬੁਰਾ ਨਾਲ ਲਾਇਆ ਬਿਨ ਪੀਤੀ ਤੋਂ ਖੀਵੇ ਜਿੰਨਾਂ ਨੇ ਹੋ ਬੁਰਾ ਨਾਲ ਲਾਇਆ ਜਿੰਨਾਂ ਨੇ ਹੋ ਬੁਰਾ ਨਾਲ ਲਾਇਆ ਉਹ ਬਿਨ ਪੀਤੀ ਤੋਂ ਗੁਰੂ ਨਾਨਕ ਦੇ ਘਰ ਅੰਮ੍ਰਿਤ ਵਰਸੇ ਕੋਈ ਬਿਰਲਾ ਬਿਰਲਾ ਪੀਵੇ ਬਿਰਲਾ ਬਿਰਲਾ ਪੀਵੇ ਗੁਰੂ ਨਾਨਕ ਦੇ ਘਰ ਅੰਮ੍ਰਿਤ ਵਰਸੇ ਗੁਰੂ ਨਾਨਕ ਦੇ ਘਰ ਅੰਮ੍ਰਿਤ ਵਰਸੇ ਕੋਈ ਬਿਰਲਾ ਬਿਰਲਾ ਪੀਵੇ ਗੁਰੂ ਨਾਨਕ ਦੇ ਘਰ ਅੰਮ੍ਰਿਤ ਵਰਸੇ ਗੁਰੂ ਨਾਨਕ ਦੇ ਘਰ ਅੰਮ੍ਰਿਤ ਵਰਸੇ ਬਿਰਲਾ ਜਿਹੜਾ ਨਾਮ ਰਸ ਪੀਣ ਲੱਗ ਪਵੇ ਉਹਦੇ ਨਾਲ ਸੰਬੰਧ ਬਣ ਜਾਏ ਜਿਹਦਾ ਉਹ ਫਿਰ ਐਸਾ ਆਨੰਦ ਹੈ ਐਸਾ ਰਸ ਹੈ ਜਿਹੜਾ ਕਦੇ ਖਤਮ ਨਹੀਂ ਹੋ ਸਕਦਾ ਮੂਹ ਲਾਲਨ ਸਿਉਂ ਪ੍ਰੀਤ ਬਣੀ ਤੋਰੀ ਨਾ ਤੂਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਣੀ ਉਹ ਛਡਾਇਆ ਤੇ ਛੁੱਟਦੀ ਨਹੀਂ ਤੋੜਿਆ ਤੇ ਟੁੱਟਦੀ ਨਹੀਂ ਜਦੋਂ ਅੰਦਰੋਂ ਪਿਆਰ ਪੈ ਜਾਏ ਤੇ ਵੇਖਿਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਕਹਿੰਦੇ ਚਿਹਰੇ ਦੀ ਮੁਸਕਰਾਹਟ ਖਤਮ ਕਰਨੀ ਹੈ ਨਹੀਂ ਕਰ ਸਕੇ ਹਿੰਦੂਆਂ ਨੇ ਵੀਰਾਂ ਨੇ ਆ ਕੇ ਇਸ ਧਰਮ ਦੇ ਲੋਕਾਂ ਨੇ ਬੇਨਤੀ ਕੀਤੀ ਸੀ ਸਾਡਾ ਧਰਮ ਖਤਰੇ 'ਚ ਹੈ ਬਚਾ ਦਿਓ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਔਰੰਗਜ਼ੇਬ ਬਾਦਸ਼ਾਹ ਸਭਾ ਮਨ ਜਨੇਊ ਰੋਜ਼ ਲੰਘਦਾ ਫਿਰ ਰੋਟੀ ਖਾਂਦਾ ਐਡਾ ਧੱਕਾ ਹੋ ਰਿਹਾ ਭਾਵੇਂ ਜਨੇਊਆਂ ਦੇ ਹੱਕ ਵਿੱਚ ਨਹੀਂ ਨੇ ਪਰ ਹਰ ਬੰਦਾ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਸੁਤੰਤਰਤਾ ਵਾਸਤੇ ਧੱਕਾ ਕੀਤਾ ਜਾ ਰਿਹਾ ਸੀ ਇਹ ਨਹੀਂ ਵੀ ਜਨੇਊ ਦੇ ਹੱਕ ਚ ਸੀ ਨਹੀਂ ਉਹਨਾਂ ਦੇ ਧਰਮ ਦੀ ਮਰਿਆਦਾ ਉਹਨਾਂ ਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਿਓ ਧੱਕਾ ਨਹੀਂ ਕਰਨਾ ਕਿਸੇ ਨਾਲ ਜ਼ੁਲਮ ਦੇ ਖਿਲਾਫ ਸਤਿਗੁਰਾਂ ਨੇ ਜੰਗ ਲੜੇ ਆ ਧੱਕੇ ਨਾਲ ਨਹੀਂ ਵੀ ਤੁਸੀਂ ਅੰਮ੍ਰਿਤ ਛਕ ਲਓ ਧੱਕਾ ਇਹ ਨਹੀਂ ਕੀਤਾ ਗਿਆ ਵੀ ਤੁਸੀਂ ਸਾਡੇ ਚ ਆ ਜਾਓ ਜ਼ਬਰਦਸਤੀ ਕੋਈ ਨਹੀਂ ਧੱਕਾ ਕੋਈ ਨਹੀਂ ਕਿਸੇ ਨਾਲ ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਆ ਕੇ ਬੇਨਤੀ ਕਰਦੇ ਨੇ ਕਹਿੰਦੇ ਮਹਾਰਾਜ ਸਾਡਾ ਕੋਈ ਰਾਖਾ ਨਹੀਂ ਤੁਸੀਂ ਕਿਰਪਾ ਕਰੋ ਤੇ ਤੁਸੀਂ ਜਾਣਦੇ ਹੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵਿਚਾਰ ਲੱਗ ਪਏ ਕਰਨ ਨੇਤਰ ਬੰਦ ਕਰਕੇ ਸੋਚਦੇ ਆ ਇਹਨੇ ਨੂੰ ਆਏ ਗੋਬਿੰਦ ਰਾਏ ਜੀ ਕਹਿੰਦੇ ਮਹਾਰਾਜ ਕੀ ਖਿਆਲ ਕੀ ਸੋਚਦੇ ਹੋ ਇਹ ਕੌਣ ਨੇ ਧੋਤੀਆਂ ਵਾਲੇ ਬੋਦੀਆਂ ਵਾਲੇ ਮਹਾਰਾਜ ਕਹਿੰਦੇ ਇਹਨਾਂ ਦਾ ਧਰਮ ਖਤਰੇ 'ਚ ਹੈ ਤਾਂ ਆਏ ਨੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਵੇਂ ਬਚੇਗਾ ਇਹਨਾਂ ਦਾ ਧਰਮ ਕਹਿੰਦੇ ਕੋਈ ਅਵਤਾਰ ਪੈਗੰਬਰ ਹੋਵੇ ਜਿਹਦੀ ਦੁਨੀਆ ਮੰਨਦੀ ਹੋਵੇ ਜੋਸ਼ ਭਰਦੇ ਨਾ ਉਹ ਆਪਣੇ ਆਪ ਦਾ ਬਲੀਦਾਨ ਦੇ ਦੇਵੇ ਫਿਰ ਗੱਲ ਬਣ ਜਾਏਗੀ ਗੋਬਿੰਦ ਰਾਏ ਜੀ ਕਹਿੰਦੇ ਤੁਹਾਡੇ ਨਾਲੋਂ ਵੱਡਾ ਪੈਗੰਬਰ ਮੈਨੂੰ ਤੇ ਕੋਈ ਨਹੀਂ ਦਿਸਦਾ ਤੁਸੀਂ ਆਪਣੇ ਆਪ ਦਾ ਬਲੀਦਾਨ ਦੇ ਦਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿਣ ਲੱਗੇ ਚਲਿਆ ਤੇ ਮੈਂ ਜਾਵਾਂਗਾ ਪਰਖਣ ਲਈ ਕਹਿੰਦੇ ਨੇ ਤੂੰ ਅਨਾਥ ਹੋ ਜਾਏਗਾ ਤੇਰੀ ਮਾਂ ਵਿਧਵਾ ਹੋ ਜਾਏਗੀ
ਕਹਿਣ ਲੱਗੇ ਕੋਈ ਗੱਲ ਨਹੀਂ ਸੱਚੇ ਪਾਤਸ਼ਾਹ ਜੇ ਮੇਰੇ ਅਨਾਥ ਹੋਣ ਨਾਲ ਲੱਖਾਂ ਹਿੰਦੂਆਂ ਦੇ ਬੱਚੇ ਅਨਾਥ ਹੋਣੋਂ ਬਚ ਜਾਣਗੇ ਮੇਰੀ ਮਾਂ ਦੇ ਵਿਧਵਾ ਹੋਣ ਨਾਲ ਲੱਖਾਂ ਬੀਬੀਆਂ ਹਿੰਦੂ ਵਿਧਵਾ ਹੋਣੋਂ ਬਚ ਜਾਣਗੀਆਂ ਕੋਈ ਗੱਲ ਨਹੀਂ ਮੇਰੀ ਮਾਂ ਨੂੰ ਵਿਧਵਾ ਹੋ ਜਾਣ ਦਿਓ ਮੈਨੂੰ ਅਨਾਥ ਹੋ ਜਾਣ ਦਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੁਸੀਂ ਜਾਓ ਐਸੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਨ ਪੌਣੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਤੋਰਦੇ ਨੇ ਕਿੱਥੇ ਮੰਦਰਾਂ 'ਚ ਤਲ ਖੜਕਣੇ ਸੀ ਉਸ ਵੇਲੇ ਜੇ ਕੁਰਬਾਨੀ ਨਾ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਗਏ ਤੇ ਤਾਂ ਹੀ ਅੱਜ ਮੰਦਰਾਂ ਵਿੱਚ ਤਲ ਖੜਕਦੇ ਤੇ ਕਈ ਵਿਦਵਾਨ ਸੱਜਣ ਸਾਡੇ ਕਹਿੰਦੇ ਨਹੀਂ ਗੁਰਦੁਆਰਿਆਂ 'ਚ ਮਨਾਓ ਭਾਵੇਂ ਨਾ ਮਨਾਓ ਪਰ ਮੰਦਰਾਂ 'ਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਦਿਨ ਜ਼ਰੂਰ ਯਾਦ ਕਰਿਆ ਕਰੋ ਸਤਿਗੁਰੂ ਤੁਸੀਂ ਨਾ ਹੁੰਦੇ ਤੇ ਆ ਤਿਲਕ ਧੋਤੀਆਂ ਬੋਦੀਆਂ ਦਿਸਣੀਆਂ ਹੀ ਨਹੀਂ ਇਹ ਤੁਹਾਡੀ ਕਿਰਪਾ ਨਾਲ ਹੋਇਆ ਸਾਰਾ ਕੁਝ ਪਰ ਇੱਕ ਵੇਲਾ ਇਸ ਧਰਤੀ ਤੇ ਉਹ ਵੀ ਆਇਆ ਦਿੱਲੀ ਵਿੱਚ ਸੜਕਾਂ ਤੇ ਭਜਾ ਭਜਾ ਕੇ ਗਲਾਂ 'ਚ ਟੈਰ ਪਾ ਪਾ ਕੇ ਨੰਗਾ ਨਾਚ ਕੀਤਾ ਉਸ ਵੇਲੇ ਅੱਤ ਹੋ ਗਈ ਜ਼ੁਲਮ ਦੀ ਜਦੋਂ ਕਹਿੰਦੇ ਸੀ ਸਿੱਖ ਪੱਗ ਵਾਲਾ ਦਿਸਦਾ ਤੇ ਗਲਾਂ 'ਚ ਟੈਰ ਪਾ ਕੇ ਸਾੜ ਦਿਓ ਮਾਰ ਦਿਓ ਖਤਮ ਕਰ ਦਿਓ ਪੰਜ ਦਿਨ ਲਗਾਤਾਰ ਦਿੱਲੀ ਦੇ ਵਿੱਚ ਕੀ ਕੁਝ ਹੋਇਆ ਤੁਹਾਨੂੰ ਪਤਾ ਨਵੰਬਰ ਦੇ ਮਹੀਨੇ ਇਸੇ ਮਹੀਨੇ ਸ਼ੁਰੂ ਦੇ ਵਿੱਚ ਸਭ ਕੁਝ ਭੁੱਲ ਗਏ ਕਹਿੰਦੇ ਸੀ ਸਭ ਨੂੰ ਅਨਾਥ ਕਰ ਦੇਣਾ ਹੈ ਅੱਖਾਂ ਸਾਹਮਣੇ ਬੇਪਤ ਕੀਤੀਆਂ ਧੀਆਂ ਭੈਣਾਂ ਕਿੰਨਾ ਕੁਝ ਹੋਇਆ ਤੇ ਅੱਜ ਤੱਕ ਗੁਹਾਰ ਲਾਉਂਦੇ ਨੇ ਸਾਡੇ ਪਰਿਵਾਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਜੇ ਤੱਕ ਉਹਦਾ ਇਨਸਾਫ ਨਹੀਂ ਮਿਲਿਆ ਪਰ ਵੇਖੋ ਗੋਬਿੰਦ ਰਾਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਿੱਕੀ ਜੀ ਉਮਰ ਵਿੱਚ ਪੌਣੇ 9 ਸਾਲ ਦੀ ਉਮਰ ਵਿੱਚ ਕਿੱਡਾ ਵੱਡਾ ਪਰਉਪਕਾਰ ਹੈ ਇਹਨਾਂ ਦੀ ਬਾਹ ਫੜੋ ਪਿਤਾ ਜੀ ਜਾਓ ਇਹਨਾਂ ਦੀ ਬਾਹ ਫੜੋ ਕੋ ਆਏ ਨੇ ਨਾ ਅੱਜ ਬੇਨਤੀ ਕਰਨ ਵਾਸਤੇ ਇਹਨਾਂ ਦੀ ਬਾਹ ਫੜੋ ਖਾਲਸਾ ਹਮੇਸ਼ਾ ਹੀ ਬਾਹ ਫੜਦਾ ਰਿਹਾ ਹੈ ਆ ਹੁਣ ਆਪਾਂ ਜੰਮੂ ਕਸ਼ਮੀਰ ਵਿੱਚ ਵੇਖਿਆ ਹੀ ਹੈ ਸਿੱਖਾਂ ਨੇ ਕਿੰਨਾ ਕੁਝ ਜਾ ਕੇ ਕੀਤਾ ਹੈ ਹੋਰ ਵੀ ਮਾਫ ਕਰਨਾ ਬਸਤੀ ਤੇ ਹੋਰ ਵੀ ਬਥੇਰੀ ਦੁਨੀਆ ਇੱਥੇ ਕਿੰਨੇ ਕੁ ਲੰਗਰ ਲੱਗ ਗਏ ਕਿੰਨਿਆਂ ਕਿ ਨੇ ਜਾ ਕੇ ਹੈਲਪ ਕੀਤੀ ਹੈ ਕਿੰਨਿਆਂ ਕਿ ਨੇ ਜਾ ਕੇ ਸਿੱਖ ਧਰਮ ਵਿੱਚ ਸਿਖਾਇਆ ਹੀ ਸਾਨੂੰ ਇਹ ਕੁਝ ਗਿਆ ਹੈ ਪਰ ਉਪਕਾਰ ਦੀ ਭਾਵਨਾ ਠੀਕ ਹੈ ਸਾਡੇ ਵਿੱਚ ਘਾਟਾਂ ਕਮੀਆਂ ਬਹੁਤ ਆ ਗਈਆਂ ਨੇ ਪਰ ਫਿਰ ਵੀ ਸਪਿਰਿਟ ਵਾਲੇ ਅੱਜ ਵੀ ਹੈ ਆ ਨੌਜਵਾਨ ਜਿਹੜੇ ਅੱਜ ਵੀ ਹੈਲਪ ਕਰਦੇ ਨੇ ਲੋੜ ਪਵੇ ਅੱਜ ਵੀ ਮਦਦ ਕਰਦੇ ਨੇ ਥਾਂ ਥਾਂ ਤੇ ਜਾ ਕੇ ਜਿੱਥੇ ਵੀ ਲੋੜ ਪਈ ਹੈ ਬਿਨਾਂ ਪੁੱਛਿਆ ਵੀ ਕਿਹੜੀ ਜਾਤ ਦਾ ਕਿਹੜੇ ਧਰਮ ਦਾ ਹੈ ਉਹਨਾਂ ਦੀ ਜਾ ਕੇ ਮਦਦ ਕੀਤੀ ਹੈ ਸਾਡੇ ਗੁਰੂ ਜੀ ਨੇ ਸਾਨੂੰ ਸਿਖਾਇਆ ਹੀ ਇਹ ਹੈ ਕਿਸੇ ਨੂੰ ਹਸਾ ਕੇ ਹੱਸ ਖਾਣਾ ਵੀ ਹੈ ਤੇ ਵੰਡ ਕੇ ਖਾ ਸਾਡੇ ਸਤਿਗੁਰ ਜੀ ਨੇ ਪਰਉਪਕਾਰ ਦੀ ਭਾਵਨਾ ਸਾਡੇ ਵਿੱਚ ਭਰੀ ਹੈ ਤੇ ਵੇਖੋ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਪੌਣੇ 9 ਸਾਲ ਦੀ ਉਮਰ ਵਿੱਚ ਸੱਚੇ ਪਾਤਸ਼ਾਹ ਕਿਸੇ ਦਾ ਬੱਚਾ ਅਨਾਥ ਨਾ ਹੋਵੇ ਕੋਈ ਗੱਲ ਨਹੀਂ ਮੈਨੂੰ ਅਨਾਥ ਹੋ ਜਾਣ ਦੇ ਤਾਂ ਹੀ ਤੇ ਆਪਾਂ ਪੜ੍ਹਦੇ ਹਾਂ ਯਾਦ ਕਰਿਆ ਕਰੀਏ ਕੁਰਬਾਨੀਆਂ ਪਿਤਾ ਵਾਰਿਆ ਪੁੱਤਰ ਚਾਰੇ ਵਾਰ ਆ ਸ਼ਾਨ ਐਵੇਂ ਨਹੀਂ ਬਣੀ ਸਿੱਖਾ ਤੇਰੀ ਸ਼ਾਨ ਬਦਲ ਪਿਤਾ ਵਾਰਿਆ ਪੁੱਤਰ ਚਾਰੇ ਪੁੱਤਰ ਚਾਰੇ ਵਾਰ ਪੈਣਾ ਪੜੋ ਪਿਤਾ ਵਾਰਿਆ ਪੁੱਤਰ ਚਾਰੇ ਵਾਰ ਸਿੱਖਾ ਤੇਰੀ ਜਾਨ ਪਿਤਾ ਵਾਰਿਆ ਪੁੱਤਰ ਚਾਰੇ ਸਿੱਖਾ ਤੇਰੀ ਜਾਨ ਬਦਲੇ ਤੇਰੀ ਸ਼ਾਨ ਬਦਲੇ
ਤੇਰੀ ਸ਼ਾਨ ਸਦੇ ਤੇ ਸਿੱਖਾ ਤੇਰੀ ਜੀ ਸ਼ਾਨ ਸਦੇ 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 ਸਿੱਖਾ ਤੇਰੀ ਜੀ ਸ਼ਾਨ ਬਦਲੇ ਸਿੱਖਾ ਤੇਰੀ ਜੀ ਸ਼ਾਨ ਬਦਲੇ ਵਾਰਿਆ ਪੁੱਤਰ ਚਾਰੇ ਪਿਤਾ ਵਾਰਿਆ ਪੁੱਤਰ ਚਾਰੇ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਵਾਰਿਆ ਪੁੱਤਰ ਚਾਰੇ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਪੌਣੇ ਨੌ ਸਾਲ ਦੀ ਉਮਰ ਚ ਆਖਿਆ ਜਾਓ ਪਿਤਾ ਜੀ, ਫਿਰ ਗਏ ਗੁਰੂ ਤੇਗ ਬਹਾਦਰ ਸਾਹਿਬ, ਜਾਣਦੇ ਹੀ ਹੋ ਆਪਣੇ ਆਪ ਨੂੰ ਆਪ ਗ੍ਰਿਫਤਾਰ ਕਰਵਾਇਆ ਆਗਰੇ। ਜਦੋਂ ਬਾਦਸ਼ਾਹ ਦੀ ਕਚਹਿਰੀ ਚ ਦਿੱਲੀ ਪੇਸ਼ ਕੀਤਾ ਗਿਆ, ਬਹੁਤ ਮਨਾਇਆ ਸੱਚੇ ਪਾਤਸ਼ਾਹ। ਤੁਹਾਨੂੰ ਹਿੰਦੂ ਬਥੇਰੇ ਮੰਨਣ ਵਾਲੇ ਹੈ ਨੇ, ਇਸਲਾਮ ਧਰਮ ਚ ਤੁਹਾਡਾ ਸਤਿਕਾਰ ਹੋਏਗਾ, ਜੋ ਮੰਗੋਗੇ ਮਿਲੇਗਾ। ਇਸਲਾਮ ਧਰਮ ਵਿੱਚ ਆ ਜਾਓ। ਸਤਿਗੁਰੂ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਭੁੱਲ ਜਾ, ਚਲੋ ਤੁਸੀਂ ਜਾਣਦੇ ਹੀ ਹੋ, ਬਹੁਤ ਮਨਾਇਆ ਕੋਸ਼ਿਸ਼ਾਂ ਕੀਤੀਆਂ ਨਾ ਮੰਨੇ, ਐਸੇ ਪਿੰਜਰੇ ਵਿੱਚ ਬੰਦ ਕਰ ਦਿੱਤਾ, ਨਾ ਖਲੋਤਾ ਜਾਏ ਨਾ ਬੈਠਾ ਜਾਏ, ਆਰਾਮ ਕਿੱਥੋਂ ਹੋਣਾ ਸੀ। ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਵਰਗੇ ਗੁਰਮੁਖ ਨਾਲ ਸੀ। ਭਾਈ ਮਤੀ ਦਾਸ ਨੇ ਉਸ ਵੇਲੇ ਬੇਨਤੀ ਕੀਤੀ, ਗਰੀਬ ਨਵਾਜ਼ ਤੁਹਾਡਾ ਹਾਲ ਵੇਖਿਆ ਨਹੀਂ ਜਾਂਦਾ, ਹੁਕਮ ਕਰੋ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕ ਸਕਦੀ ਹੈ। ਮਹਾਰਾਜ ਕਹਿੰਦੇ ਰਜਾ ਚ ਰਹਿਣਾ, ਉਹਦੇ ਹੁਕਮ ਚ ਰਹਿਣਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਭਾਣਾ ਮਿੱਠਾ ਕਰਕੇ ਮੰਨਣਾ ਹੈ। ਕਹਿੰਦੇ ਨੇ ਫਿਰ ਮਤੀ ਦਾਸ ਨੂੰ ਕਚਹਿਰੀ ਚ ਬੁਲਾਇਆ ਗਿਆ। ਔਰੰਗਜ਼ੇਬ ਬਾਦਸ਼ਾਹ ਕਹਿਣ ਲੱਗਾ, ਮਤੀ ਦਾਸਾ ਤੂੰ ਇਸਲਾਮ ਕਬੂਲ ਕਰ ਲੈ। ਕਈ ਇਤਿਹਾਸਕਾਰਾਂ ਨੇ ਤੇ ਇੱਥੋਂ ਤੱਕ ਵੀ ਲਿਖਿਆ ਕਿ ਮਤੀ ਦਾਸ ਨੂੰ ਇਹ ਵੀ ਕਹਿ ਦਿੱਤਾ ਸੀ, ਤੈਨੂੰ ਮੈਂ ਆਪਣੀ ਲੜਕੀ ਦਾ ਰਿਸ਼ਤਾ ਕਰ ਦਿਆਂ। ਕਈਆਂ ਨੇ ਇੱਥੋਂ ਤੱਕ ਵੀ ਲਿਖਿਆ, ਮਤੀ ਦਾਸ ਨਹੀਂ ਮੰਨਿਆ। ਮੈਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸਿੱਖ ਹਾਂ, ਮਰ ਸਕਦਾ ਮੈਂ ਸਿੱਖੀ ਨਹੀਂ ਛੱਡ ਸਕਦਾ, ਮਰ ਸਕਦਾ ਪਰ ਮੈਂ ਸਿੱਖੀ ਨਹੀਂ ਛੱਡ ਸਕਦਾ। ਫਿਰ ਮਤੀ ਦਾਸ ਨੂੰ ਹੁਕਮ ਆਰੇ ਨਾਲ ਚੀਰਨ ਦਾ ਹੋਇਆ ਸੀ, ਜਲਾਦ ਸਿਰ ਤੇ ਲੱਗਿਆ ਆਰਾ ਰੱਖਣ। ਮਤੀ ਦਾਸ ਨੂੰ ਪੁੱਛਿਆ ਅੰਤਮ ਇੱਛਾ ਕੀ ਹੈ, ਕਹਿੰਦੇ ਸਤਿਗੁਰ ਵੱਲ ਮੇਰਾ ਮੁੱਖ ਕਰ ਦਿਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਵੱਲ ਮੂੰਹ ਕਰ ਦਿੱਤਾ ਗਿਆ, ਸਿਰ ਤੇ ਕਹਿੰਦੇ ਆਰਾ ਰੱਖਿਆ ਮਤੀ ਦਾਸ ਦੇ। ਬੇਨਤੀ ਇਹਨੇ ਕੀਤੀ ਅੱਖਾਂ ਬੰਦ ਕਰਕੇ, ਕਹਿੰਦਾ ਮਹਾਰਾਜ ਜਦੋਂ ਵੀ ਕਿਤੇ ਗਏ ਹਾਂ ਤੁਹਾਡੀ ਆਗਿਆ ਨਾਲ ਗਏ ਹਾਂ, ਤੇ ਹੁਣ ਜਾਂਦੀ ਵਾਰੀ ਵੀ ਕੋਈ ਉਪਦੇਸ਼ ਦੇ ਦਿਓ। ਸਤਿਗੁਰਾਂ ਨੇ ਕਹਿੰਦੇ ਕੇਸਾਂ ਚੋਂ ਕੰਘਾ ਕੱਢਿਆ, ਪੰਜ ਕਕਾਰ ਕਲਗੀਧਰ ਜੀ ਨੇ ਬਖਸ਼ੇ ਨੇ, ਪਰ ਗੁਰੂ ਨਾਨਕ ਸਾਹਿਬ ਵੇਲੇ ਤੋਂ ਕੰਘਾ ਸੀ। ਹੁਣ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਨੇ, ਕੰਘਾ ਸਿਰ ਤੇ ਹੀ ਹੁੰਦਾ ਸੀ, ਸਵੇਰੇ ਸ਼ਾਮ ਕੰਘਾ ਕਰਨ ਦਾ ਹੁਕਮ ਹੀ ਹੈ ਸਿੱਖ ਨੂੰ। ਗੁਰੂ ਤੇਗ ਬਹਾਦਰ ਸਾਹਿਬ ਵੀ ਕੰਘਾ ਲਾਉਂਦੇ ਸੀ, ਸਫਾਈ ਦਾ ਵੀ ਵੇਖੋ ਕਿੰਨਾ ਖਿਆਲ ਰੱਖਿਆ ਜਾਂਦਾ। ਹੁਣ ਸਾਨੂੰ ਸਾਰਿਆਂ ਨੂੰ ਹੁਕਮ ਹੀ ਹੈ ਵੀ ਕੰਘਾ ਕੇਸਾਂ 'ਚ ਕਰਨਾ ਹੈ। ਜਿਹੜਾ ਬੰਦਾ ਆਰਾਮ ਨਾਲ ਸਵੇਰੇ ਉੱਠ ਕੇ ਚੰਗੀ ਤਰ੍ਹਾਂ ਆਪਣੇ ਕੇਸਾਂ ਨੂੰ ਵਾਹਵੇ, ਕੇਸਕੀ ਬੰਨੀ ਹੋਈ ਥੱਲੇ ਰੱਖ ਲਵੇ ਗੋਦ ਵਿੱਚ, ਤੇ ਐਂ ਚੰਗੀ ਤਰ੍ਹਾਂ ਆਪਣੇ ਕੇਸ ਵਾਹੇ ਹੋਣ, ਜਿਹੜੇ ਕੇਸ ਉਹਦੇ 'ਚੋਂ ਡਿੱਗਣਗੇ ਉਹ ਵੀ ਆਪਣੇ ਆਰਾਮ ਨਾਲ ਇਕੱਠੇ ਕਰ ਲਵੇ, ਚੁੱਕ ਲਵੇ। ਮੁਰਦਾ ਕੇਸ ਨੇ ਆਪਣੇ ਆਪ ਡਿੱਗੇ ਨੇ, ਮੁਰਦਾ ਨਹੁੰ ਵੀ ਆਪਾਂ ਕੱਟ ਦਿੰਦੇ ਹਾਂ। ਕਈ ਸੱਜਣ ਕਹਿੰਦੇ ਨੀ ਵੀ ਨਹੁੰ ਕਿਉਂ ਕੱਟਦੇ ਹਾਂ ਜੀ, ਕਈ ਏਦਾਂ ਦੀਆਂ ਗੱਲਾਂ ਵੀ ਕਰਦੇ ਨੇ ਵੀ ਜੇ ਕੇਸ ਨਹੀਂ ਕੱਟਣੇ ਨਹੁੰ ਤੇ ਨਹੁੰ ਵੀ ਉੱਦਾਂ ਹੀ ਰੱਖੋ ਜਿਵੇਂ ਹੈ, ਇਹ ਮੁਰਦਾ ਨੇ, ਜਿਹੜੇ ਅਸਲੀ ਨੇ ਉਹ ਤੇ ਕੱਟੇ ਹੀ ਨਹੀਂ ਜਾਣੇ, ਖੂਨ ਨਿਕਲੇਗਾ। ਜਿਹੜੇ ਮੁਰਦਾ ਹੁੰਦੇ ਨੇ ਉਹ ਨਹੁੰ ਕੱਟੇ ਜਾਂਦੇ ਨੇ, ਮੁਰਦਾ ਚੀਜ਼ ਨੂੰ। ਤੇ ਸਮੁੰਦਰ ਵਿੱਚ ਵੀ, ਸਮੁੰਦਰ 'ਚ ਜਿਹੜੀ ਮੱਛੀ ਮਰ ਜਾਏਗੀ, ਵੇਲ ਮੱਛੀ ਵੀ ਹੋਵੇ, ਸਮੁੰਦਰ ਉਹਨੂੰ ਬਾਹਰ ਕੱਢ ਦਿੰਦਾ, ਮੁਰਦਾ ਪੱਤੇ ਆਪਣੇ ਆਪ ਝੜ ਜਾਂਦੇ ਨੇ।
अपने आप पत्तिया ने झड़ जाना होंगे मुरदा चीज है जेडी नेचर तो उल्ट है वो अपने आप ही बाहर आ जाएगी कुदरत का नियम है ये इस करके जो मुरदा हो जाते हैं आप कटते हैं दूजे नहीं जान बुझ के नहीं जेडे केस अपने आप टुट जाते हैं वह कंघे नाल अपने आप असी बाहर कटते हैं उदा नहीं केस कटते ਇਦਾਂ ਗੋਦ ਵਿੱਚ ਰੱਖ ਲਓ ਇਦਾਂ ਕੇਸ ਜਿਹੜੇ ਨੇ ਨਾ ਉਹ ਹੌਲੀ ਹੌਲੀ ਵਾਣੇ ਫਿਰ ਉਹਨਾਂ ਨੂੰ ਸਾਂਭ ਕੇ ਵੀ ਰੱਖੋ ਕੇਸਾਂ ਨੂੰ ਸੰਭਾਲ ਕੇ ਰੱਖੋ ਕੇਸ ਜਿਹੜੇ ਵਾਏ ਉਹਨਾਂ ਨੂੰ ਸੰਭਾਲ ਲਓ ਫਿਰ ਜਦੋਂ ਸਮਾਂ ਲੱਗੇ ਅਗਨ ਭੇਟ ਕਰ ਜਲ ਪ੍ਰਵਾਹ ਕਰੋ ਨਹੀਂ ਤੇ ਅਗਨ ਭੇਟ ਕਰ ਦਿਓ ਉਹਨਾਂ ਕੇਸਾਂ ਦੀ ਵੀ ਫਿਰ ਕਹਿੰਦੇ ਸੰਭਾਲ ਰੱਖਣੀ ਸਾਡੀ ਮਰਿਆਦਾ ਹੈ ਉਹ ਗੁਰੂ ਕੀ ਮੋਹਰ ਮੰਨੇ ਜਾਂਦੇ ਨੇ ਕੇਸ ਕੰਘਾ ਜਿਹੜਾ ਦੋ ਟਾਈਮ ਕਰਨਾ ਚੰਗੀ ਗੱਲ ਹੀ ਹੈ ਸਫਾਈ ਹੁਣ ਜੇ ਆਪਾਂ ਕਿਸੇ ਦੇ ਘਰ ਜਾ ਕੇ ਆਖੀਏ ਲਿਆਓ ਜੀ ਕੇਸ ਵਾਹਣ ਵਾਸਤੇ ਤੇ ਅਗਲਾ ਕੰਘੀ ਦੇਵੇ ਤੇ ਕੰਘੀ 'ਚ ਜੂਆਂ ਹੋਣ ਦੋ ਤਿੰਨ ਪਈਆਂ ਤੇ ਬੰਦਾ ਸਿਰ 'ਚ ਜੂਆਂ ਪਵਾ ਕੇ ਆ ਜਾਏ ਆਪਣੀ ਆਪਣਾ ਨਾਲ ਹੀ ਹੈ ਨਾ ਸਿਰ ਦੇ ਵਿੱਚ ਸਫਾਈ ਦਾ ਵੀ ਖਿਆਲ ਹੈ ਵੇਖੋ ਬਲਿਹਾਰੇ ਜਾਈਏ ਆਪਣੇ ਸਤਿਗੁਰ ਤੋਂ ਵੀ ਕੰਘਾ ਸਿਰ 'ਚ ਹੀ ਹੈ ਕਈਆਂ ਕਈਆਂ ਨੂੰ ਸ਼ੌਂਕ ਹੁੰਦਾ ਸਫਾਈ ਦਾ ਕੰਘਾ ਦੋਨੋਂ ਵਕਤ ਕਰ ਪਾਗ ਚੁੰਨੇ ਕਰ ਬੰਦ 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 ਹਾਂ ਬੰਨਣੀ ਹੈ ਪੱਗ ਜਿਹੜੀ ਹੈ ਚੁਣ ਕੇ ਬੰਨਣੀ ਹੈ ਭਾਵ ਕੇ ਇੱਕ ਇੱਕ ਲੜ ਕਰਕੇ ਬੰਨਣੀ ਕਈ ਦਸ ਪੱਗਾਂ ਇਕੱਠੀਆਂ ਹੀ ਬੰਨ ਲੈਂਦੇ ਨੇ ਛੁੱਟੀ ਵਾਲੇ ਦਿਨ ਬਸ ਧਾਰੀ ਲੈਣੀ ਸਿਰ ਤੇ ਤੁਰਨਾ ਤੇ ਪੱਗ ਇਦਾਂ ਹੀ ਸਿਰ ਤੇ ਧਰ ਲੈਣੀ ਸਾਡੀ ਮਰਿਆਦਾ 'ਚ ਇਹ ਹੈ ਵੀ ਇਕੱਲਾ ਇਕੱਲਾ ਕਿਉਂ ਵੀ ਐਕਟਿਵ ਰਹਿ ਢਿੱਲੜ ਨਾ ਹੋ ਪੰਜ ਮਿੰਟ ਦਾ ਤੇਰੇ ਕੋਲ ਦਸਤਾਰ ਬੰਨਣ ਦਾ ਟਾਈਮ ਨਹੀਂ ਫਿਰ ਹੋਰ ਕੀ ਕਰੇਗਾ ਆਰਾਮ ਨਾਲ ਦਸਤਾਰ ਬੰਨ ਦਸਤਾਰ ਜੇ ਚੱਜ ਤਰ੍ਹਾਂ ਸਹੀ ਬੰਨੀ ਹੋਵੇ ਬੰਦਾ ਐਕਟਿਵ ਰਹਿੰਦਾ ਹੈ ਚੰਗੀ ਤਰ੍ਹਾਂ ਫਿਰ ਆਪਣਿਆਂ ਕੇਸਾਂ ਨੂੰ ਵਾਹਣਾ ਫਿਰ ਦਸਤਾਰ ਸਜਾਣੀ ਕਈ ਵੇਖੇ ਆ ਐਡੀਆਂ ਐਡੀਆਂ ਚਟਾਵਾਂ ਹੀ ਵੱਜੀਆਂ ਹੁੰਦੀਆਂ ਨੇ ਥੱਲੇ ਉੱਤੋਂ ਹੀ ਬਾਹਰ ਫੱਬਿਆ ਹੋਇਆ ਹੁੰਦਾ ਉੱਤੋਂ ਹੀ ਫੱਬਿਆ ਹੋਇਆ ਹੁੰਦਾ ਵੇਖਣ ਨੂੰ ਪਰ ਸਫਾਈ ਵੱਲ ਖਿਆਲ ਨਹੀਂ ਹੁੰਦਾ ਆਪਣੇ ਆਪ ਨੂੰ ਸਾਫ ਰੱਖਣਾ ਸਾਫ ਸੁਥਰੇ ਰੱਖਣਾ ਸਾਡੇ ਧਰਮ ਵਿੱਚ ਇਦਾਂ ਨਹੀਂ ਸਾਫ ਸੁਥਰੇ ਰੱਖਣਾ ਮਨ ਪਹਿਲਾਂ ਸਾਫ ਕਰਨਾ ਫਿਰ ਤਨ ਦੀ ਸਫਾਈ ਵੀ ਲਾਜ਼ਮੀ ਹੈ ਫਿਰ ਘਰਾਂ ਦੀ ਸਫਾਈ ਵੀ ਲਾਜ਼ਮੀ ਹੈ ਜਿਸ ਘਰ ਵਿੱਚ ਰਹੀਏ ਉੱਥੇ ਵੀ ਸਾਫ ਸਫਾਈ ਦਾ ਖਿਆਲ ਰੱਖੀਏ ਭਾਵੇਂ ਕੱਚਾ ਹੀ ਹੋਵੇ ਪਰ ਲਿੰਬ ਕੇ ਰੱਖੋ ਚੰਗੀ ਤਰ੍ਹਾਂ ਸਾਫ ਸਫਾਈ ਦਾ ਖਿਆਲ ਕੱਚਾ ਹੀ ਹੈ ਭਾਵੇਂ ਪਰ ਸਾਫ ਸੁਥਰਾ ਰੱਖੋ ਥੋੜਾ ਹੀ ਮਕਾਨ ਬਣਿਆ ਛੋਟਾ ਹੀ ਬਣਿਆ ਜੇ ਨਹੀਂ ਪੱਥਰ ਲੱਗਿਆ ਤੇ ਉੱਥੇ ਇੱਟਾਂ ਹੀ ਲੱਗੀਆਂ ਨੇ ਇੱਟਾਂ ਨਹੀਂ ਲੱਗੀਆਂ ਕੱਚਾ ਹੀ ਹੈ ਭਾਵੇਂ ਪਰ ਕੱਚੇ ਨੂੰ ਵੀ ਸਾਫ ਰੱਖਿਆ ਜਾ ਸਕਦਾ ਸਾਫ ਸਫਾਈ ਦਾ ਖਿਆਲ ਰੱਖਣਾ ਸਰੀਰ ਨੂੰ ਸਾਫ ਰੱਖਣਾ ਤੇ ਸਭ ਤੋਂ ਵੱਡੀ ਗੱਲ ਹੈ ਮਨ ਨੂੰ ਸਾਫ ਰੱਖਣਾ ਮਨ ਸੁੱਚਾ ਹੋਣਾ ਇਹ ਬੜੀ ਲਾਜ਼ਮੀ ਗੱਲ ਹੈ ਬਾਕੀ ਸਰੀਰ ਨੂੰ ਸਾਫ ਸੁਥਰਾ ਰੱਖਣਾ ਕੱਪੜੇ ਭਾਵੇਂ ਸਾਦੇ ਰੱਖੋ ਥੋੜੇ ਨੇ ਇੱਕ ਇੱਕੋ ਹੀ ਹੈ ਬਾਰ ਬਾਰ ਪਰ ਉਹਨੂੰ ਰੱਖੋ ਤੇ ਸਾਫ ਸੁਥਰਾ ਧੋ ਕੇ ਤੇ ਪਾਓ ਤੇ ਕਈਆਂ ਨੂੰ ਵੇਖੀਦਾ ਕਹੀਦਾ ਵੀ ਇਦਾਂ ਕਿਉਂ ਉਹ ਕੋਈ ਨੀ ਜੀ ਗਰੀਬੀ ਚੰਗੀ ਹੈ ਗਲੀਜ ਪੁਣਾ ਹੈ ਗਰੀਬੀ ਚੰਗੀ ਵਾਲੀ ਗੱਲ ਨਹੀਂ ਇਹ ਢਿੱਲੜ ਪੁਣਾ ਹੈ ਤੇਰਾ ਤੇ ਗੁਰੂ ਦਾ ਸਿੰਘ ਤੇ ਵੈਸੇ ਹੀ ਫੱਬ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਗੁਰੂ ਦਾ ਸਿੰਘ ਹੈ ਨਾ ਅੱਜ ਦਾ ਸਮਾਂ ਜਿਹੜਾ ਉਹਨੂੰ ਵੇਖ ਕੇ ਹੀ ਕਈ ਦਸਤਾਰ ਬੰਨਣ ਲੱਗ ਜਾਂਦੇ ਤਾਈ ਮੈਂ ਤਾਂ ਕਹਿੰਦਾ ਨੌਜਵਾਨ ਸਾਰੇ ਦਸਤਾਰਾਂ ਬੰਨਿਆ ਕਰੋ ਪੱਗਾਂ ਦਮਾਲੇ ਸਜਾਓ ਤੁਹਾਨੂੰ ਵੇਖ ਵੇਖ ਕੇ ਹੋਰਾਂ ਨੂੰ ਵੀ ਦਿਲ ਕਰੇਗਾ ਕਾਲਜ 'ਚ ਜਾਏਗਾ ਸੋਹਣੀ ਦਸਤਾਰ ਬੰਨ ਕੇ ਹੋਰਾਂ ਦਾ ਜੀ ਕਰੇਗਾ ਦਸਤਾਰ ਸਜਾ ਕੇ ਰੱਖੋ ਮੈਂ ਪਿੱਛੇ ਜੇ ਸਰਵਾਈਕਲ ਹੋ ਗਿਆ ਮੇਰੇ ਪ੍ਰੋਬਲਮ ਸੀ ਮੈਨੂੰ ਔਖਾ ਸੀ ਥੋੜ੍ਹਾ ਜਿਹਾ ਤੇ ਮੈਂ ਪਿਛਲੇ ਦੋ ਕੁ ਸਾਲ ਪਹਿਲਾਂ ਦੀ ਗੱਲ ਤੇ ਜਦੋਂ ਦੁਕਾਨ ਤੇ ਜਾਣਾ ਨਾ ਤੇ ਮਫਲਰ ਜਿਹਾ ਹੁੰਦਾ ਜਿਹੜਾ ਆਪਾਂ ਗਲ 'ਚ ਪਾ ਲੈਂਦੇ ਹਾਂ ਇੱਦਾਂ ਹੀ ਮੈਂ ਬੰਨ ਕੇ ਤੁਰ ਜਾਂਦਾ ਸੀ ਮੈਂ ਹੈਰਾਨ ਹੋ ਗਿਆ ਦੋ ਦਿਨ ਬੰਨ ਕੇ ਗਿਆ ਤੀਜੇ ਦਿਨ 8-10 ਮੁੰਡਿਆਂ ਦੇ ਮੈਂ ਵੇਖਿਆ ਸਿਰ ਤੇ ਬੰਨਿਆ ਮਫਲਰ ਮੈਂ ਕਿਹਾ ਤੇ ਗਲਤ ਚੱਲ ਪੈਣੀ ਹੈ ਰੀਤ ਇੱਕ ਵਿੱਚ ਕਈ ਇੱਦਾਂ ਹੀ ਬੰਨਣ ਲੱਗ ਜਾਣਗੇ ਫਿਰ ਇਹ ਤੇ ਬੜਾ ਭੈੜਾ ਲੱਗੇਗਾ ਹੁਣ ਮੈਂ ਕਈ ਵਾਰੀ ਕਾਲੀ 'ਚ ਵੀ ਹੋਵਾਂ ਮੈਨੂੰ ਬਾਹਰ ਆਉਣਾ ਪਵੇ ਐਮਰਜੈਂਸੀ ਫਿਰ ਵੀ ਮੈਂ ਕੋਸ਼ਿਸ਼ ਕਰਦਾ ਵੀ ਛੇਤੀ ਛੇਤੀ ਬੰਨ ਲਓ ਦਸਤਾਰ ਵੀ ਕਈ ਵੇਖਣ ਵਾਲਾ ਪਈ ਉਹਦੇ ਅਸਰ ਹੁੰਦਾ ਹੈ ਕਈਆਂ ਉੱਤੇ ਉਹ ਵੇਖ ਕੇ ਫਿਰ ਉਹਨਾਂ ਨੂੰ ਚੰਗਾ ਲੱਗਦਾ ਹੈ ਚਲੋ ਕਿਵੇਂ ਨਾ ਕਿਵੇਂ ਬੰਨਣ ਤੇ ਸਹੀ ਸਾਨੂੰ ਰੋਲ ਮਾਡਲ ਨਹੀਂ ਮੰਨਦੇ ਐਕਟਰਾਂ ਨੂੰ ਹੀ ਮੰਨਦੇ ਨੇ ਮੈਂ ਤੇ ਐਕਟਰਾਂ ਨੂੰ ਵੀ ਸਾਡੇ ਇੱਕ ਦੋ ਮੈਨੂੰ ਮਿਲੇ ਆ ਕਈ ਵਾਰੀ ਜਹਾਜ਼ 'ਚ ਮਿਲ ਪੈਂਦੇ ਤਾਂ ਬਾਹਰ ਨਹੀਂ ਜਾਈਦਾ ਬਾਹਰ ਕਈ ਵਾਰੀ ਮਿਲ ਪੈਂਦੇ ਜਹਾਜ਼ ਵਿੱਚ ਬੈਠੇ ਹੋਣਗੇ
ਜਾਂ ਕਦੇ ਨਾ ਕਦੇ ਏਅਰਪੋਰਟ ਤੇ ਮਿਲਣਗੇ, ਇੱਥੇ ਵੀ ਇੱਕ ਦੋ ਆਏ, ਹੁਣ ਤੇ ਘੱਟ ਹੀ ਆਉਂਦੇ ਨੇ, ਇਹਨਾਂ ਨੂੰ ਪਤਾ ਵੀ ਸਾਡਾ ਵੈਰੀ ਇਹੀ, ਹੁਣ ਘੱਟ ਆਉਂਦੇ, ਪਰ ਪਹਿਲਾਂ ਕਈ ਆ ਜਾਂਦੇ ਸੀ ਮਿਲਦੇ ਮੁਲਦੇ, ਤੇ ਉਹ ਕਦੇ ਉਹਨਾਂ ਨੇ ਮਿਲਣਾ ਤੇ ਮੈਂ ਉਹਨਾਂ ਨੂੰ ਇਹ ਕਹਿਣਾ, ਮੈਂ ਕਹਿੰਦਾ ਹੁੰਦਾ ਸੀ ਵੀ ਤੁਸੀਂ ਉਹੀ ਪੱਗਾਂ ਬੰਨ ਲਿਆ ਕਰੋ, ਤੁਹਾਡੇ ਵੱਲ ਵੇਖ ਕੇ ਸਾਡੇ ਨੌਜਵਾਨ ਬੰਨ ਲੈਣ, ਤੁਹਾਡੇ ਵੱਲ ਹੀ ਵੇਖ ਲੈਣ ਕਿਤੇ, ਆ ਹੁਣ ਸਾਹਿਬਜ਼ਾਦਿਆਂ ਨੂੰ ਵੇਖਦੇ ਨੇ ਕਿੰਨੇ, ਪਰਸੋਂ ਚੌਥੇ ਅੰਮ੍ਰਿਤ ਸੰਚਾਰ ਹੋਇਆ, ਫਿਲਮ ਵੇਖ ਕੇ 200 ਤੋਂ ਜ਼ਿਆਦਾ ਸੀ, 400 ਤੋਂ ਘੱਟ ਸੀ, ਹੁਣ ਪੱਕੀ ਮੇਰੇ ਯਾਦ ਨਹੀਂ ਵੀ ਕਿੰਨੀ ਸੀ ਗਿਣਤੀ, ਤੇ ਇੰਨੇ ਸਿੰਘ ਦਿੱਲੀ ਤੋਂ ਜਾ ਕੇ ਅੰਮ੍ਰਿਤਸਰ ਸਾਹਿਬ ਅੰਮ੍ਰਿਤ ਛੱਕ ਕੇ ਆਏ ਫਿਲਮ ਵੇਖ ਕੇ। ਕਿੰਨਾ ਅਸਰ ਹੋ ਰਿਹਾ ਵੇਖੋ, ਪਿੰਡਾਂ ਚ ਰਹਿਣ ਵਾਲੇ ਹੋ, ਤੁਹਾਨੂੰ ਸਭ ਨੂੰ ਵੀ ਕਹਾਂਗਾ ਵੀ ਵੇਖਿਓ ਜ਼ਰੂਰ, ਉਹ ਫਿਲਮ ਜ਼ਰੂਰ ਵੇਖਿਓ, ਜਦੋਂ ਉਹਦੀ DVD ਬਣ ਕੇ ਆ ਜਾਏਗੀ ਫਿਰ ਘਰ ਘਰ ਫ੍ਰੀ ਵੰਡਿਓ, ਫਿਰ ਸਕੂਲਾਂ ਸਕੂਲਾਂ ਚ ਵਿਖਾਇਓ, ਜਿਹੜਾ ਗਰੀਬ ਨਹੀਂ ਵੇਚ ਸਕਦਾ ਉਹਦੀ ਟਿਕਟ ਖਰਚ ਕੇ ਵਿਖਾਓ, ਪਿੰਡਾਂ ਚ ਉਹਨਾਂ ਨੂੰ ਵਿਖਾਓ ਜਿਹੜੇ ਗਰੀਬ ਨੇ ਜਿਹੜੇ ਨਹੀਂ ਵੇਖ ਸਕਦੇ, ਸਾਰਿਆਂ ਧਰਮਾਂ ਵਾਲਿਆਂ ਨੂੰ ਵਿਖਾਓ। ਮੈਂ ਲੁਧਿਆਣੇ ਵੀ ਕਿਹਾ ਸੀ, ਹਿੰਦੂ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਸਾਨੂੰ ਜੋ ਵਿਖਾਇਆ ਅਸੀਂ ਵਹਿੰਦੇ ਰਹੇ ਹਾਂ, ਅਸੀਂ ਮੁੱਕਰਦੇ ਨਹੀਂ, ਕਿਉਂ ਜੀ ਸਾਨੂੰ ਤੁਸੀਂ ਵਿਖਾਇਆ ਬੰਦਾ ਪਹਾੜ ਚੁੱਕੀ ਲਿਜਾਂਦਾ ਅਸੀਂ ਵੇਖਿਆ, ਤੁਸੀਂ ਸਾਨੂੰ ਵਿਖਾਇਆ ਪੂਛਲ ਨਾਲ ਅੱਗ ਲਾ ਦਿੱਤੀ ਅਸੀਂ ਵੇਖਿਆ, ਮੁੱਕਰਦੇ ਨਹੀਂ ਅਸੀਂ ਵੇਖਿਆ, ਤੁਸੀਂ ਸਾਨੂੰ ਏਡੇ ਏਡੇ ਦੰਦਾਂ ਵਾਲੇ ਬੰਦੇ ਵਿਖਾਏ ਅਸੀਂ ਡਰ ਡਰ ਉੱਠਦੇ ਰਹੇ ਹਾਂ, ਅਸੀਂ ਵੇਖਿਆ ਨਿੱਕੇ ਹੁੰਦੇ ਡਰਦੇ ਰਹੇ ਹਾਂ ਜੀ, ਹਾਏ ਓਏ ਭਾਊ ਆ ਗਿਆ, ਡਰ ਜਾਂਦਾ ਬੰਦਾ, ਆਦਤ ਪਈ ਹੁੰਦੀ ਹੈ ਨਿੱਕੇ ਹੁੰਦਿਆਂ ਨੂੰ, ਇਹਨਾਂ ਨੇ ਜੋ ਵਿਖਾਇਆ ਆਪਾਂ ਵੇਖਿਆ ਨਹੀਂ। ਮੈਂ ਉੱਥੇ ਕਿਸ਼ਨਪੁਰੇ ਬੋਲਿਆ, ਮੈਨੂੰ ਅਗਲੇ ਦਿਨ ਕਹਿੰਦੇ ਜੀ ਇਹ ਕਈ ਭੜਕ ਕੇ ਕਹਿੰਦੇ ਤੁਸੀਂ ਇੱਦਾਂ ਕਿ ਬੋਲਿਆ, ਮੈਂ ਕਿਹਾ ਮੈਂ ਝੂਠ ਬੋਲਿਆ ਯਾਰ, ਤੁਸੀਂ ਵਿਖਾਇਆ ਅਸੀਂ ਵੇਖਿਆ, ਦੱਸੋ ਜੇ ਤੇ ਝੂਠ ਹੈ, ਮੈਂ ਤੇ ਇੰਨਾ ਹੀ ਕਿਹਾ ਵੀ ਵੇਖਿਆ, ਤੁਸੀਂ ਵਿਖਾਇਆ ਨਹੀਂ ਭਲਾ, ਜਿਵੇਂ ਜਿਵੇਂ ਤੁਸੀਂ ਸਾਨੂੰ ਵਿਖਾਇਆ ਅਸੀਂ ਵੇਖਿਆ ਵੀ ਇੱਦਾਂ ਬੀਬੀਆਂ ਨਹਾਉਂਦੀਆਂ ਨੇ ਉਹ ਕੱਪੜੇ ਚੁੱਕ ਕੇ ਲੈ ਜਾਂਦਾ, ਵਿਖਾਇਆ ਅਸੀਂ ਵੇਖਿਆ, ਤੁਸੀਂ ਵਿਖਾਇਆ ਨਹੀਂ ਪਹਾੜ ਚੁੱਕਿਆ, ਅਸੀਂ ਕਿਹੜਾ ਮੁੱਕਰਦੇ ਹਾਂ, ਵੀ ਸੱਚ ਹੈ ਲੈ ਹੁਣ ਸਾਡੇ ਵਾਲਿਆਂ ਨੇ ਬਣਾਇਆ ਭਾਵੇਂ ਚਿਰ ਬਾਅਦ ਹੀ ਬਣਾਇਆ, ਪਰ ਆਓ ਹੁਣ ਤੁਸੀਂ ਵੀ ਵੇਖੋ, ਆ ਵੇਖੋ ਸਾਹਿਬਜ਼ਾਦੇ ਤੁਹਾਨੂੰ ਵੀ ਵਿਖਾਈਏ, ਅੱਜ ਤੱਕ ਤੁਸੀਂ ਵਿਖਾਇਆ ਅੱਜ ਇਹਨਾਂ ਨੇ ਬਣਾਇਆ, ਹੁਣ ਆਓ ਆ ਕੁਝ ਵੀ ਹੋਇਆ ਹੈ ਜੇ ਦਿਲੋਂ ਵੇਖੇ ਤੇ ਦਿਲ ਕਰੇਗਾ ਤੇਰਾ ਵੀ ਮੈਂ ਵੀ ਪੱਗ ਬੰਨ ਲਾਂ, ਸਿੱਖ ਬਣ ਜਾ ਮੈਂ, ਸਿੱਖੀ ਸਰੂਪ ਚ ਆ ਜਾ, ਬਾਣਾ ਧਾਰਨ ਕਰ ਲਾਂ, ਇੱਥੇ ਕੋਈ ਉਦਾਂ ਦਾ ਕੁਛ ਨਹੀਂ, ਇੱਥੇ ਰਿਐਲਿਟੀ ਹੈ, ਵੇਖਿਆ ਹੈ, ਸਵਾ ਲੱਖ ਨਾਲ ਸਵਾ ਸਵਾ ਲੱਖ ਨਾਲ ਇੱਕ ਇੱਕ ਲੜਿਆ, ਤੇ ਚੇਤਾ ਰੱਖਿਓ ਖਾਲਸਾ ਜੀ ਪਿਆਰਿਓ, ਲੜਨਾ ਹੁਣ ਵੀ ਪਏਗਾ, ਲੜਦੇ ਹੁਣ ਵੀ ਨੇ, ਸਵਾ ਲੱਖ ਮਨਮਤੀਆ ਜਿਹੜਾ ਨਾ ਗੁਰਮਤੀਆ ਚੰਗੇ ਵਿਚਾਰਾਂ ਵਾਲਾ, ਉਹ ਅੱਜ ਵੀ ਸਵਾ ਸਵਾ ਲੱਖ ਨਾਲ ਮੁਕਾਬਲਾ ਕਰਦਾ ਹੈ, ਭੈੜੇ ਵਿਚਾਰਾਂ ਵਾਲਿਆਂ ਨਾਲ, ਮਨਮਤੀ ਵਿਚਾਰਾਂ ਵਾਲਿਆਂ ਨਾਲ ਲੜਦੀ ਨਹੀਂ ਦੁਨੀਆ। ਸੁਣੀ ਨਾ ਜਾਹੀ ਸੱਚ ਅੰਮ੍ਰਿਤ ਕਾਥਾ, ਰਾਰ ਕਰਤ ਝੂਠੀ ਲੱਗ ਗਾਥਾ, ਸਤਿਗੁਰ ਦਾ ਵਚਨ ਹੈ, ਸੱਚੀ ਜਿਹੜੀ ਕਥਾ ਹੈ ਧਿਆਨ ਨਾਲ ਸੁਣਿਓ, ਸੱਚੀ ਕਥਾ ਕਹਿੰਦੇ ਲੋਕੀ ਸੁਣ ਨਹੀਂ ਸਕਦੇ ਸੱਚੀ ਕਥਾ, ਤੇ ਝੂਠੀਆਂ ਕਹਾਣੀਆਂ ਸੁਣ ਕੇ ਉਹਨਾਂ ਤੇ ਯਕੀਨ ਕਰਕੇ ਲੜਦੇ ਨੇ ਅੱਗੋਂ। ਜੇ ਆਪਾਂ ਜਾ ਕੇ ਇੱਦਾਂ ਕਹੀਏ ਵੀ ਗੁਰਬਾਣੀ ਚ ਇੱਦਾਂ ਲਿਖਿਆ, ਕਹਿਣਗੇ ਨਾ ਬਾਬਾ ਜੀ ਨੇ ਇੱਦਾਂ ਸੁਣਾਇਆ, ਝੂਠੀ ਕਹਾਣੀ ਤੇ ਭਰੋਸਾ ਹੈ, ਗੁਰਬਾਣੀ ਤੇ ਭਰੋਸਾ ਨਹੀਂ, ਲੜਨਗੇ ਰਾਰ ਕਰ ਅੱਗੋਂ ਲੜਨਗੇ, ਤੁਹਾਡੀ ਸੱਚੀ ਕਥਾ ਨਹੀਂ ਸੁਣਨੀ ਉਹਨਾਂ ਨੇ। ਗੁਰੂ ਗ੍ਰੰਥ ਸਾਹਿਬ ਜੀ ਚ ਲਿਖੀ ਗੱਲ ਹੈ, ਸੁਣੀ ਨਾ ਜਾਹੀ ਸੱਚ ਅੰਮ੍ਰਿਤ ਕਾਥਾ ਰਾਰ ਕਰਤ, ਕਹਿੰਦੇ ਕੋ ਲੜੇਗਾ, ਲੜਾਈ ਪਾ ਲੇਗਾ, ਤੂੰ ਕਰੇਗਾ ਗੱਲ ਗੁਰਬਾਣੀ ਦੀ, ਸੱਚ ਇੱਦਾਂ ਲੈ ਜਾ ਸਾਹਮਣੇ, ਸ਼ਬਦ ਲੈ ਜਾ ਲਿਖ ਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਚ ਇੱਦਾਂ ਲਿਖਿਆ ਹੈ, ਆ ਵੇਖ ਗੁਰੂ ਨਾਨਕ ਜੀ ਕਹਿੰਦੇ, ਕਹਿੰਦੇ ਗੁਰਬਾਣੀ ਦੀ ਸੱਚੀ ਕਥਾ ਮੰਨਣ ਨੂੰ ਤਿਆਰ ਨਹੀਂ, ਪਖੰਡੀਆਂ ਦੀਆਂ ਝੂਠੀਆਂ ਕਹਾਣੀਆਂ ਮੰਨਣ ਨੂੰ ਤਿਆਰ ਹੈ, ਕਹੇਗਾ ਨਾ ਇੱਦਾਂ ਲਿਖਿਆ ਜੀ ਇੱਦਾਂ ਸੁਣਾਇਆ, ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਇਹਦੇ ਨਾਲ ਕੋਈ ਮਤਲਬ ਨਹੀਂ, ਬਾਬਾ ਜੀ ਕੀ ਕਹਿੰਦੇ ਨੇ ਇਹ ਜ਼ਰੂਰੀ ਹੈ, ਲੜਦੇ ਨੇ ਲੋਕੀ ਸੱਚੀ ਕਥਾ ਸੁਣਨ ਨੂੰ ਤਿਆਰ ਨਹੀਂ, ਤੇ ਚੇਤਾ ਰੱਖੋ
ਸਵਾ ਸਵਾ ਲੱਖ ਨਾਲ ਖਾਲਸਾ ਲੜਦਾ ਰਿਹਾ ਹੁਣ ਵੀ ਜੇ ਸੱਚ ਦੇ ਰਾਹ ਤੇ ਤੁਰਨਾ ਤੇਰੇ ਸਾਹਮਣੇ ਸਵਾ ਲੱਖ ਹੀ ਹੈ ਅੱਜ ਵੀ ਸਵਾ ਲੱਖ ਹੀ ਹੈ ਸੱਚ ਬੋਲਣਾ ਸਵਾ ਲੱਖ ਦੇ ਨਾਲ ਲੜਨ ਵਾਲੀ ਗੱਲ ਹੈ ਤਿਆਰ ਹੋਣਾ ਚਾਹੀਦਾ ਮਨ ਕਾਇਮ ਹੋਣਾ ਚਾਹੀਦਾ ਤਾਂ ਗੱਲ ਬਣਦੀ ਹੈ ਨਹੀਂ ਤੇ ਚਾਰੇ ਪਾਸਿਆਂ ਤੋਂ ਹਨੇਰੀਆਂ ਉੱਠਦੀਆਂ ਨੇ ਗਿਆਨ ਦਾ ਦੀਵਾ ਬੁਝਾਉਣ ਵਾਸਤੇ ਬੁਝ ਜਾਏ ਬੰਦ ਹੋ ਜਾਏ ਮਨ ਕਾਇਮ ਹੋਏਗਾ ਤਾਂ ਗੱਲ ਬਣਦੀ ਹੈ ਸੋ ਇਸ ਕਰਕੇ ਜਿਹੜੇ ਵੀਰ ਅੱਜ ਵੇਖਦੇ ਨੇ ਉਹਨਾਂ ਤੇ ਅਸਰ ਹੋ ਰਿਹਾ ਹੈ ਇਹ ਵੀ ਵੇਖੋ ਰਿਐਲਿਟੀ ਜੋ ਕੁਰਬਾਨੀਆਂ ਹੋਈਆਂ ਸੋਹਣੇ ਲੱਗੀਏ ਤੇ ਮੈਂ ਪਰਸੋਂ ਲੁਧਿਆਣੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ ਆਪਣੇ ਬੱਚਿਆਂ ਨੂੰ ਸੋਹਣਾ ਸੁਣਾਓ ਸੋਹਣਾ ਵਿਖਾਓ ਬਚਪਨ ਤੋਂ ਬੱਚਿਆਂ ਅੰਦਰ ਡਰ ਨਾ ਭਾਇਆ ਕਰੋ ਨਿੱਕੇ ਜਿਹੇ ਨਿਆਣੇ ਨੂੰ ਕਹਿਣਗੇ ਜਿਵੇਂ ਹੁਣ ਆਪਾਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਹੇਠ ਅੰਦਰ ਵੜ ਜਾ ਭਾਊ ਆ ਜਾਏਗਾ ਇਹੋ ਜਿਹਾ ਭਾਊ ਦਿਮਾਗ 'ਚ ਵੜਦਾ ਸਾਰੀ ਜ਼ਿੰਦਗੀ ਨਹੀਂ ਨਿਕਲਦਾ ਬੰਦਾ ਡਰ ਜਾਂਦਾ ਹੈ ਨਿਆਣਾ ਅੱਗੋਂ ਗੋਰੇ ਨਹੀਂ ਕਦੀ ਕਹਿਣਗੇ ਬੱਚਿਆਂ ਨੂੰ ਭਾਊ ਆ ਜਾਏਗਾ ਕਦੇ ਨਹੀਂ ਕਹਿੰਦੇ ਉਹਨਾਂ ਦੇ ਨਿਆਣੇ ਡਰਦੇ ਵੀ ਨਹੀਂ ਨਿੱਕੇ ਨਿੱਕੇ ਨਿਆਣੇ ਨਹੀਂ ਡਰਦੇ ਹੁਣ ਉਹ ਕਹਿਣਗੇ ਸਮੁੰਦਰ 'ਚ ਵੜ ਕਾਕਾ ਉਹ ਸਮੁੰਦਰ 'ਚ ਵਾੜਨਗੇ ਆਪਣੇ ਨਿਆਣੇ ਨੂੰ ਸਾਡੇ ਵਾਲਾ ਛੱਪੜ 'ਚ ਨਾ ਆਵੇ ਵਾ ਘੁੱਟਦੇ ਹੀ ਲਿਆਉਣਗੇ ਘਰ ਤੱਕ ਵੀ ਚੱਲ ਹੁਣ ਤੂੰ ਜੁੱਤੀਆਂ ਹੀ ਪੈਂਦੀਆਂ ਨੇ ਘਰ ਤੱਕ ਵੀ ਚੱਲ ਹੁਣ ਨਹਾ ਕੇ ਕਿਵੇਂ ਆਇਆ ਛੱਪੜ 'ਚ ਵੜ ਜਾਏ ਜੇ ਬੱਚਾ ਸਾਡਾ ਸਾਡੇ ਉੱਥੋਂ ਚੁੱਤਰ ਲਾ ਲੈਂਦਾ ਪਿਓ ਨੂੰ ਪਤਾ ਲੱਗ ਜਾਏ ਵੀ ਛੱਪੜ 'ਚ ਵੜਿਆ ਘੁੱਟਦਾ ਹੀ ਲਿਆਉਂਦਾ ਘਰ ਤੱਕ ਉਹ ਕਹਿਣਗੇ ਸਮੁੰਦਰ 'ਚ ਵੜ ਫਰਕ ਹੈ ਬੜਾ ਸਾਡੇ ਤੇ ਉਹਨਾਂ 'ਚ ਇਹ ਫਰਕ ਹੈ ਸਾਡੇ ਇਦਾਂ ਬੈਠੇ ਆਏਗਾ ਬਬਾਨ ਲੈ ਜਾਏਗਾ ਸਾਡੇ ਇਦਾਂ ਹੀ ਸਿਖਾਇਆ ਜਾਂਦਾ ਬਾਅਦ ਚ ਆਉਣਾ ਬਬਾਨਾਂ ਨੇ ਤੈਨੂੰ ਵਿੱਚ ਮਾਣਗੇ ਲੈ ਜਾਣੇ ਜਿਹੜੇ ਇਲਾਕੇ ਵਿੱਚ ਜਿਹੜੇ ਮਹਾਂਪੁਰਸ਼ਾਂ ਨਾਲ ਜਿਹੜਾ ਜੁੜਿਆ ਉਹਨਾਂ ਨੂੰ ਉਡੀਕੀ ਜਾਂਦਾ ਵੀ ਉਹ ਆਉਣਗੇ ਦੂਜਾ ਕਹਿੰਦਾ ਮੇਰੇ ਲਈ ਤੇ ਉਹ ਆਉਣਗੇ ਦੂਜਾ ਕਹਿੰਦਾ ਸਾਡੇ ਲਈ ਉਹ ਆਉਣਗੇ ਤੀਜਾ ਕਹਿੰਦਾ ਸਾਡੇ ਲਈ ਉਹ ਆਉਣਗੇ ਇਦਾਂ ਹੀ ਉਡੀਕੀ ਜਾਂਦੇ ਨੇ ਅਸਲੀ ਜਿਹੜਾ ਬਬਾਨ ਬਣਿਆ ਇਹਦੇ 'ਚ ਸਵਾਰੀ ਨਹੀਂ ਕੀਤੀ ਜਿਉਂਦੇ ਜੀ ਚੜ ਜਾਂਦੇ ਜਿਉਂਦੇ ਜੀ ਆਪਾਂ ਉਡਾਰੀਆਂ ਲਾਂਦੇ ਉੱਚੀਆਂ ਸੁਰਤ ਉਡਾਰੀ ਲਾਂਦੀ ਐਸੇ ਬਬਾਨ ਤੇ ਬਹਿ ਜਾਂਦੇ ਆਪਾਂ ਜਿਉਂਦੇ ਜੀ ਦਰਸ਼ਨ ਕਰ ਲੈਂਦੇ ਜਿਉਂਦੇ ਆਪਾਂ ਹਜ਼ੂਰੀ 'ਚ ਚਲੇ ਜਾਂਦੇ ਜਿਉਂਦੇ ਦਰਗਾਹ 'ਚ ਚਲੇ ਜਾਂਦੇ ਸਾਨੂੰ ਦੱਸਿਆ ਹੀ ਪੁੱਠਾ ਕੁਝ ਗਿਆ ਹੈ ਜਿਉਂ ਆਪਾਂ ਜੰਮਦੇ ਹਾਂ ਜਨਮ ਤੋਂ ਲੈ ਕੇ ਮਰਨ ਤੱਕ ਵਾ ਖਿਹੜਾ ਹੀ ਨਹੀਂ ਛੱਡਦੇ ਈਵਨ ਕਿ ਬੱਚਾ ਜੰਮਦਾ ਵੀ ਸੀ ਤੇ ਕਹਿੰਦੇ ਮੁੰਡਨ ਕਰ ਦਿਓ ਇਹ ਸੂਤਕ ਉਹ ਕਹਿੰਦੇ ਆ ਜਿਹੜੇ ਵਾਲ ਵੀ ਨੇ ਨਾ ਇਹ ਵੀ ਜ਼ਰੂਰ ਇੱਕ ਵਾਰੀ ਕੱਟਣੇ ਨੇ ਗੰਜਾ ਕਰ ਦਿਓ ਨਿਆਣੇ ਨੂੰ ਕਿਉਂ ਇਹ ਮਾਂ ਦੇ ਢਿੱਡ 'ਚੋਂ ਲੈ ਕੇ ਆਇਆ ਹੈ ਇਹ ਵੀ ਜਿਹੜੇ ਸ਼ੁਰੂਆਤ ਵੀ ਸਾਡੇ ਜ਼ਰੀਏ ਹੋਏਗੀ ਬੰਦਾ ਮਰ ਜਾਂਦਾ ਸੀ ਫਿਰ ਵੀ ਖਿਹੜਾ ਨਹੀਂ ਛੱਡਦੇ ਮਰਨ ਤੋਂ ਬਾਅਦ ਵੀ ਇੰਨੇ ਕਰਮ ਕਾਂਡਾਂ ਵਿੱਚ ਸਾਨੂੰ ਫਸਾਇਆ ਹੋਇਆ ਸੀ ਮਰਨ ਤੋਂ ਬਾਅਦ ਅੱਗੇ ਜਾ ਕੇ ਵੀ ਨਦੀਆਂ ਆਉਣੀਆਂ ਨੇ ਉੱਥੇ ਗਾਂ ਭੇਟਾ ਕਰ ਦਿਓ ਫਿਰ ਗਾਂ ਪਾਰ ਲੰਘਿਆ ਜਾਂਦਾ ਏਦਾਂ ਦੀਆਂ ਗੱਲਾਂ ਕਰਦੇ ਸੀ ਉੱਥੇ ਆਹ ਭੇਟਾ ਕਰੋਗੇ ਤਾਂ ਅੱਗੇ ਜਾ ਕੇ ਮਿਲੇਗਾ ਆਹ ਭੇਟਾ ਕਰੋਗੇ ਅੱਗੇ ਜਾ ਕੇ ਮਿਲੇਗਾ ਸਾਰਾ ਕੁਝ ਹੀ ਪੁੱਠੀ ਪੱਟੀ ਪੜ੍ਹਾਈ ਜਾਂਦੀ ਸੀ ਉਹ ਅਜੇ ਤੱਕ ਵੀ ਸਾਡੇ 'ਚ ਕਈ ਚੱਲਦਾ ਮੈਂ ਤੇ ਬਹੁਤ ਵਾਰ ਤੁਹਾਨੂੰ ਅੱਗੇ ਵੀ ਕਿਹਾ ਕਿ ਮੰਜਾ ਬਿਸਤਰਾ ਦੇ ਦਿਓ ਇਹ ਕਹਿ ਕੇ ਦੇਣਾ ਹੈ ਕਿ ਗੁਰਦੁਆਰੇ ਲੋੜ ਹੈ ਇਹ ਨਹੀਂ ਕਹਿਣਾ ਵੀ ਬਾਪੂ ਨੇ ਸੌਣਾ ਹੈ ਗੁਰਦੁਆਰੇ ਮੰਜਾ ਦੇ ਦਿਓ ਕੋਈ ਗੱਲ ਨਹੀਂ ਪੰਜ ਸੱਤ ਦੇ ਦਿਆ ਕਰ ਭਾਂਡੇ ਭਾਂਡੇ ਦੇ ਦੇ ਲੰਗਰ 'ਚ ਕੰਮ ਆਉਣਗੇ ਇਹ ਕਹਿ ਕੇ ਦਿਆ ਕਰੋ ਭਾਂਡੇ ਇਹ ਕਹਿ ਕੇ ਦਿਆ ਕਰੋ ਵੀ ਲੰਗਰ 'ਚ ਲੋੜ ਹੈ ਇਹ ਨਹੀਂ ਕਹਿਣਾ ਵੀ ਬੇਬੇ ਦੇ ਭਾਂਡੇ ਜਾਂ ਬਾਪੂ ਦੇ ਭਾਂਡੇ ਜਾਂ ਬਾਪੂ ਦਾ ਬਿਸਤਰਾ ਜਦੋਂ ਨਿੱਕੇ ਨਿੱਕੇ ਨਿਆਣਿਆਂ ਨੂੰ ਇਹ ਕਹਿ ਕੇ ਦੱਸੋਗੇ ਨਾ ਤੇ ਨਿੱਕਾ ਨਿਆਣਾ ਉਦਣ ਤੋਂ ਹੀ ਡਰਨਾ ਸ਼ੁਰੂ ਹੋ ਜਾਂਦਾ ਹੈ ਫੁੱਲ ਪਾਣ ਜਾਣਗੇ ਕਹਿਣਗੇ ਆ ਜਾ ਚੱਲੀਏ ਤੇ ਜੇ ਨਿਆਣੇ ਦੇ ਮਨ 'ਚ ਆ ਗਿਆ ਵੀ ਜੇ ਨਾ ਗਿਆ ਬਾਪੂ ਫੇਰ ਉਹ ਤੇ ਡਰ ਡਰ ਉੱਠੇਗਾ ਨਿੱਕੇ ਨਿੱਕੇ ਨਿਆਣਿਆਂ ਨੂੰ ਅਸੀਂ ਬਚਪਨ ਤੋਂ ਡਰ ਬਿਠਾ ਦਿੱਤਾ ਦਿਲਾਂ 'ਚ ਤੂੰ ਹੱਥ ਉਂਗਲ ਫੜ ਕੇ ਮੜੀਆਂ ਕੋਲੋਂ ਲੰਘਦਾ ਲੈ ਜਾ ਲੈ ਵੀ ਆ ਜਾ ਚੱਲੀਏ ਕੁਛ ਨਹੀਂ ਹੋਣ ਲੱਗਾ ਨਿੱਕੇ ਨਿਆਣੇ ਨੂੰ ਸ਼ੁਰੂ ਤੋਂ ਹੀ ਏਦਾਂ ਰੱਖ ਉਹ ਇਹਦੇ ਵਿੱਚ ਕੀ ਹੈ ਬੰਦਾ ਮਰਿਆ ਸੀ ਸੜ ਗਿਆ ਸੀ ਖੱਪ ਗਿਆ ਗੱਲ ਖਤਮ ਉਹ ਇੱਥੇ ਕੀ ਬੈਠਾ ਹੈ ਮੜੀਆਂ ਕੋਲ ਕਾਹਦਾ ਡਰਦਾ ਤੇ ਸਿਆਣੇ ਬਿਆਣੇ ਬੰਦੇ ਡਰ ਜਾਂਦੇ ਨੇ ਮੜੀ ਕੋਲੋਂ ਜਿੱਥੇ ਮੜੀਆਂ ਨੇ ਕਬਰਸਤਾਨ ਨੇ ਕੋਲੋਂ ਲੰਘਣ ਲੱਗਾ ਬੰਦਾ ਡਰਦਾ ਆਦਤ ਹੀ ਏਦਾਂ ਦੀ ਪਾਈ ਹੋਈ
ਰਾਤ ਵੇਲੇ ਬਾਹਰ ਨਹੀਂ ਨਿਕਲਦੇ ਰਾਤ ਕੀ ਦਿਨੇ ਮੈਂ ਇੱਕ ਵਾਰੀ ਨਾ ਕਾਲਾ ਚੋਲਾ ਪਾਇਆ ਬੜੀ ਸੋਹਣੀ ਕਾਲੀ ਪੱਗ ਬੰਨੀ ਮੈਂ ਕਿਹਾ ਬੜਾ ਸੋਹਣਾ ਲੱਗਦਾ ਮੈਂ ਬੜਾ ਤੌਰ ਨਾਲ ਤੁਰਿਆ ਜਾਵਾਂ ਅੱਗੇ ਚੌੜਾ ਹੋਇਆ ਸਾਰਿਆਂ ਦਾ ਗੱਡੀ ਰੁਕ ਗਈ ਪਿੱਛੇ ਗਲੀ ਚ ਸੀ ਤੇ ਕਲਵਾਣੂ ਪਿੰਡ ਗਏ ਸੀ ਕਲਵਾਣੂ ਤੇ ਮੈਂ ਅੱਗੇ ਅੱਗੇ ਮਗਰ ਮੇਰੇ ਸਿੰਘ ਪੰਚਰ ਤੇ ਮੈਂ ਉਹ ਵੱਡਾ ਸਾਰਾ ਚੋਲਾ ਕਾਲਾ ਹੀ ਕਾਲਾ ਸਾਰਾ ਨਿਕਾ ਜਾ ਨਿਆਣਾ ਘਰੋਂ ਬਾਹਰ ਨਿਕਲਿਆ ਚੀਕਾਂ ਮਾਰੇ ਮੈਨੂੰ ਵੇਖ ਕੇ ਉਹਦੀ ਮੰਮੀ ਪਰਾਂ ਹੋ ਉਤਰਿਆ ਰੌਲਾ ਕਿਉਂ ਪਾਇਆ ਕੀ ਹੋਇਆ ਜੀ ਭਾਊ ਆ ਗਿਆ ਮੈਨੂੰ ਧਰਤੀ ਵੇਲ ਨਾ ਦੇ ਮੈਂ ਕਿਹਾ ਪਾਲੋ ਕਾਲਾ ਚੋਲਾ ਕਹਿੰਦਾ ਹਾਏ ਬੀਬੀਏ ਭਾਊ ਮੈਨੂੰ ਵੇਖ ਕੇ ਕਹਿੰਦਾ ਹਾਏ ਭਾਊ ਆ ਗਿਆ ਮੈਂ ਕਿਹਾ ਮਰ ਜਾਓ ਮੈਂ ਅੱਗੇ ਚੌੜਾ ਹੋ ਕੇ ਤੁਰਿਆ ਜਾਂਦਾ ਇੰਨੀ ਸ਼ਰਮ ਆਈ ਆ ਬਾਊ ਆ ਗਿਆ ਕਹਿੰਦਾ ਉਹ ਘਰੇ ਬਾਬਾ ਜੀ ਦੇ ਨਾਂ ਕਹਿੰਦਾ ਬਾਊ ਹੈ ਚੀਕਾਂ ਮਾਰਦਾ ਭੱਜ ਗਿਆ ਬਾਊ ਬਾਊ ਕਰਦਾ ਡਰ ਹੀ ਇੰਨਾ ਭਾਤਾ ਉਹ ਰਾਤ ਨੂੰ ਤੇ ਉਹਨੇ ਡਰਨਾ ਹੀ ਆ ਤੇ ਦਿਨੇ ਡਰ ਜਾਂਦੇ ਨੇ ਨਿਆਣੇ ਸਾਡੇ ਦਿਨੇ ਡਰ ਜਾਂਦੇ ਨੇ ਅਸੀਂ ਇੰਨੇ ਡਰ ਬਿਠਾ ਦਿੱਤੇ ਆ ਮਨਾਂ 'ਚ ਕਿਉਂ ਡਰਨਾ ਹੈ ਬਾਈ ਇਹਨਾਂ ਨੂੰ ਬਚਪਨ ਤੋਂ ਏਦਾਂ ਸਿਖਾਓ ਉਹ ਕੋਈ ਐਵੇਂ ਵਹਿਮ ਨਹੀਂ ਕਰਨਾ ਕੁਛ ਨਹੀਂ ਡਰਨਾ ਟੂਣਿਆਂ ਟਮਾਣਿਆਂ ਦਾ ਕਿਸੇ ਤਰ੍ਹਾਂ ਦਾ ਭਰਮ ਨਹੀਂ ਪਾਲਣਾ ਮਨਾਂ 'ਚ ਹੀ ਨਾ ਰੱਖੋ ਕੱਢ ਦਿਓ ਫਿਰ ਗੱਲ ਬਣਦੀ ਹੈ ਨਿੱਕੇ ਨਿੱਕੇ ਨਿਆਣਿਆਂ ਦੇ ਦਿਮਾਗ 'ਚ ਅਸੀਂ ਬਿਠਾ ਦਿੱਤਾ ਇੱਦਾਂ ਦਾ ਕੁਛ ਫਿਰ ਡਿਵੈਲਪ ਨਹੀਂ ਹੁੰਦੇ ਤਰੱਕੀ ਨਹੀਂ ਕਰਦੇ ਬੱਚੇ ਸਾਡੇ ਫਿਰ ਉੱਥੇ ਹੀ ਖੜ ਜਾਣਗੇ ਸਾਰੀ ਜ਼ਿੰਦਗੀ ਇਹਨਾਂ ਦੇ ਅੰਦਰੋਂ ਡਰ ਨਹੀਂ ਨਿਕਲਦਾ ਇਸ ਕਰਕੇ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਇਹ ਕਿਹਾ ਕਰੋ ਵੀ ਬੇਟਾ ਡਰਨਾ ਨਹੀਂ ਕਦੇ ਨਹੀਂ ਡਰਨਾ ਵੇਖੋ ਕਿਵੇਂ ਦੇ ਸਾਹਿਬਜ਼ਾਦੇ ਕਿਵੇਂ ਦੇ ਸੀ ਡਰਦੇ ਸੀ ਕਿਤੇ ਕਚਹਿਰੀਆਂ 'ਚ ਜਾ ਕੇ ਸ਼ੁਰੂ ਤੋਂ ਉਹਨਾਂ ਨੂੰ ਇਹ ਪੜ੍ਹਾਇਆ ਗਿਆ ਸੀ ਸਾਨੂੰ ਡਰੋਕਲ ਬਣਾ ਦਿੱਤਾ ਬਚਪਨ ਤੋਂ ਸਾਡੇ ਮਾਂ ਪਿਓ ਨੂੰ ਉਹਨਾਂ ਨਹੀਂ ਪਤਾ ਲੱਗਦਾ ਆਪਣੇ ਮਨੋਂ ਤੇ ਵਿਚਾਰੇ ਪਿਆਰ ਕਰਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਬੱਚੇ ਦਾ ਜਿਹੜਾ ਬ੍ਰੇਨ ਕਿੱਦਾਂ ਦਾ ਬਣ ਜਾਏਗਾ ਜਦੋਂ ਅਸੀਂ ਇਦਾਂ ਦੀਆਂ ਗੱਲਾਂ ਕਰਾਂਗੇ ਇਹਦਾ ਅਸਰ ਸਾਡੇ ਬੱਚਿਆਂ ਤੇ ਕਿੱਦਾਂ ਦਾ ਪੈਂਦਾ ਮਾਪਿਆਂ ਨੂੰ ਪਤਾ ਨਹੀਂ ਸਹੀ ਪਰ ਜਿਹੜੇ ਸੂਝਵਾਨ ਮਾਤਾ ਪਿਤਾ ਨੇ ਉਹ ਕਦੇ ਇਦਾਂ ਦੀਆਂ ਗੱਲਾਂ ਆਪਣੇ ਨਿੱਕੇ ਨਿੱਕੇ ਨਿਆਣਿਆਂ 'ਚ ਬਹਿ ਕੇ ਨਹੀਂ ਕਰਦੇ ਬਚਪਨ ਤੋਂ ਹੀ ਇਦਾਂ ਦੀ ਸਿੱਖਿਆ ਦਿੱਤੀ ਜਾਏ ਗੁਰਮਤ ਦ੍ਰਿੜ ਕਰਾਈ ਜਾਏ ਨਿੱਕੇ ਨਿੱਕੇ ਨਿਆਣਿਆਂ ਨੂੰ ਪੜ੍ਹਾਈ ਇਦਾਂ ਦੀ ਪੜ੍ਹਾਓ ਸਮਝਾਓ ਹੀ ਇਦਾਂ ਕਿ ਬੱਚਾ ਡਰੇ ਨਾ ਸਾਰੀ ਜ਼ਿੰਦਗੀ ਤੇ ਵੇਖਿਓ ਭਾਈ ਮਤੀ ਦਾਸ ਨੂੰ ਕਿਹਾ ਤੇਰੀ ਅੰਤਮ ਇੱਛਾ ਕੀ ਹੈ ਕਹਿੰਦਾ ਮਹਾਰਾਜ ਵੱਲ ਮੁੱਖ ਕਰ ਦਿਓ ਤੇ ਅਰਦਾਸ ਕੀਤੀ ਕਹਿੰਦਾ ਮਹਾਰਾਜ ਜਦੋਂ ਕਿਤੇ ਜਾਈਦਾ ਸੀ ਆਗਿਆ ਲੈ ਕੇ ਜਾਈਦਾ ਸੀ ਅੱਜ ਚੱਲੇ ਆ ਦੁਨੀਆ ਛੱਡਣ ਲੱਗੇ ਆ ਜਾਂਦੀ ਵਾਰੀ ਕੋਈ ਉਪਦੇਸ਼ ਦੇ ਦਿਓ ਕਹਿੰਦੇ ਮਹਾਰਾਜ ਨੇ ਕੇਸਾਂ ਚੋਂ ਕੱਢਿਆ ਕੰਘਾ ਕੰਘੇ ਦੇ ਦੰਦਿਆਂ ਤੇ ਉਂਗਲ ਫੇਰੀ ਫਿਰ ਸਿਰ 'ਚ ਰੱਖ ਲਿਆ ਲੈ ਇੰਨੇ 'ਚ ਹੀ ਸਮਝਾ ਦਿੱਤਾ ਤੇ ਸਮਝ ਵੀ ਗਿਆ ਬੋਲੇ ਕੁਛ ਵੀ ਨਹੀਂ ਕੀ ਸਮਝਾਇਆ ਮਤੀ ਦਾਸਾ ਦੋ ਪੈਸੇ ਦੀ ਲੱਕੜੀ ਕੰਘਾ ਪਰ ਸਿਰ ਵਿੱਚ ਕਿਉਂ ਰੱਖੀ ਹੈ ਕਿਉਂਕਿ ਇਹਨੇ ਆਪਣੇ ਆਪ ਵਿੱਚ ਆਰੀ ਫਰਵਾਈ ਹੈ ਅੱਜ ਧਰਮ ਲਈ ਆਪਣੇ ਆਪ ਵਿੱਚ ਆਰੀ ਫਰਵਾ ਲਏਗਾ ਤੈਨੂੰ ਕੌਮ ਨੇ ਸਿਰ ਤੇ ਬਾ ਲੈਣਾ ਹੈ ਫਿਰ ਆਰੀ ਫਰਵਾ ਗਿਆ ਅੱਜ ਯਾਦ ਕੀਤਾ ਜਾਂਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਆ ਗਿਆ ਨਾ ਯਾਦ ਮਤੀ ਦਾਸ ਮਤੀ ਦਾਸ ਬਹਿ ਗਿਆ ਸੁਰਤ ਵਿੱਚ ਏਦਾਂ ਆਪਾਂ ਆਪਣੇ ਨਿਆਣਿਆਂ ਨੂੰ ਸਮਝਾਉਣਾ ਹੈ ਵੇਖੋ ਫਿਰ ਭਾਈ ਮਤੀ ਦਾਸ ਨੇ ਸਿਰ ਤੇ ਆਰਾ ਰਖਵਾ ਲਿਆ ਤੇ ਬਾਣੀ ਦਾ ਪਾਠ ਨਹੀਂ ਛੱਡਿਆ ਲੈ ਬਈ ਦੰਦੇ ਤਿੱਖੇ ਕਰ ਲਓ ਇਹਦੇ ਮੈਂ ਆਪਣਾ ਮਨ ਤਿੱਖਾ ਕਰ ਲਾਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ ਮਨ ਨੂੰ ਖੁਰਾਕ ਦਿੱਤੀ ਮਨ ਪੀਵੈ ਸੁਣ ਸ਼ਬਦ ਵਿਚਾਰਾ ਮਨ ਤ੍ਰਿਪਤ ਹੋਇਆ ਫਿਰ ਕੈਮ ਹੋ ਗਿਆ ਕਹਿੰਦੇ ਲਿਆਓ ਸਿਰ ਤੇ ਰੱਖੋ ਆਰਾ ਰੱਖਿਆ ਹੌਲੀ ਹੌਲੀ ਚੀਰਿਓ ਜਪਜੀ ਸਾਹਿਬ ਦਾ ਪਾਠ ਕਰਦਾ ਰਿਹਾ ਨਾਲ ਨਾਲ ਇਹ ਆਪਾਂ ਅੱਜ ਤੱਕ ਸੁਣਿਆ ਧੰਨ ਭਾਈ ਮਤੀ ਦਾਸ ਜਲਾਦ ਆਰਾ ਚਲਾਉਂਦੇ ਰਹੇ ਉਹ ਜਪਜੀ ਸਾਹਿਬ ਦਾ ਪਾਠ ਕਰਦਾ ਰਿਹਾ ਦੋ ਫਾੜ ਹੋਇਆ ਵੀ ਜਪਜੀ ਸਾਹਿਬ ਕਰਦਾ ਰਿਹਾ ਸੀ ਫਿਰ ਵੀ ਆਵਾਜ਼ ਆਉਂਦੀ ਰਹੀ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਗਿਆ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ
ਪਰ ਮਨ ਉਹਨਾਂ ਦਾ ਸ਼ਾਂਤ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਦਾ ਚਿਹਰਾ ਦਗ ਦਗ ਕਰਦਾ ਹੈ ਜਦੋਂ ਸਿਰ ਸਥਿਰ ਹੋਵੇ ਨਾ ਜੀ, ਫਿਰ ਪੱਗ ਡੱਗ ਮੰਗਾ ਨਹੀਂ ਸਕਦੇ। ਪੜੋ ਜਰਾ ਇੱਕ ਪੰਗਤੀ, ਸਿਰ ਕੰਪਿਓ ਪੱਗ ਡੱਗ ਮੰਗੇ ਨੈਣ ਜੋਤ ਤੇ ਹੀਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬ ਜੀ ਦਾ ਹੀ ਬਚਨ ਹੈ। ਸਿਰ ਕੰਪਿਓ ਪੱਗ ਡੱਗ ਮੰਗੇ ਨੈਣ ਜੋਤ ਤੇ ਹੀਨ, ਕੋ ਨਾਨਕ ਬਦ ਪਈ ਤਉ ਨਹਰ ਰਸ ਲੀਨ। ਕਹੋ ਨਾਨਕ ਇਹ ਵਿਧ ਪਈ ਤਉ ਨਹਰ ਰਸ ਲੀਨ। ਸਿਰ ਕੰਪਿਓ ਪੱਗ ਡੱਗ ਮੰਗੇ। ਕਈ ਬਜ਼ੁਰਗ ਏਦਾਂ ਦੇ ਵੀ ਹੁੰਦੇ ਨੇ ਜਿਨ੍ਹਾਂ ਦੇ ਸਿਰ ਕੰਬਦੇ ਹੀ ਨਹੀਂ, ਇਦਾਂ ਹੀ ਦੁਨੀਆਂ ਚੋਂ ਚਲੇ ਜਾਂਦੇ ਨੇ। ਫਿਰ ਜਾਂ ਆਪਾਂ ਬੁੱਢੇ ਵਾਰੇ ਵਾਸਤੇ ਪੰਗਤੀ ਰੱਖ ਲਈ ਵੀ ਬੁੱਢੇ ਹੋਵਾਂਗੇ ਸਿਰ ਕੰਬੇਗਾ ਫਿਰ ਇਹ ਪੰਗਤੀ ਪੜਾਂਗੇ, ਸਾਡੇ ਤੇ ਤਾਂ ਲਾਗੂ ਹੁੰਦੀ ਹੈ? ਨਹੀਂ, ਅੱਜ ਵੀ ਲਾਗੂ ਕਰ ਸਕਨੇ ਆ। ਜਿਹੜੇ ਬੰਦੇ ਦਾ ਸਿਰ ਕੰਬਿਆ ਉਹ ਕੰਬ ਜਾਏ ਨਾ, ਆਸ ਥਿਰ ਨਾ ਰਵੇ, ਪੈਰ ਉਹਦੇ ਆਪੇ ਹੀ ਡਗਮਗਾ ਜਾਂਦੇ ਨੇ। ਜਿੱਦਾਂ ਆਪਾਂ ਕਈਆਂ ਨੂੰ ਕਹਿੰਦੇ ਨੀ ਇਹਦਾ ਤੇ ਦਿਮਾਗ ਹੱਲ ਗਿਆ, ਕਈਆਂ ਦਾ ਸਿਰ ਨਹੀਂ ਹੱਲਦਾ, ਇਹਦਾ ਤੇ ਹੱਲ ਗਿਆ ਹੈ, ਹੱਲ ਗਿਆ ਹੈ। ਜਦੋਂ ਸਿਰ ਕੰਬੇ ਪੱਗ ਡਗਮਗਾ ਆਪੇ ਹੀ ਜਾਂਦੇ ਨੇ। ਜਦੋਂ ਅੰਦਰਲਾ ਗਿਆਨ ਹੱਲ ਜਾਂਦਾ ਨਾ, ਸਤਿਗੁਰ ਦੀ ਦਿੱਤੀ ਮੱਤ, ਜਦੋਂ ਸਿਰ ਹਿੱਲ ਗਿਆ ਬਸ ਫਿਰ ਪੈਰ ਆਪਣੇ ਆਪ ਗਲਤ ਰਾਹ ਤੇ ਤੁਰਨ ਲੱਗ ਪੈਂਦੇ ਨੇ ਤੇ ਗੁਰੂ ਜੀ ਦੀ ਗਿਆਨ ਤੋਂ ਨੈਣ ਹੀਣੇ ਹੋ ਜਾਂਦੇ ਨੇ। ਨੈਣ ਜੋਤ ਤੇ ਹੀਣ, ਸੁਰਤ ਜਿਹੜੀ ਹੈ ਉਹ ਗਿਆਨ ਤੋਂ ਹੀਣੀ ਹੈ। ਜਦੋਂ ਏਦਾਂ ਸਿਰ ਕੰਬੇਗਾ, ਸਿਸਟਮ ਹੀ ਏਦਾਂ ਦਾ ਬਣ ਗਿਆ, ਫਿਰ ਹਰ ਰਸ ਕਿੱਥੇ? ਇਹਨੂੰ ਸਥਿਰ ਕਰ, ਇਹ ਅੰਦਰੋਂ ਨਾ ਕੰਬੇ ਸਿਰ ਸਾਡਾ, ਬਾਹਰੋਂ ਤੇ ਸਿਰ ਕੰਬੇ ਨਾ ਕੰਬੇ। ਕਈ ਬਚਪਨ 'ਚ ਹੀ ਕੰਬਦੇ ਹੁੰਦੇ ਨੇ, ਕਈ ਸੱਜਣ ਏਦਾਂ ਦੇ ਨਿਆਣੇ ਵੇਖੇ ਆ, ਸਰੀਰ ਉਹਨਾਂ ਦੇ ਬਚਪਨ 'ਚ ਹੀ ਖੜਦੇ ਨਹੀਂ, ਕੰਬੀ ਜਾਂਦੇ ਨੇ। ਪਰ ਸਾਡੇ ਸਰੀਰ ਉਦਾਂ ਏਦਾਂ ਖੜੇ ਨੇ, ਉਦਾਂ ਅਸੀਂ ਏਦਾਂ ਸਥਿਰ ਹਾਂ, ਪਰ ਅੰਦਰੋਂ ਅਸੀਂ ਕੰਬਦੇ ਰਹਿੰਦੇ ਹਾਂ, ਡਬਲ ਮਾਈਂਡਡ ਰਹਿੰਦੇ ਹਾਂ, ਹਿੱਲਦੇ ਰਹਿੰਦੇ ਹਾਂ, ਆਹ ਠੀਕ ਆਹ ਠੀਕ। ਸਵੇਰੇ ਗਿਆਨੀ, ਸ਼ਾਮ ਨੂੰ ਅਗਿਆਨੀ, ਸਵੇਰੇ ਮਨ ਹੋਰ, ਸ਼ਾਮ ਵੇਲੇ ਹੋਰ, ਅਸੀਂ ਏਦਾਂ ਕਰਦੇ ਰਹਿੰਦੇ ਹਾਂ। ਸਥਿਰ ਰਹਿਣਾ, ਸਿਰ ਨੂੰ ਇੱਕ ਥਾਂ ਤੇ ਰੱਖਣਾ ਹੈ, ਗੁਰੂ ਜੀ ਦੇ ਆਖੇ ਲੱਗਣਾ। ਆਓ, ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ, ਸੰਗਤ ਨੇ ਉੱਠਣਾ ਨਹੀਂ, ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹਿਣਾ। ਜੀ ਆਇਆਂ ਨੂੰ, ਪੰਜ ਪਿਆਰਿਆਂ ਨੂੰ ਕਹੀਏ, ਸਾਰੀ ਸੰਗਤ ਨੇ ਜੀ ਆਇਆਂ ਨੂੰ ਕਹਿਣਾ, ਜਿਵੇਂ ਆਪਾਂ ਅੱਗੇ ਬੇਨਤੀ ਕਰਨੇ ਆ। ਅੰਮ੍ਰਿਤ ਛਕ ਕੇ ਆਉਣ ਵਾਲਿਆਂ ਨੂੰ ਬਹੁਤ ਬਹੁਤ ਵਧਾਈਆਂ ਦਈਏ, ਆਪਣੀ ਆਪਣੀ ਜਗ੍ਹਾ ਤੇ ਸਜੇ ਰਿਹੋ। ਭਾਈ ਉੱਠਿਓ ਨਾ, ਆਰਾਮ ਨਾਲ ਆਪਣੀ ਆਪਣੀ ਜਗ੍ਹਾ ਤੇ ਸਜੇ ਰਹੋ। ਭਾਗਾਂ ਵਾਲੇ ਨੇ ਜਿਹੜੇ ਅੱਜ ਸਤਿਗੁਰ ਦੇ ਲੜ ਲੱਗੇ ਆ, ਸਤਿਗੁਰ ਨੇ ਜਿਨ੍ਹਾਂ ਨੂੰ ਆਪਣੇ ਬਣਾਇਆ। ਜੀ ਆਇਆ ਨੂੰ, 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 ਕੀ ਆਇਆ 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 ਆਓ ਖਾਲਸਾ ਜੀ, ਆਓ ਖਾਲਸਾ ਜੀ, ਜੀ ਆਇਆ, 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 ਆਓ ਖਾਲਸਾ ਜੀ।
ਸਭ ਨੂੰ ਪਤਾ ਹੀ ਹੈ। ਬਹਿ ਜਾਓ ਸੰਗਤ ਜੀ ਸਾਰੇ ਜਿਹੜੇ ਅੰਮ੍ਰਿਤ ਛਕ ਕੇ ਆਇਓ, ਬਹਿ ਜਾਓ, ਸੱਜ ਜਾਓ। ਬੀਬੀਆਂ ਵਾਲੇ ਪਾਸੇ ਬੀਬੀਆਂ, ਸਿੰਘਾਂ ਵਾਲੇ ਪਾਸੇ ਸਿੰਘ ਬੈਠੋ। ਕਹਿਣਾ ਨਾ ਪਵੇ, ਬਾਹਾਂ ਖੜੀਆਂ ਕਰਿਓ ਸਾਰੇ, ਸੰਗਿਓ ਨਾ। ਜੇ ਕੋਈ ਨਵਾਂ ਵੀ ਆਇਆ ਤੇ ਕਿਰਪਾ ਰੱਖਿਓ, ਬਾਹਾਂ ਖੜੀਆਂ ਕਰੋ ਸਾਰੇ, ਸਹਿਯੋਗ ਦਿਓ। ਜਿੰਨੇ ਅਮਰ ਛੱਕ ਕੇ ਆਇਓ, ਬਹਿ ਜਾਓ ਜੀ, ਜੀ ਆਇਆਂ ਨੂੰ ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਸਾਸਰੀ ਅਕਾਲ, ਫੂਲ ਤੇ ਨਿਸ਼ਾਨ, ਸਜਦੇ ਨਿਹਾਲ, ਬੋਲੇ ਸੋ ਪੁਰਾਣੇ ਗੁਰੂ ਕੇ ਜਹਾਜ਼ ਤੇ ਚੜ੍ਹੇ, ਸ੍ਰੀ ਅਕਾਲ। ਵਾਹ ਬਈ ਵਾਹ, ਕਿੰਨਾ ਪਰਿਵਾਰ ਚ ਵਾਧਾ ਹੋਇਆ ਅੱਜ, ਸਤਿਗੁਰ ਨੇ ਕਿਰਪਾ ਕੀਤੀ। ਅੰਮ੍ਰਿਤ ਛੱਕ ਕੇ ਆਉਣ ਵਾਲਿਓ ਬਹੁਤ 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 ਵਧਾਈਆਂ ਹੋਣ ਜੀ ਤੁਹਾਨੂੰ ਸਾਰਿਆਂ ਨੂੰ, ਸਾਰੀ ਸੰਗਤ ਜਥੇ ਵੱਲੋਂ, ਸਾਰੀ ਸੰਗਤ ਸਾਰੇ ਪੰਥ ਵੱਲੋਂ। ਤੁਸੀਂ ਅੱਜ ਗੁਰੂ ਘਰ ਵਿੱਚ ਆਪਣਾ ਨਾਮ ਦਰਜ ਕਰਾਇਆ ਹੈ, ਅੱਜ ਐਡਮਿਸ਼ਨ ਲਈ ਹੈ ਕਿ ਸੱਚੇ ਪਾਤਸ਼ਾਹ ਅਸੀਂ ਤੁਹਾਡੀ ਸਿੱਖਿਆ ਤੇ ਚੱਲਣਾ, ਤੁਹਾਡੀ ਪੜ੍ਹਾਈ ਪੜ੍ਹਨੀ ਹੈ। ਅੱਜ ਤੋਂ ਬਾਅਦ ਪੜ੍ਹਾਈ ਪੜ੍ਹਦਿਆਂ ਪੜ੍ਹਦਿਆਂ ਫਿਰ ਚੇਤਾ ਰੱਖਿਓ, ਜਿਹੜੇ ਬੱਚੇ ਪੜ੍ਹਦੇ ਹੁੰਦੇ ਨੇ ਉਹਨਾਂ ਤੇ ਪਰਚੇ ਵੀ ਪੈਂਦੇ ਆ, ਇਮਤਿਹਾਨ ਵੀ ਹੁੰਦੇ ਆ, ਪਰਖ ਦੀ ਘੜੀ ਵੀ ਆਉਂਦੀ। ਡਰਨਾ ਨਹੀਂ, ਡਰਨਾ ਨਹੀਂ, ਹਮੇਸ਼ਾ ਚੜ੍ਹਦੀ ਕਲਾ ਵਾਲਾ ਆਪਣਾ ਜੀਵਨ ਬਣਾ ਕੇ ਰੱਖਣਾ। ਇੱਕੋ ਜ਼ਿਆਦਾ ਹੈ ਕਾਕਾ, ਆਵਾਜ਼ ਤੇ ਰੱਖ ਪਰ ਇੱਕੋ ਘਟਾ ਦੇ, ਸੁਣੋ। ਉੱਚਾ ਸੁੱਚਾ ਆਪਣਾ ਜੀਵਨ ਬਣਾ ਕੇ ਰੱਖਣਾ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਆਪਣੇ ਦਰ ਘਰ ਨਾਲ ਜੋੜਿਆ, ਸਮਾਂ ਬੜਾ ਭੈੜਾ, ਧਿਆਨ ਰੱਖਿਓ। ਅੱਜ ਮਾਹੌਲ ਬੜਾ ਭੈੜਾ ਹੈ, ਸਮਾਂ ਤੇ ਅਸੀਂ ਚੰਗਾ ਬਣਾਉਣਾ। ਮਾਹੌਲ ਇੰਨਾ ਖਤਰਨਾਕ ਹੈ ਕਿ ਅੱਜ ਹੁਣ ਇੱਥੇ ਆਪਾਂ ਸੁਣ ਰਹੇ ਹਾਂ, ਇਹਦਾ ਅਸਰ ਹੁੰਦਾ। ਬੀਬੀਓ ਭੈਣੋ, ਬਹਿ ਜਾਓ ਆਰਾਮ ਨਾਲ, ਥੋੜ੍ਹੇ ਮਿੰਟ ਦੇ ਦਿਓ, ਇਕਾਗਰਤਾ ਬਣਾਈ ਰੱਖਿਓ, ਦੋ ਚਾਰ ਮਿੰਟ ਆਰਾਮ ਨਾਲ ਸਜੇ ਰਹੋ। ਪਿਆਰ ਨਾਲ ਸਭ ਨੂੰ ਬੇਨਤੀ ਹੈ ਕਿ ਸਜੋ, ਥੋੜ੍ਹੇ ਮਿੰਟ ਦੇ ਦਿਓ, ਬਸ ਮੈਂ ਇਤਿਹਾਸ ਨਹੀਂ ਸ਼ਬਦ ਹੀ ਪੂਰਾ ਕਰਾਂਗਾ। ਸੁਣਿਓ, ਅੱਜ ਸਮਾਂ ਬੜਾ ਖਤਰਨਾਕ ਹੈ। ਜਿਵੇਂ ਹੁਣ ਆਪਾਂ ਅੱਜ ਵੇਖੋ ਇੱਥੇ ਬੈਠੇ ਹਾਂ, ਇਹਦਾ ਅਸਰ ਕਿੰਨਾ ਚਿਰ ਹੁੰਦਾ ਹੈ? ਆ ਫੋਨ ਨੇ, ਇਹਦੇ ਉੱਤੇ ਨੈੱਟ ਚੱਲਦਾ ਹੈ, ਵਟਸਐਪ ਚੱਲਦਾ ਹੈ, ਪਤਾ ਨਹੀਂ ਕਿਹੋ ਕਿਹੋ ਜਿਹੀਆਂ ਵੀਡੀਓ ਆਈਆਂ ਹੁੰਦੀਆਂ ਨੇ, ਬੰਦਾ ਸ਼ਾਮ ਨੂੰ ਵੇਖਦਾ ਹੈ, ਥੋੜ੍ਹਾ ਚਿਰ ਇਹਨਾਂ ਗੱਲਾਂ ਦਾ ਅਸਰ ਰਹਿੰਦਾ ਹੈ। ਦਸ ਦਸ ਵੀਡੀਓ ਵੇਖੀਆਂ, ਸਵੇਰੇ ਹੋਰ ਕੁਛ ਆ ਜਾਂਦਾ ਹੈ, ਕੱਲ੍ਹ ਸ਼ਾਮ ਨੂੰ ਕੁਝ ਹੋਰ ਆ ਜਾਣਾ ਹੈ, ਪਰਸੋਂ ਸਵੇਰੇ ਕੁਝ ਹੋਰ ਆ ਜਾਣਾ ਹੈ। ਅੱਜ ਦੇ ਸਮੇਂ ਵਿੱਚ ਆਪਣੇ ਆਪ ਨੂੰ ਸਹੀ ਰਸਤੇ ਜੋੜ ਕੇ ਰੱਖਣਾ ਬੜਾ ਔਖਾ ਹੈ। ਗਿਣਤੀ ਕੋਈ ਨਹੀਂ, ਇੰਨੇ ਚੈਨਲ ਚੱਲਦੇ ਆ। ਅੱਜ ਦਾ ਨੌਜਵਾਨ ਸਾਰਾ ਕੁਝ ਛੱਡ ਕੇ ਗੁਰਬਾਣੀ ਵਾਲਾ ਚੈਨਲ ਲਾ ਕੇ ਬੈਠੇ, ਇਹ ਉਹੀ ਬਹਿ ਸਕਦਾ ਹੈ ਜਿਹੜਾ ਬਹੁਤ ਜ਼ਿਆਦਾ ਆਪਣੇ ਆਪ ਨੂੰ ਸੰਗਤ ਵਿੱਚ ਰੱਖਦਾ, ਜਿਹੜਾ ਬਹੁਤ ਬਾਣੀ ਪੜ੍ਹਦਾ। ਬਲਿਹਾਰੇ ਜਾਈਦਾ ਵੇਖ ਕੇ ਤੁਹਾਡੇ ਨੌਜਵਾਨਾਂ ਵੀਰਾਂ ਵੱਲ, ਜਿਹੜੇ ਤੁਸੀਂ ਨੌਜਵਾਨ ਕਾਲਜਾਂ ਸਕੂਲਾਂ ਵਿੱਚ ਪੜ੍ਹਨ ਵਾਲੇ, ਸਿਰਾਂ ਤੇ ਦਮਾਲੇ ਸਜਾਉਂਦੇ ਹੋ, ਦਾੜੀਆਂ ਰੱਖੀਆਂ ਨੇ,
ਕੇਸ ਰੱਖੇ ਆ ਵੀ ਸ਼ੁਕਰ ਹੈ ਸੱਚੇ ਪਾਤਸ਼ਾਹ ਕਿਹੜੇ ਭਾਗ ਚੰਗੇ ਆ ਜਿਹੜਾ ਤੁਸੀਂ ਇਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਆ ਹੋਇਆ ਨਹੀਂ ਤੇ ਇੰਨਾ ਬੁਰਾ ਹਾਲ ਕਾਲਜਾਂ ਸਕੂਲਾਂ ਵਿੱਚ ਅੱਜ ਵੇਖਣ ਨੂੰ ਮਿਲਦਾ ਜਿਹੋ ਜਿਹੋ ਜੀਆਂ ਗੱਲਾਂ ਅੱਜ ਅਸੀਂ ਸੁਣਦੇ ਆ ਨਾ ਮਾਹੌਲ ਕਿਹੋ ਜਿਹਾ ਤੁਹਾਨੂੰ ਸਭ ਪਤਾ ਹੈ ਸਭ ਪਤਾ ਕੀ ਅੱਜ ਹੋ ਰਿਹਾ ਹੈ ਮਾਪਿਆਂ ਦੀਆਂ ਅੱਖਾਂ ਤੇ ਮੋਹ ਦੀਆਂ ਪੱਟੀਆਂ ਵੱਜੀਆਂ ਹੋਈਆਂ ਨੇ ਮਾਪਿਆਂ ਦੀਆਂ ਅੱਖਾਂ ਤੇ ਮੋਹ ਦੀਆਂ ਪੱਟੀਆਂ ਵੱਜੀਆਂ ਨਹੀਂ ਕਈ ਗੱਲਾਂ ਦਾ ਪਤਾ ਲੱਗਦਾ ਪਰ ਅੱਜ ਸਮਾਜ ਵਿੱਚ ਬਹੁਤ ਬੁਰਾ ਹਾਲ ਹੈ ਭਾਗਾਂ ਵਾਲੇ ਅੱਜ ਉਹ ਬੱਚੇ ਜਾਂ ਉਹ ਬੱਚੀਆਂ ਨੇ ਜਿਹੜੀਆਂ ਸਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜੀਆਂ ਹੋਈਆਂ ਹੋਣ ਏਦਾਂ ਆਓ ਸੰਗਤ ਕਰੋ ਸੰਗਤ ਵਿੱਚ ਬੈਠੋ ਆਹ ਤਰੀਕਾ ਇੱਕ ਸੰਗਤ ਕਰਨ ਦਾ ਜਿੱਥੇ ਗਿਆਨ ਦਾ ਪ੍ਰਸ਼ਾਦ ਮਿਲੇ ਸਤਿਗੁਰ ਜੀ ਦੀ ਸਿੱਖਿਆ ਨੂੰ ਅਸੀਂ ਸਮਝੀਏ ਭੁਗਤ ਗਿਆਨ ਦਇਆ ਭੰਡਾਰਨ ਗਿਆਨ ਭੁਗਤਾਇਆ ਜਾਵੇ ਭੁਗਤਾਣਾ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਿਆਨ ਨੌਲੇਜ ਦੇਣੀ ਸਮਝਣਾ ਜਾਂ ਸਮਝਾਉਣਾ ਇੰਨਾ ਸਾਡਾ ਭੈਣਾਂ ਭਰਾਵਾਂ ਦਾ ਸੰਬੰਧ ਹੈ ਇੱਥੇ ਤੱਕ ਸਾਡਾ ਸੰਬੰਧ ਹੈ ਇੰਨਾ ਬਸ ਇੰਨਾ ਇਹ ਠੀਕ ਹੈ ਬਸ ਅਸੀਂ ਸੰਗਤ ਵਿੱਚ ਆਈਏ ਆਰਾਮ ਨਾਲ ਆਪਣੇ ਮਾਂ ਨਾਲ ਪਿਓ ਨਾਲ ਪਿਤਾ ਨਾਲ ਬੱਚਿਆਂ ਨਾਲ ਆਏ ਸੰਗਤ ਵਿੱਚ ਬੈਠੇ ਪ੍ਰਸ਼ਾਦਾ ਪਾਣੀ ਛਕਿਆ ਜਿਹੜੀ ਸਿੱਖਣ ਵਾਲੀ ਗੱਲ ਸੀ ਸਿੱਖੀ ਆਪਣੇ ਘਰ ਵਾਪਸ ਚਲੇ ਆਹ ਹੈ ਸਾਡਾ ਕਰਨ ਵਾਲਾ ਕੰਮ ਨਹੀਂ ਤੇ ਅੱਜ ਕੱਲ੍ਹ ਆਪਾਂ ਸਥਾਨਾਂ ਤੇ ਜੋ ਜੋ ਕੁਝ ਹੁੰਦਾ ਵੇਖਦੇ ਹਾਂ ਅੱਜ ਬਹੁਤ ਬੁਰਾ ਹਾਲ ਅੱਜ ਦੇ ਸਮੇਂ ਵਿੱਚ ਆਪਣੇ ਆਪ ਨੂੰ ਬਚਾ ਕੇ ਰੱਖਣਾ ਔਰ ਸਹੀ ਰਸਤੇ ਤੁਰਨਾ ਇਹ ਬੜਾ ਜ਼ਰੂਰੀ ਹੈ ਤੇ ਜਿਹੜੇ ਵੀਰ ਭਰਾ ਜਿਹੜੀਆਂ ਭੈਣਾਂ ਜਿਹੜੇ ਬੱਚੇ ਨੌਜਵਾਨ ਅੱਜ ਚੰਗੇ ਪਾਸੇ ਲੱਗੇ ਨੇ ਉਹ ਰੀਸ ਕੋਈ ਨਹੀਂ ਤੇ ਲੁੱਟਣ ਵਾਲੇ ਲੁੱਟਦੇ ਹੀ ਤਾਂ ਨੇ ਅਸੀਂ ਲਟਾਉਂਦੇ ਹਾਂ ਆਪਣਾ ਆਪ ਅਸੀਂ ਆਪ ਬਰਬਾਦ ਕੀਤਾ ਹੋਇਆ ਇੱਥੇ ਮੈਂ ਵੇਖਿਆ ਇੱਕ ਦੋ ਵਾਰੀ ਪਰਿਵਾਰ ਮਾਤਾ ਕਹਿੰਦੀ ਬਾਬਾ ਜੀ ਮੇਰੀ ਬੱਚੀ ਨੇ ਇੱਥੇ ਰਹਿਣਾ ਮੈਂ ਕਿਹਾ ਮਾਤਾ ਜੀ ਇੱਥੇ ਆ ਗਿਆ ਨਹੀਂ ਅਸੀਂ ਇੱਥੇ ਇੱਦਾਂ ਨਹੀਂ ਹੁੰਦਾ ਨਹੀਂ ਬਾਬਾ ਜੀ ਕੋਈ ਗੱਲ ਨਹੀਂ ਕੋਈ ਮੈਂ ਕਿਹਾ ਬੀਬੀ ਨਹੀਂ ਧੱਕੇ ਨਾਲ ਮਾਂ ਨੂੰ ਮੈਂ ਤਰਲੇ ਕਰ ਰਿਹਾ ਵੀ ਮਾਤਾ ਜੀ ਸਾਡੇ ਇੱਥੇ ਬੀਬੀਆਂ ਇੱਦਾਂ ਨਹੀਂ ਰਹਿੰਦੀਆਂ ਤੁਸੀਂ ਮੇਰੀ ਗੱਲ ਸੁਣੋ ਨਹੀਂ ਬਾਬਾ ਜੀ ਕੋਈ ਫਰਕ ਨਹੀਂ ਪੈਂਦਾ ਅਸੀਂ ਚਾਰ ਦਿਨਾਂ ਨੂੰ ਸੰਗਰਾਂਦ ਤੇ ਆ ਹੀ ਜਾਣਾ ਮੈਨੂੰ ਫਿਰ ਗੁੱਸੇ 'ਚ ਕਹਿਣਾ ਪਿਆ ਮੈਂ ਮਾਤਾ ਤੇਰੇ ਦਿਮਾਗ ਨੂੰ ਸਮਝ ਨਹੀਂ ਆਉਂਦੀ ਤੈਨੂੰ ਗੱਲ ਮੈਂ ਕਹਿ ਕੀ ਰਿਹਾ ਤੈਨੂੰ ਸਮਝਾ ਕੀ ਰਿਹਾ ਵੀ ਇੱਦਾਂ ਤੁਸੀਂ ਆਪਣੀਆਂ ਨੌਜਵਾਨ ਬੱਚੀਆਂ ਗੁਰਦੁਆਰਿਆਂ 'ਚ ਛੱਡੋਗੇ ਡੇਰਿਆਂ 'ਚ ਛੱਡੋਗੇ ਤੇ ਅੱਜ ਫਿਰ ਜੋ ਜੋ ਕੁਝ ਹਾਲ ਹੋ ਰਿਹਾ ਸਾਡੇ ਸਾਹਮਣੇ ਹੈ ਸਾਰਾ ਕੁਝ ਤਾਂ ਕਰਕੇ ਮੈਂ ਉਹੋ ਜੀਆਂ ਬੇਨਤੀਆਂ ਵੀ ਕਈ ਸਟੇਜ ਤੇ ਕਰਦਾ ਵੀ ਅੱਜ ਸਮਾਂ ਬੜਾ ਖਤਰਨਾਕ ਹੈ ਅੱਜ ਦੇ ਸਮੇਂ ਵਿੱਚ ਤੇ ਮਾਪਿਆਂ ਤੇ ਇੰਨੀਆਂ ਅੱਖਾਂ ਤੇ ਪੱਟੀਆਂ ਵੱਜੀਆਂ ਨੇ ਨਹੀਂ ਦਿਮਾਗ ਕੰਮ ਕਰਦਾ ਨਹੀਂ ਬੰਦਾ ਸੋਚ ਸਕਦਾ ਕੀ ਕੁਝ ਅੱਜ ਸਾਡੇ ਸਮਾਜ ਵਿੱਚ ਹੋ ਰਿਹਾ ਤੇ ਚਾਹੀਦਾ ਅੱਜ ਕਿ ਆਪਣੇ ਆਪ ਨੂੰ ਸਤਿਗੁਰ ਦੇ ਸੱਚੇ ਗਿਆਨ ਨਾਲ ਜੋੜ ਕੇ ਰੱਖੋ ਗਿਆਨ ਨਾਲ ਜੋੜ ਕੇ ਰੱਖੋ ਇਹੋ ਇਹੋ ਜੀਆਂ ਗੱਲਾਂ ਅੱਜ ਸੁਣਨ ਨੂੰ ਮਿਲਦੀਆਂ ਨੇ ਜਿਹੜੀਆਂ ਆਪਾਂ ਸੋਚ ਵੀ ਨਹੀਂ ਸਕਦੇ ਤਾਂ ਕਰਕੇ ਅਰਜ ਹੈ ਵੀਰੋ ਭਰਾਵੋ ਅੱਜ ਦੇ ਸਮੇਂ 'ਚ ਬਚ ਕੇ ਰਹਿਣਾ ਬੜਾ ਔਖਾ ਹੈ ਤੇ ਭਾਗਾਂ ਵਾਲਿਓ ਤੁਸੀਂ ਜੇ ਬਚੇ ਹੋਏ ਹੋ ਅੱਜ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਿਰਾਂ ਤੇ ਦਮਾਲੇ ਦਸਤਾਰਾਂ ਸਜਾਉਂਦੇ ਹੋ ਸੋਹਣੀਆਂ ਦਸਤਾਰਾਂ ਰੱਖੋ ਤੇ ਚੰਗੇ ਵਿਚਾਰ ਕਿਰਦਾਰ ਵੀ ਚੰਗੇ ਰੱਖੋ ਜੀਵਨ ਵੀ ਚੰਗਾ ਬਣਾ ਕੇ ਰੱਖੋ ਸਵੇਰੇ ਸ਼ਾਮ ਨਿਤਨੇਮ ਕਰਨਾ ਨਾ ਛੱਡੋ ਬਾਣੀ ਪੜ੍ਹਨ ਦੀ ਨਾ ਛੱਡੋ ਮਨ ਸ਼ਾਂਤ ਰਵੇ ਗੁੱਸੇ ਤੇ ਕੰਟਰੋਲ ਰੱਖੋ ਆਪਣੇ ਆਪ ਤੇ ਕਾਬੂ ਪਾ ਕੇ ਰੱਖੋ ਮਨ ਜਦੋਂ ਡੋਲਦਾ ਧਿਆਨ 'ਚ ਰੱਖੋ ਧੀਆਂ ਭੈਣਾਂ ਵੀ ਸਾਡੇ ਘਰ 'ਚ ਨੇ ਗਾਂ ਮੈਂ ਧੀਆਂ ਵਾਲਾ ਵੀ ਬਣਨਾ ਹੈ ਕੱਲ੍ਹ ਨੂੰ ਮੇਰੇ ਘਰ ਵੀ ਬੱਚੀਆਂ ਨੇ ਆਉਣਾ ਹੈ ਇਸ ਕਰਕੇ ਅਸੀਂ ਆਪਣੇ ਆਪ ਤੇ ਇੱਦਾਂ ਸਤਿਗੁਰ ਜੀ ਦੀ ਸਿੱਖਿਆ ਸੁਣ ਸੁਣ ਕੇ ਆਪਣੇ ਮਨ ਨੂੰ ਕਾਬੂ 'ਚ ਰੱਖੀਏ ਤੇ ਸਤਿਗੁਰ ਜੀ ਦੀ ਬਾਣੀ ਵੱਧ ਤੋਂ ਵੱਧ ਪੜ੍ਹਨੀ ਤੇ ਨਾਲ ਸਿਮਰਨ ਕਰਨਾ ਜਿਵੇਂ ਅੱਜ ਕੱਲ੍ਹ ਦਾ ਵੇਖੋ ਸਮਾਂ ਹੈ ਠੰਡਾ ਮੌਸਮ ਹੈ ਅੱਜ ਕੱਲ੍ਹ ਕਿੰਨਾ ਸੁਹਾਵਣਾ ਮੌਸਮ ਆ ਗਿਆ ਹੁਣ ਤੇ ਤੁਸੀਂ 9 ਵਜੇ ਬਰਾਜੋ ਹੱਦ 10 ਵਜੇ ਪੈ ਜਾਓ ਤੇ ਸਵੇਰੇ 4 ਵਜੇ ਉੱਠ ਪਓ ਚਲੋ ਜੇ ਜ਼ਿਆਦਾ ਨਹੀਂ 5 ਵਜੇ ਵੀ ਉੱਠ ਪਏ ਇਸ਼ਨਾਨ ਕਰਕੇ ਆਪਣੇ ਸੁਰਤ ਨੂੰ ਚਾਬੀ ਲਾ ਅੱਧਾ ਘੰਟਾ 15 ਮਿੰਟ ਹੀ ਭਾਵੇਂ ਜਪ ਲਓ 15 ਮਿੰਟ ਨਾਲ ਵੀ ਮਨ ਸ਼ਾਂਤ ਹੋਏਗਾ ਉਹ ਨੇੜੇ ਨੇੜੇ ਮਹਿਸੂਸ ਹੋਣ ਲੱਗ ਜਾਏਗਾ ਜਿਹੜਾ ਭਾਈ ਮਤੀ ਦਾਸ ਨੂੰ ਨੇੜੇ ਮਹਿਸੂਸ ਹੁੰਦਾ ਸੀ ਉਹ ਜਿਹੜਾ ਰਸ ਖਤਮ ਨਾ ਹੋਵੇ ਉਹ ਅੰਦਰਲਾ ਖੋ ਨਹੀਂ ਸਕਦਾ ਕੋਈ ਜਲਾਦਾਰੇ ਨਾਲ ਸਰੀਰ ਨੂੰ ਚੀਰ ਗਏ ਪਰ ਭਾਈ ਮਤੀ ਦਾਸ ਦਾ ਮਨ ਨਹੀਂ ਬਦਲਿਆ ਅੰਦਰਲਾ ਆਨੰਦ ਖਰਾਬ ਨਹੀਂ ਹੋਇਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸੀਸ ਧੜ ਤੋਂ ਜੁਦਾ ਕੀਤਾ ਗਿਆ ਪਰ ਉਹ ਅੰਦਰਲਾ ਰਸ ਨਹੀਂ ਖਤਮ ਕਰ ਸਕਿਆ ਕੋਈ ਇਸ ਕਰਕੇ ਜਿਹੜਾ ਅੰਦਰਲਾ ਟਕਾ ਅੰਦਰਲਾ ਰਸ ਹੁੰਦਾ ਹੈ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ ਤੇ ਭਾਗਾਂ ਵਾਲੇ ਆ
ਜਿਹੜੇ ਆਪਣੇ ਆਪ ਨੂੰ ਗੁਰਬਾਣੀ ਨਾਲ ਜੋੜ ਕੇ ਸਤਿਗੁਰ ਦੇ ਸੱਚੇ ਗਿਆਨ ਨਾਲ ਜੁੜ ਕੇ ਆਪਣੇ ਆਪ ਨੂੰ ਸ਼ਾਂਤ ਕਰਦੇ ਆ। ਮਾਫ ਕਰਨਾ, ਤੁਸੀਂ ਅਸਥਾਨਾਂ ਨਾਲ ਜੁੜ ਕੇ ਭਲਾ ਨਹੀਂ ਹੋਣਾ, ਇੱਟਾਂ ਪੱਥਰਾਂ ਨਾਲ ਜੁੜ ਕੇ ਭਲਾ ਨਹੀਂ ਹੋਣਾ, ਗੁੰਬਦਾਂ ਨਾਲ ਜੁੜ ਕੇ ਭਲਾ ਨਹੀਂ ਹੋਣਾ, ਨਿਸ਼ਾਨ ਸਾਹਿਬ ਕਲਸਾਂ ਨਾਲ ਜੁੜ ਕੇ ਭਲਾ ਨਹੀਂ ਹੋਣਾ। ਭਲਾ ਹੋਣਾ ਹੈ ਗੁਰਬਾਣੀ ਦੇ ਗਿਆਨ ਨਾਲ ਜੁੜ ਕੇ। ਗਿਆਨ ਕੀ ਹੈ? ਸਤਿਗੁਰ ਜੀ ਦੀ ਸਿੱਖਿਆ ਕੀ ਹੈ? ਸਾਨੂੰ ਮੇਰੇ ਗੁਰੂ ਜੀ ਕਹਿੰਦੇ ਕੀ ਹੈ? ਤਾਂ ਸਾਡਾ ਭਲਾ ਹੋਣਾ ਹੈ, ਨਹੀਂ ਤੇ ਭਲਾ ਨਹੀਂ ਹੋਣਾ। ਸਤਿਗੁਰ ਜੀ ਦੀ ਸਿੱਖਿਆ ਤੇ ਆਪਾਂ ਚੱਲਿਓ। ਇਹ ਨਾ ਭੁੱਲਿਓ ਭਾਈ, ਆ ਚੰਮ ਨੇ ਭਲਾ ਨਹੀਂ ਕਰਨਾ, ਭਲਾ ਤੁਹਾਡਾ ਕਰਨਾ ਸਤਿਗੁਰ ਜੀ ਦੇ ਗਿਆਨ ਨੇ, ਸਤਿਗੁਰ ਜੀ ਦੀ ਸਿੱਖਿਆ ਨੇ। ਜੋ ਸੁਣਦੇ ਹੋ ਉਹਨੂੰ ਸਮਝੋ ਤੇ ਆਪਣੀ ਜ਼ਿੰਦਗੀ 'ਚ ਲਾਗੂ ਕਰੋ ਤੇ ਵੇਖੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਅੱਗੇ। ਉਹ ਸੋਹਣੇ ਲੱਗਦੇ ਨੇ ਤੇ ਉਹਨਾਂ ਦੀ ਸੋਭਾ ਨਹੀਂ ਕਹੀ ਜਾ ਸਕਦੀ ਜਿਨ੍ਹਾਂ ਨੂੰ ਮਾਲਕ ਆਪਣੇ ਚਰਨਾਂ ਨਾਲ ਆਪ ਜੋੜ ਲੈਂਦਾ ਤੇ ਜਿਨ੍ਹਾਂ ਦੇ ਮਨ ਜੁੜੇ ਹੋਏ ਨੇ। ਇੱਕ ਤੇ ਤਨ, ਇੱਕ ਮਨ, ਜਿਨ੍ਹਾਂ ਦੇ ਜੁੜੇ ਹੋਏ ਨੇ ਉਹਨਾਂ ਦੀ ਬਾਬਤ ਸਤਿਗੁਰੂ ਕਹਿੰਦੇ ਨੇ। ਹਾਂਜੀ, ਤਨ ਮਨ ਮੋਲਿਆ ਰਾਮ ਸਿਓ ਸੰਗ ਸਾਧ ਸਹੇਲੜੀਆਂ, ਸੰਗ ਸਾਧ ਸਹੇਲੜੀਆਂ। ਹਾਂ, ਤਨ ਮਨ ਮੋਲਿਆ ਰਾਮ ਸਿਓ, ਤਨ ਵੀ ਤੇ ਮਨ ਵੀ ਦੋਵਾਂ ਤੇ ਅਸਰ ਹੋਇਆ। ਮਨ ਵੀ ਰੰਗਿਆ ਗਿਆ ਤੇ ਤਨ ਵੀ ਹੁਣ ਸਹੀ ਕੰਮ ਕਰਦਾ ਹੈ, ਸਰੀਰ ਵੀ ਸਹੀ ਕਰਮ ਕਰ ਰਿਹਾ। ਤਨ ਵੀ ਤੇ ਮਨ ਵੀ ਦੋਵੇਂ ਮੋਲੇ ਗਏ, ਖੁਸ਼ ਹੋ ਗਏ, ਆਨੰਦ 'ਚ ਆ ਗਏ, ਰੰਗ 'ਚ ਹੋ ਗਏ, ਖੜਾਓ 'ਚ ਹੋ ਗਏ। ਇਹ ਕਹਿ ਲਓ ਮਨ ਵੀ ਖਿੜ ਗਿਆ ਤੇ ਤਨ ਵੀ ਖੜਾਓ ਵਿੱਚ ਹੋ ਗਿਆ। ਕਿਉਂ? ਕਿਉਂਕਿ ਗੁਰਮੁਖਾਂ ਦੀ ਸੰਗਤ ਕਰਨ ਲੱਗ ਪਿਆ, ਚੰਗੇ ਚੰਗੇ ਵਿਚਾਰ ਅੰਦਰ ਆਉਣ ਲੱਗ ਪਏ, ਮਾੜੇ ਫੁਰਨੇ ਹਟ ਗਏ, ਚੰਗੇ ਵਿਚਾਰ ਅੰਦਰ ਆ ਗਏ, ਮਨ ਵੀ ਸੁਧਰ ਗਿਆ ਤੇ ਸਰੀਰ ਉੱਤੇ ਵੀ ਗੁਰੂ ਦਾ ਬਾਣਾ ਪਾ ਲਿਆ ਤੇ ਘਰ ਦੇ ਵਿੱਚ ਵੀ ਸ਼ਰਾਬਾਂ ਨਹੀਂ ਵੜਦੀਆਂ, ਸਾਰਾ ਹੀ ਮਾਹੌਲ ਚੇਂਜ ਹੋ ਗਿਆ। ਇਹ ਗੁਰਮੁਖਾਂ ਦੀ ਸੰਗਤ ਦਾ ਪ੍ਰਤਾਪ ਹੈ। ਹਾਂਜੀ, ਵੇਖੋ ਅੱਗੇ ਮਹਾਰਾਜ ਕਿਰਪਾ ਕਰ। ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇ ਲੜੀਆਂ, ਸਾਧ ਜਨਾ ਤੇ ਬਾਹਰੀ, ਜਿਹੜੇ ਗੁਰਮੁਖਾਂ ਤੋਂ ਬਾਹਰੇ ਨੇ, ਜਿਹੜੇ ਸੰਗਤ ਨਹੀਂ ਕਰਦੇ, ਜਿਨ੍ਹਾਂ ਦੇ ਅੰਦਰ ਚੰਗੇ ਗੁਣ ਨਹੀਂ ਨੇ, ਉਹ ਕਹਿੰਦੇ ਕੱਲੇ ਹੀ ਨੇ। ਤੇ ਜਿਹੜਾ ਕੱਲਾ ਹੁੰਦਾ ਹੈ ਉਹਨੂੰ ਖਤਰਾ ਵੀ ਹੁੰਦਾ ਹੈ। ਜੇ 10 ਜਣੇ ਇਕੱਠੇ ਆ ਖਤਰਾ ਕਾਹਦਾ ਹੈ? ਕੱਲੇ ਨੂੰ ਖਤਰਾ ਹੈ ਨਾ, ਕੱਲੀ ਬੱਚੀ ਜਾਏਗੀ ਖਤਰਾ ਹੈ, ਕੱਲਾ ਬੰਦਾ ਖਤਰਾ ਮਹਿਸੂਸ ਕਰਦਾ ਹੈ। ਉਹ ਕੱਲੇ ਨੇ ਜਿਹੜੇ ਸੰਗਤ ਨਹੀਂ ਕਰਦੇ, ਪਰ ਜਿਨ੍ਹਾਂ ਕੋਲ ਸੰਗਤ ਹੈ, ਗੁਰਮੁਖਾਂ ਦੀ ਸੰਗਤ ਹੈ, ਉਹ ਕਦੇ ਵੀ ਜਮਾਂ ਦੇ ਵਸ 'ਚ ਨਹੀਂ ਪੈਂਦੇ। ਅਗਲੀ ਪੰਕਤੀ 'ਚ ਕਹਿੰਦੇ ਨੇ, ਤਿੰਨ ਦੁੱਖ ਨਾ ਕਬਹੂੰ ਉਪਰੇ ਸੇ ਜਮ ਕੇ ਵਸ ਪੜੀਆਂ। ਉਹ ਜਮਾਂ ਦੇ ਵਸ ਪੈ ਗਏ, ਉਹਨਾਂ ਦੇ ਮਨ ਦਾ ਦੁੱਖ ਕਦੇ ਨਹੀਂ ਉਤਰ ਸਕਦਾ, ਵਿਕਾਰ ਉਹਨਾਂ ਨੂੰ ਘੇਰ ਲੈਣਗੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ 'ਚ ਪਏ ਰਹਿਣਗੇ, ਸਾਰੀ ਜ਼ਿੰਦਗੀ ਉਹ ਦੁਖੀ ਰਹਿਣਗੇ ਜਿਹੜੇ ਗੁਰਮੁਖਾਂ ਦੀ ਸੰਗਤ ਨਹੀਂ ਕਰਦੇ, ਕੱਲੇ ਨੇ, ਸੰਗਤ ਤੋਂ ਬਾਹਰ ਨੇ, ਗੁਣ ਜ਼ਿੰਦਗੀ 'ਚ ਨਹੀਂ ਜਿਨ੍ਹਾਂ ਦੀ 'ਚ ਆਏ, ਉਹ ਫਿਰ ਹਮੇਸ਼ਾ ਉਹਨਾਂ ਨੂੰ ਵਿਕਾਰ ਘੇਰੀ ਰੱਖਣਗੇ ਤੇ ਉਹ ਦੁਖੀ ਰਹਿਣਗੇ। ਜ਼ਰੂਰੀ ਹੈ ਕਿ ਅਸੀਂ ਸੰਗਤ ਕਰਦੇ ਰਹੀਏ। ਹਾਂਜੀ, ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ, ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ। ਉਹ ਸਦਾ ਹੀ ਖੜੇ ਦਿਸਦੇ ਆ ਆਪਣੇ ਮਾਲਕ ਦੇ ਬੂਹੇ ਤੇ, ਖੜੇ ਦਿਸਦੇ ਆ। ਭਾਵ ਕੀ ਹੈ? ਉਹ ਸਦਾ ਹੀ ਸਤਿਗੁਰ ਦੀ ਸਿੱਖਿਆ ਲੈਣ ਲਈ ਤਤਪਰ ਨੇ, ਉਹ ਸਦਾ ਹੀ ਤਿਆਰ ਵਰ ਤਿਆਰ ਨੇ। ਆਲਸਪੁਣਾ ਉਹਨਾਂ ਦੇ ਨੇੜੇ ਨਹੀਂ ਹੈ, ਜਿਹੜੇ ਉਹਦੇ ਰੰਗ ਵਿੱਚ ਰੰਗੇ ਹੋਏ ਨੇ ਆਲਸੀ ਨਹੀਂ, ਵੀ ਵੇਖਾਂਗੇ ਸੋਚਾਂਗੇ ਜਾਵਾਂਗੇ, ਏਦਾਂ ਨਹੀਂ। ਹਮੇਸ਼ਾ ਗੁਰੂ ਦਾ ਗਿਆਨ ਲੈਣ ਲਈ, ਗੁਣ ਲੈਣ ਲਈ ਉਹਨਾਂ ਦਾ ਮਨ ਖੜਾ ਹੀ ਰਹਿੰਦਾ ਹੈ, ਹਮੇਸ਼ਾ ਮਨ ਕਾਇਮ ਰਹਿੰਦਾ ਹੈ ਮਾਲਕ ਦੇ ਦਰ ਤੇ ਸਿੱਖਣ ਵਾਸਤੇ। ਸਤਿਗੁਰ ਦੀ ਸੱਚੀ ਸਿੱਖਿਆ ਲੈਣ ਲਈ ਉਹ ਹਮੇਸ਼ਾ ਸਨਮੁੱਖ ਨੇ, ਸਨਮੁੱਖ ਰਹਿੰਦੇ ਨੇ, ਤਿਆਰ ਰਹਿੰਦੇ ਨੇ ਸਤਿਗੁਰ ਦੀ ਵਿਚਾਰਧਾਰਾ ਸੁਣਨ ਲਈ, ਸਮਝਣ ਲਈ ਤੇ ਮੰਨਣ ਲਈ। ਹਮੇਸ਼ਾ ਹੀ ਉਹ ਪੱਲਾ ਖਿਲਾਰ ਕੇ ਬੈਠੇ, ਝੋਲੀ ਅੱਡ ਕੇ ਬੈਠੇ ਰਹਿੰਦੇ ਆ ਕਿ ਸਤਿਗੁਰੂ ਸਾਨੂੰ ਗੁਣਾਂ ਦੀ ਦਾਤ ਬਖਸ਼ਣ। ਹਾਂਜੀ, ਰਤਨ ਜੋ ਵੇਹਰ ਲਾਲ ਹਰ ਕੰਠ ਤਿਨਾ ਜੜੀਆਂ, ਉਹਨਾਂ ਦੇ ਗਲਾਂ ਵਿੱਚ ਸੋਹਣੇ ਲੱਗਦੇ ਨੇ ਹਾਰ ਜੜੇ ਹੋਏ, ਰਤਨ ਜਵੇਹਰ ਲਾਲ, ਜਵੇਹਰ ਲਾਲ ਭਾਵ ਗੁਣੀ ਗੁਣ ਉਹਨਾਂ ਦੀ ਜ਼ਿੰਦਗੀ 'ਚ ਆ ਜਾਂਦੇ ਨੇ। ਮਤ ਵਿੱਚ ਰਤਨ ਜਵਾਹਰ ਮਾਣਕ
ਜੇ ਇੱਕ ਗੁਰ ਕੀ ਸਿੱਖ ਸੁਣੀ ਰਤਨ ਜਵਾਰ ਬਾਹਰਲੇ ਰਤਨਾਂ ਦੀ ਕੀਮਤ ਨਹੀਂ ਚੰਗੀ ਚੰਗੇ ਗੁਣ ਅਸਲੀ ਲਾਲ ਜਵੇਰ ਹੁੰਦੇ ਨੇ ਅਸਲੀ ਮਾਨਕ ਨੇ ਚੰਗੇ ਗੁਣ ਜਿਹੜੇ ਸਤਿਗੁਰ ਜੀ ਦੀ ਸੰਗਤ ਕਰਕੇ ਮਿਲਦੇ ਆ ਜਿਹੜੇ ਸਤਿਗੁਰ ਦੇ ਦਰ ਘਰ ਨਾਲ ਜੁੜੇ ਰਹਿਣਗੇ ਮਰ ਦੀ ਕਿਰਪਾ ਨਾਲ ਉਹ ਗੁਣੀ ਬਣ ਜਾਣਗੇ ਉਹ ਸੋਹਣੇ ਲੱਗਣਗੇ ਜਿਵੇਂ ਲੋਕੀ ਹਾਰ ਗਲਾਂ 'ਚ ਪਾਉਂਦੇ ਆ ਵੀ ਸੋਹਣੇ ਲਗੀਏ ਸਤਿਗੁਰੂ ਉਹਨਾਂ ਨੂੰ ਸੋਹਣੇ ਬਣਾ ਦੇਣਗੇ ਗੁਣ ਦੇ ਕੇ ਉਹ ਫੱਬਣ ਲੱਗ ਪੈਣਗੇ ਜਿਹੜੇ ਸਤਿਗੁਰੂ ਦੇ ਦਰ ਤੋਂ ਆ ਕੇ ਗੁਣ ਮੰਗਦੇ ਆ ਗੁਣਾਂ ਨਾਲ ਉਹ ਸ਼ਿੰਗਾਰੇ ਜਾਂਦੇ ਆ ਹਾਂਜੀ ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸ਼ਰਣੀ ਦਰ ਪੜਿਆ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਾਨਕ ਨਾਮ ਦੀ ਮੋਹਰ ਲਾ ਕੇ ਬੇਨਤੀ ਕਰਦੇ ਆ ਮੈਨੂੰ ਉਹਨਾਂ ਦੀ ਧੂੜ ਮਿਲੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੇਰੀ ਸ਼ਰਨ ਵਿੱਚ ਰਹਿੰਦੇ ਨੇ ਜਿਹੜੇ ਅੰਤਰਾਤਮਾ ਟਿਕੇ ਹੋਏ ਨੇ ਜਿਹੜੇ ਅੱਖਾਂ ਬੰਦ ਕਰਕੇ ਆਪਣੇ ਵਿਚਾਰਾਂ ਨੂੰ ਪੜ੍ਹਦੇ ਨੇ ਆਪਣੇ ਆਪ ਤੇ ਜਿਹੜੇ ਕੰਟਰੋਲ ਰੱਖਦੇ ਨੇ ਔਗਣਾਂ ਤੋਂ ਜਿਹੜੇ ਬਚੇ ਹੋਏ ਨੇ ਮਨ ਕਰਕੇ ਤੇਰੀ ਸ਼ਰਨ ਵਿੱਚ ਪਏ ਹੋਏ ਨੇ ਮੈਨੂੰ ਵੀ ਉਹਨਾਂ ਦੀ ਸ਼ਰਨ ਭਾਵ ਸੰਗਤ ਮਿਲੇ ਉਹਨਾਂ ਗੁਣੀਆਂ ਦੀ ਮੇਰਾ ਵੀ ਭਲਾ ਹੋਵੇ ਲਾਸਟ ਪੰਕਤੀ ਪੜ੍ਹ ਦਿਓ ਹਾਂਜੀ ਮੰਗਰ ਮਾਤਬ ਆਰਾਧਣਾ ਬਹੁੜ ਦਾ ਜਨਮ ਬੜਿਆ ਜਿਹੜੇ ਇਸ ਮਹੀਨੇ ਦੇ ਬਹਾਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅਰਾਧਦੇ ਨੇ ਬਹੁੜ ਨਾ ਜਨਮੜੀਆਂ ਉਹ ਮੁੜ ਮੁੜੋ ਜੀਵ ਰੂਪ ਇਸਤਰੀਆਂ ਜੰਮਣ ਮਰਨ ਵਿੱਚ ਨਹੀਂ ਆਉਂਦੀਆਂ ਭਾਵ ਕੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਗੇ ਅੰਦਰਲੀ ਮੌਤ ਉਹਨਾਂ ਦੀ ਕਦੇ ਨਹੀਂ ਹੋਏਗੀ ਜ਼ਮੀਰ ਦੀ ਮੌਤ ਜਿਹਨੂੰ ਅਸੀਂ ਕਹਿੰਦੇ ਹਾਂ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਉਹ ਅੰਦਰੋਂ ਮੁਰਦੇ ਹੋਣਗੇ ਨਹੀਂ ਕਦੇ ਹਮੇਸ਼ਾ ਹੁਲਾਰੇ 'ਚ ਰਹਿਣਗੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਗੇ ਜਿਹੜੇ ਉਹਦੇ ਦਰ ਘਰ ਨਾਲ ਜੁੜੇ ਰਹਿਣਗੇ ਆਓ ਅੰਦਰੋਂ ਬਾਹਰੋਂ ਆਪਾਂ ਸੱਚੇ ਹੋਈਏ ਬਾਣੀ ਬਾਣੇ ਨਾਲ ਜੁੜ ਕੇ ਸਾਡਾ ਭਲਾ ਹੋਣਾ ਹੈ ਅਮਰ ਛਕਣ ਵਾਲਿਓ ਬਹੁਤ ਬਹੁਤ ਤੁਹਾਨੂੰ ਵਧਾਈਆਂ ਹੋਣ ਉੱਚਾ ਸੁੱਚਾ ਆਪਣਾ ਜੀਵਨ ਬਣਾ ਕੇ ਰੱਖਿਓ ਜਿੰਨੇ ਵੀਰ ਭਰਾ ਭੈਣਾਂ ਆਏ ਹੋ ਸਾਰਿਆਂ ਦਾ ਇੱਕ ਇੱਕ ਚੱਲਿਆ ਕਦਮ ਸਿਰ ਮੱਥੇ ਤੇ ਅਗਲੀ ਸੰਗਰਾਮ ਜਿਹੜੀ ਹੈ ਉਹ ਵੀ 16 ਤਾਰੀਕ ਦੀ ਆਉਣੀ ਹੈ ਪੋਹ ਦਾ ਮਹੀਨਾ ਚੜ੍ਹਨਾ ਹੈ ਇਸ ਮਹੀਨੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਹੈ ਪੋਹ ਦੇ ਮਹੀਨੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਐਤਕੀ ਆਪਾਂ ਫਤਿਹਗੜ੍ਹ ਸਾਹਿਬ ਵੀ ਪ੍ਰੋਗਰਾਮ ਕਰਨਾ ਹੈ ਸਭਾ ਵੇਲੇ ਤੇ ਪੋਹ ਦੇ ਮਹੀਨੇ ਅਗਲੇ ਮਹੀਨੇ ਜਿਹੜੀ ਸੰਗਰਾਂਦ ਹੈ 16 ਦੀ ਹੈ ਤੇ ਦੀਵਾਨ ਦਾ ਟਾਈਮ ਇਦੋਂ ਜਲਦੀ ਹੋਏਗਾ ਅੱਜ ਤੇ 4:15 ਹੋ ਗਏ ਆ ਅਗਲੀ ਸੰਗਰਾਂਦ ਤੇ 3:00 ਸਮਾਪਤੀ ਕਰਾਂਗੇ ਯਾਦ ਰੱਖਿਓ 12:00 ਤੋਂ ਪਹਿਲਾਂ ਪਹਿਲਾਂ ਕਿਰਪਾ ਕਰਕੇ ਆਉਣਾ ਉਦੋਂ ਠੰਡ ਵੀ ਵੱਧ ਜਾਂਦੀ ਹੈ ਫਿਰ ਜਲਦੀ ਹਨੇਰਾ ਪੈ ਜਾਂਦਾ ਹੈ ਆਪਾਂ ਫਿਰ ਜਲਦੀ ਸਮਾਪਤੀ ਕਰਾਂਗੇ ਅਗਲੀ ਸੰਗਰਾਂਦ ਨੂੰ ਵੈਸੇ ਆਪਾਂ ਅੱਜ ਵਾਲੀ ਸੰਗਰਾਂਦ ਰਾਤ ਦੀ ਕਰ ਸਕਦੇ ਸੀ ਰਾਤ ਨੂੰ ਟਾਈਮ ਖੁੱਲ੍ਹਾ ਹੁੰਦਾ ਭਾਵੇਂ 3 ਘੰਟੇ ਵੀ ਲੱਗ ਜਾਣ 4-4 ਵੀ ਲੱਗਦੇ ਰਹੇ ਸੰਗਰਾਂਦ ਤੇ ਪਰ ਚਲੋ ਆਓ ਇੰਨਾ ਹੀ ਬੜਾ ਜੇ ਸੁਣ ਕੇ ਪੱਲੇ ਬੰਨ ਲਈਏ ਆਪਣੇ ਅੰਦਰ ਝਾਤੀ ਮਾਰਨੀ ਸਿੱਖੀਏ ਆਪਣੇ ਅੰਦਰ ਦੇ ਮੌਸਮ ਨੂੰ ਬਦਲੋ ਆਪਣੇ ਮਨ ਨੂੰ ਬਦਲ ਕੇ ਵੇਖੀਏ ਬਾਣੀ ਨਾਲ ਸਹੀ ਢੰਗ ਨਾਲ ਸਮਝ ਕੇ ਆਪਣੇ ਜੀਵਨ ਨੂੰ ਬਦਲੀਏ ਤੇ ਕੱਲ੍ਹ ਤੋਂ ਪਰਸੋਂ ਤੋਂ ਸੰਗਰੂਰ ਸ਼ਹਿਰ ਵਿੱਚ ਦੀਵਾਨ ਸ਼ੁਰੂ ਹੋਣਗੇ 18-19 ਸੰਗਰੂਰ ਦੇ ਵਿੱਚ ਪ੍ਰੋਗਰਾਮ ਹੈ 3 ਦਿਨ ਉੱਥੇ ਆਪ ਜੀ ਨੇ ਦਰਸ਼ਨ ਬਖਸ਼ਣੇ ਹਨ ਇਸੇ ਤਰ੍ਹਾਂ ਮੂਲੋਵਾਲ ਪਿੰਡ ਮੰਜੀ ਸਾਹਿਬ ਬਰਨਾਲਾ ਉਸ ਇਲਾਕੇ ਦੀ ਜਿਹੜੀ ਸੰਗਤ ਹੈ ਉੱਥੇ ਵੀ 2-3-4 ਦਸੰਬਰ ਦੇ ਦੁਪਹਿਰ ਦੇ ਦੀਵਾਨ ਹਨ ਆਪਣੇ ਨੇੜੇ ਅਮਲੋਹ ਵਿੱਚ ਵੀ ਪ੍ਰੋਗਰਾਮ ਹੈ ਉੱਥੇ ਵੀ ਅਮਲੋਹ ਵਿੱਚ ਅਨਾਜ ਮੰਡੀ ਵਿੱਚ ਦੀਵਾਨ ਨੇ 25-26-27 ਸ਼ਹਿਰ ਅਮਲੋਹ ਰਾਤ ਦੇ ਦੀਵਾਨ ਹੋਣਗੇ ਫਰਵਰੀ ਵਿੱਚ ਜਿਹੜੇ ਦੀਵਾਨ ਆਪਾਂ ਰਾਤ ਦੇ ਸ਼ੁਰੂ ਕਰਾਂਗੇ ਉਹਨਾਂ ਦਾ ਟਾਈਮ 6 ਤੋਂ 9 ਤੱਕ ਸਾਰੇ ਦੀਵਾਨਾਂ ਦਾ ਕੀਤਾ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਹੁਣ ਦੀਵਾਨ ਦੇ ਰਹੇ ਹਾਂ ਅੱਗੇ ਉਹਨਾਂ ਸਾਰਿਆਂ ਨੂੰ ਕਿਹਾ ਹੈ ਕਿ ਸ਼ਾਮ 6 ਤੋਂ ਦੀਵਾਨ ਸ਼ੁਰੂ ਕਰਿਆ ਕਰਾਂਗੇ 9 ਤੱਕ ਜਿਹੜਾ ਰਾਤ ਦਾ ਹੁੰਦਾ ਸੀ 9 ਤੋਂ 11 ਜਾਂ 12 ਤੱਕ ਉਹਦਾ ਟਾਈਮ ਹੁਣ ਮੈਂ ਬਹੁਤ ਸਟੇਜਾਂ 'ਤੇ ਬੋਲਦੇ ਰਹਿਣਾ ਸਾਰੇ ਦੀਵਾਨ ਜਿਹੜੇ ਰਾਤ ਦੇ ਫਰਵਰੀ ਤੋਂ ਸ਼ੁਰੂ ਹੋਣਗੇ ਉਹਨਾਂ ਦਾ ਟਾਈਮ 6 ਤੋਂ 9 ਰੱਖਾਂ ਉਹਦਾ ਵੱਡਾ ਕਾਰਨ ਇਹ ਹੈ ਕਿ ਸਾਰੀ ਰਾਤ ਸਾਡੀ ਰੋਡ ਤੇ ਲੰਘ ਜਾਂਦੀ ਹੈ 1 ਸਮਾਪਤੀ ਹੁੰਦੀ ਹੈ
ਦੋ ਢਾਈ ਤਿੰਨ ਵਜੇ ਉੱਥੇ ਹੀ ਵੱਜ ਜਾਂਦੇ ਆ ਜਦੋਂ ਤੱਕ ਅਸੀਂ ਇੱਥੇ ਆਉਂਦੇ ਆ ਸਾਨੂੰ ਸਵੇਰ ਦੇ 7 ਵੀ ਵੱਜ ਜਾਂਦੇ ਕਈ ਵਾਰੀ ਪੂਰੀ ਰਾਤ ਰੋਡ ਤੇ ਲੰਘ ਜਾਂਦੀ ਇਸ ਕਰਕੇ ਅਸੀਂ ਹੁਣ ਸਲਾਹ ਕੀਤੀ ਹੈ ਸੰਗਤ ਨਾਲ ਵੀ ਆਪਾਂ ਸ਼ਾਮ ਦਾ ਟਾਈਮ ਰੱਖੋ 6 ਵਜੇ ਤੋਂ ਲੈ ਕੇ 9 ਵਜੇ ਤੱਕ ਤਾਂ ਜੋ ਹਿੰਦੂਆਂ ਦੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਸ਼ਹਿਰਾਂ 'ਚ ਹੁੰਦੇ ਨੇ ਉਹਦਾ ਟਾਈਮ 6 ਤੋਂ 9 ਹੀ ਹੁੰਦਾ 6 ਤੋਂ 9 ਵੀ ਸੰਗਤ ਆ ਸਕਦੀ ਹੈ ਜਿਹੜੇ ਪਿਆਰ ਵਾਲੇ ਹੋਣਗੇ ਆ ਜਾਇਆ ਕਰਨਗੇ ਜਿਨ੍ਹਾਂ ਨੇ ਸੁਣਨਾ ਹੈ ਉਹਨਾਂ ਨੇ ਆਉਣਾ ਹੀ ਹੁੰਦਾ ਹੈ ਇਸ ਕਰਕੇ ਅਗਲੀ ਸੰਗਰਾਂਦ ਜਿਹੜੀ ਹੈ ਉਹਦਾ ਟਾਈਮ ਦੁਪਹਿਰ ਦਾ ਹੋਏਗਾ 12 ਤੋਂ 3 ਵਜੇ ਤੱਕ ਜਿਨ੍ਹਾਂ ਕੋਲ ਸਮਾਂ ਹੈ ਸਾਰਿਆਂ ਨੇ ਦਰਸ਼ਨ ਬਖਸ਼ਣੇ ਆਓ ਹੁਣ ਆਨੰਦ ਸਾਹਿਬ 'ਚ ਗੱਜ ਕੇ ਬੋਲੋ ਅੱਜ ਵੇਖੋ ਕਿੰਨੇ ਕਾਹਲੇ ਪੈ ਰਹੇ ਨੇ ਸਾਰੇ ਸ਼ਾਮ ਦਾ ਵੇਲਾ ਹੋਣ ਕਰਕੇ ਅੱਗੇ ਇਦਾਂ ਨਹੀਂ ਨਾ ਹੁੰਦਾ ਸੰਗਰਾਂਦ ਤੇ ਅਸੀਂ ਤੇ ਸੋਭਾ ਕਰਦੇ ਨਹੀਂ ਥੱਕਦੇ ਵੀ ਬੜੇ ਟਿਕਾਅ ਨਾਲ ਬੈਠਦੇ ਨੇ ਅੱਜ ਤੁਸੀਂ ਚੰਗੀ ਤਰ੍ਹਾਂ ਹੀ ਵਿਖਾਤਾ ਅੱਗੇ ਸੰਗਰਾਂਦ ਤੇ ਕਿੰਨੇ ਟਿਕਾਅ ਨਾਲ ਬੈਠਦੀ ਸੰਗਤ ਆ ਦਿਨ ਦਾ ਦੀਵਾਨ ਹੋਣ ਕਰਕੇ ਸਭ ਨੂੰ ਹੀ ਇਹ ਹੈ ਵੀ ਚੱਲੀਏ ਛੇਤੀ ਕਿਸੇ ਨੂੰ ਰੋਟੀ ਦਾ ਫਿਕਰ ਹੈ ਕਿਸੇ ਨੇ ਮੱਝਾਂ ਦੀਆਂ ਧਾਰਾਂ ਕੱਢਣੀਆਂ ਨੇ ਜਾ ਕੇ ਹਨੇਰਾ ਪੈ ਜਾਣਾ ਪਰ ਚਲੋ ਆਓ ਹੁਣ 5-4 ਮਿੰਟ ਆਨੰਦ ਸਾਹਿਬ 'ਚ ਬੋਲੋ ਅਰਦਾਸ ਜੁੜੀਏ ਹੁਕਮਨਾਮੇ ਸੁਣ ਕੇ ਫਿਰ ਆਪਾਂ ਘਰੋਂ ਕਰੀ ਚਾਲਾ ਪਾਉਣਾ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਪੋਹ ਦੀ ਸੰਗਰਾਂਦ ਤੇ ਫਿਰ ਇਸੇ ਤਰ੍ਹਾਂ ਦਰਸ਼ਨ ਬਖਸ਼ਣੇ ਹੋਈਆਂ ਤਮਾਮ ਭੁੱਲਾਂ ਖਿਮਾ ਕਰਨੀਆਂ ਆਈ ਸੰਗਤ ਮਹਾਂਪੁਰਖਾਂ ਦਾ ਸਭ ਦਾ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਤੇ ਨੇੜੇ ਤੇੜੇ ਜਿਹੜੇ ਵੀ ਦੀਵਾਨ ਆ ਰਹੇ ਨੇ ਸਾਰੇ ਪ੍ਰੋਗਰਾਮਾਂ ਵਿੱਚ ਪਹੁੰਚ ਕੇ ਦਰਸ਼ਨ ਦੇਣੇ ਹਾਜ਼ਰੀਆਂ ਭਰਨੀਆਂ ਕੋਈ ਰਸਨਾ ਵਾਂਝੀ ਨਾ ਰਵੇ ਅਰਦਾਸ ਤੋਂ ਬਾਅਦ ਜਾਇਓ 5-7 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਮਿਲਣ ਵਾਲੇ ਵੀ ਜਿਹੜੇ ਨੇ ਉਹ ਧੱਕਾ ਨਾ ਕਰਨ ਮੈਂ ਗੇਟ ਦੇ ਕੋਲ ਖਲੋ ਜਾਵਾਂਗਾ ਜਿਨ੍ਹਾਂ ਨੇ ਫਤਿਹ ਦੀ ਸਾਂਝ ਕਰਨੀ ਹੁੰਦੀ ਹੈ ਕਰ ਲੈਣ ਮੈਂ ਕਈ ਵਾਰੀ ਹੈਰਾਨ ਇਸ ਵੱਲੋਂ ਹੁੰਦਾ ਵੀ ਉਹੀ ਉਹੀ ਕਈ ਧੱਕਾ ਕਰਦੇ ਰਹਿੰਦੇ ਆ ਕਈ ਵਿਚਾਰੇ ਮਿਲਣ ਆਉਂਦੇ ਉਹ ਮਿਲ ਹੀ ਨਹੀਂ ਸਕਦੇ ਕਈ ਉਹੀ ਹੁੰਦੇ ਆ 20-50 ਬਸ ਉਹੀ ਮੁੜ ਮੁੜ ਕੇ ਦੂਜਿਆਂ ਨੂੰ ਫਿਰ ਟਾਈਮ ਦੇਣਾ ਚਾਹੀਦਾ ਵੀ ਜਿਹੜੇ ਵੀ ਆਉਣ ਵਾਲੇ ਨੇ ਜਿਨ੍ਹਾਂ ਦੇ ਮਨ ਵਿੱਚ ਹੁੰਦਾ ਇੱਕ ਮੱਥਾ ਟੇਕਣ ਵਾਲੇ ਭੱਜ ਭੱਜ ਪੈਰੀ ਹੱਥ ਲਾਉਣ ਵਾਲੇ ਉਹ ਵੀ ਥੋੜ੍ਹਾ ਕੰਟਰੋਲ ਰੱਖਿਆ ਕਰੋ ਤਰਸ ਕਰ ਲਿਆ ਕਰੋ ਕਿਉਂਕਿ ਮੱਥਾ ਤੁਸੀਂ ਟੇਕਣਾ ਹੈ ਜਵਾਬ ਫਿਰ ਲੋਕਾਂ ਨੂੰ ਸਾਨੂੰ ਦੇਣੇ ਪੈਂਦੇ ਵੇਖੋ ਜੀ ਮੱਥਾ ਟਿਕਾਉਂਦੇ ਨੇ ਜੀ ਇਦਾਂ ਕਰਦੇ ਨੇ ਉਹ ਫਿਰ ਤੁਹਾਨੂੰ ਪਤਾ ਦੁਨੀਆਂ ਦੇ ਮੂੰਹ ਫੜੇ ਨਹੀਂ ਜਾਂਦੇ ਇਸ ਕਰਕੇ ਮੱਥਾ ਟੇਕਣ ਵਾਲੇ ਤਰਸ ਕਰਿਆ ਕਰੋ ਵੀ ਮੱਥਾ ਨਹੀਂ ਟੇਕਣਾ ਆਪਾਂ ਫਤਿਹ ਬੁਲਾਉਣੀ ਜਦੋਂ ਮਿਲੋ ਫਤਿਹ ਦੀ ਸਾਂਝ ਰੱਖੋ ਗੱਜ ਕੇ ਆਨੰਦ ਸਾਹਿਬ ਬੋਲੋ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਗੱਜ ਕੇ ਆਓ ਕੋਈ ਰਸਨਾ ਵਾਂਝੀ ਨਾ ਰਵੇ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਾਇਆ ਸਹਿਜ ਸੇਤੀ ਮਨ ਦੀਆਂ ਲਦਾਇਆ ਰਾਗ ਰਤਨ ਕਰਵਾਰ ਤਰੀਆਂ ਸ਼ਬਦ ਗਵਣ ਆਈਆਂ ਸੰਤੋ ਪਕਾਉ ਹਰੀ ਤੇਰਾ ਮਨ ਦੀ ਅਰਦਾਇਆ ਇਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਦੇ ਆਨੂ ਸਦਾ ਰਹੋ ਹਰਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਨਾ ਕਰੋ ਕਰੇ ਤੇਰਾ ਕਾਮ ਸਭ ਤੁਆਰਨਾ ਸਭਨਾ ਕਲਾ ਸਮਰਤ ਸੁਆਮੀ ਸੋ ਕਿਉ ਮਨ ਹੋ ਸਾਰੇ ਇਹ ਨਾਨਕ ਮਨ ਜੀ ਸਦਾ ਰਹੋ ਹਰਨਾਲ ਸਾਜੇ ਸਾਹਿਬ ਕਿਆ ਨਹੀਂ ਹਰ ਤੇਰੇ ਤੇਰੇ ਸਭ ਤੇ ਦੁੱਖੇ ਸੋ ਪਾਵੇ ਸਦਾ ਸਿਖ ਸਲਾਹ ਤੇਰੀ ਨਾ ਮਨ ਸਾਵੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚ ਨਾਮ ਲਾਇਆ ਦਾਰੋ ਨਾਮ ਲਾਇਆ ਦਾਰੋ ਕਾਲ ਸਰਵਾਨ ਹਰ ਸਾਧ ਸੰਗਤਾਂ ਨੇ ਆਏ ਵਸੇ ਅਜ ਨੀਚਾ ਸਭ ਸਮਝਾਈਆ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਕਰੋ ਪਿਆ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਸ ਘਰ ਧਾਰੀਆ ਕਰਮ ਪਾਇਆ ਤੁਰਜੇ ਨਾਮ ਹਰ ਕੇ ਅਨੰਦ ਸੁਣਾ ਵੱਡ ਭਾਗੀ ਹੋ ਸਗਲ ਮਨੋਰ ਪ੍ਰਭੂ ਦੇ ਸੰਸਾਰ ਮਤਰੇ
ਵਾਹਿਗੁਰੂ ਵਾਹਿਗੁਰੂ ਜਾਂਦੀ ਵਾਰੀ ਜਪਿਓ ਬਸ ਸੰਗਤ ਦੀ ਆਵਾਜ਼ ਆਵੇ ਸਿਰਫ ਜਪੋ ਵਾਹਿਗੁਰੂ 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 ਜਪੋ ਪਤਰੂ 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 ਪਤਰ
मसक्त का नानक ते मुख उजले केती छुट्टी ना ਅੱਜ ਕੇ ਬਈ 546 ਅੱਜ ਗੁਰੂ ਘਰ ਚ ਦਾਖਲ ਹੋਏ ਆ ਚੜ੍ਹਦੀ ਕਲਾ ਨਾਲ ਬੋਲੇ ਸੋਨਹਾ
ਫਤਿਹ ਗੁਰਬਰ ਅਕਾਲ ਖਾਲਸੇ ਦੀ ਹਰ ਮੈਦਾਨ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਕੋ ਟਲ ਗੁਰ ਸੇਵੀਏ ਐਹਨਸ ਸਹਿਜ ਸੁਪਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸਲੋਕ ਮਹੱਲਾ ਤੀਜਾ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਹਉ ਹਰ ਕੈ ਸਦ ਬਲਿਹਾਰਣੈ ਜਿਤ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੇ ਹਉ ਮੈਂ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿੰਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸਿਸ਼ਟ ਸਿਰਜੀਆ ਆਪੇ ਫੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ 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 ਗੁਰਸੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ 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 ਗੁਰਸੋਈ ਸ਼ੁੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।